ਤੁਸੀਂ ਜੁੜੇ ਹੋ ਹੁਣ ਫੇਰ ਜੁੜੇ ਹੋ, ਪਹਿਲਾਂ ਵੀ ਕਿਹੜਾ ਟੁੱਟ ਗਏ ਸੀ ਸਿੱਧੂ ਲਾਈਵ ਸ਼ੋਅ ਦੇ ਨਾਲ, ਤੇ ਇਸ ਵਕਤ ਆਪਾਂ ਗੱਲਬਾਤ ਲੈ ਕੇ ਹਾਜ਼ਰ ਹਾਂ। ਗੱਲਬਾਤ ਕਰਾਂਗੇ ਜੀ ਖਬਰਸਾਰ ਦੀ, ਬਾਠ ਸਾਹਿਬ ਆਪਣੇ ਨਾਲ ਹਾਜ਼ਰ ਨੇ ਜੀ, ਔਰ ਉਹਨਾਂ ਦੀ ਸ਼ਮੂਲੀਅਤ ਦੇ ਨਾਲ ਹੀ ਆਪਾਂ ਅਗਲੀ ਗੱਲ ਲੈ ਕੇ ਆਉਣੇ ਆ, ਤੇ ਉਸ ਤੋਂ ਪਹਿਲਾਂ ਧੰਨਵਾਦ ਕਰਦੇ ਆ ਉਹਨਾਂ ਸੱਜਣਾਂ ਦਾ ਜਿਹੜੇ ਸਾਨੂੰ ਸਾਥ ਸਹਿਯੋਗ ਦਿੰਦੇ ਆ। ਜਸਵਿੰਦਰ ਸਿੰਘ ਮਿਸੀਸਿਪੀ ਤੇ ਜਸਵੰਤ ਸਿੰਘ ਸੁੱਤਾ ਸਾਹਿਬ ਕੈਨੇਡਾ ਤੋਂ, ਪਿੰਡ ਸਿੰਧਵਾਂ ਤੋਂ, ਜ਼ਿਲ੍ਹਾ ਕਪੂਰਥਲਾ ਦੇ ਨਿਵਾਸੀ ਤੇ ਪ੍ਰਵਾਸੀ, ਉਹ ਸਾਨੂੰ ਸਾਥ ਸਹਿਯੋਗ ਦਿੰਦੇ ਆ। ਤੇ ਉਧਰ ਗਲੋਬਲ ਅਲਾਇੰਸ ਵਾਲੇ ਸਲਾਹ ਦਿੰਦੇ ਆ ਕਿ ਅਸੀਂ ਸਾਰੇ ਅਮਰੀਕਾ ਚ ਸੇਵਾਵਾਂ ਪ੍ਰਦਾਨ ਕਰਦੇ ਆ। ਕਿਸੇ ਨੇ ਫੈਮਿਲੀ ਇਮੀਗ੍ਰੇਸ਼ਨ, ਗੁਰੂ ਘਰ ਦੇ ਗ੍ਰੰਥੀਆਂ ਦੇ ਵਾਸਤੇ ਵੀਜ਼ਾ, ਗ੍ਰੀਨ ਕਾਰਡ ਐਪਲੀਕੇਸ਼ਨ, ਇੰਡੀਆ ਦਾ ਵੀਜ਼ਾ, ਓਸੀਆਈ ਤੇ ਪਾਸਪੋਰਟ, ਸਿਟੀਜ਼ਨਸ਼ਿਪ ਐਪਲੀਕੇਸ਼ਨ ਤੇ ਟੈਸਟ ਦੀ ਤਿਆਰੀ ਕਰਨੀ ਹੈ ਤਾਂ ਫਿਰ 209-808-2136 ਅਮਰੀਕਾ ਦਾ ਨੰਬਰ ਹੈ ਜੀ ਇਹ 209-808-2136 ਦੇ ਉੱਤੇ ਕਾਲ ਕੀਤੀ ਜਾ ਸਕਦੀ ਹੈ। ਵਟਸਐਪ ਸਵਾਗਤ ਜੀ, ਸਤਿ ਸ੍ਰੀ ਅਕਾਲ। ਸ਼ੁਕਰੀਆ, ਮਿਹਰਬਾਨੀ ਸੁਖਨੈਪ ਜੀ। ਰੇਡੀਓ ਚੰਨ ਪ੍ਰਦੇਸੀ ਦੇ ਸਰੋਤਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਖਬਰਾਂ ਨੂੰ ਸਪਾਂਸਰ ਕੀਤਾ ਜਾ ਰਿਹਾ ਸਰਦਾਰ ਕਮਲਜੀਤ ਸਿੰਘ ਚੱਠਾ USA ਵਾਲਿਆਂ ਵੱਲੋਂ ਜੀ। ਤੇ ਵਟਸਐਪ ਖਬਰਾਂ ਸਾਰਾਂ ਦੇ ਵਿੱਚੋਂ ਜਿਮਣੀ ਚੋਣ ਦੇ ਵੱਲ ਨੂੰ ਵਧੀਆ ਜੀ, ਕੀ ਹੈ ਜੀ ਉੱਥੇ ਲਾਡੀ ਹੋਰਾਂ ਦਾ ਭਵਿੱਖ, ਕਹਿੰਦੇ ਐਲਾਨ ਤਾਂ ਕਰ ਹੀ ਦਿੱਤਾ। ਸੁਖਨੈਪ ਜੀ, ਬੜੀ ਹੈਰਾਨੀਜਨਕ ਢੰਗ ਦੇ ਨਾਲ ਕਾਂਗਰਸ ਪਾਰਟੀ ਨੇ ਆਪਣੀ ਟਿਕਟ ਦੀ ਜਿਹੜੀ ਵੰਡ ਕਰ ਦਿੱਤੀ ਹੈ। ਹਲਕਾ ਇੱਕੋ ਹੀ ਸੀ ਸ਼ਾਹਕੋਟ, ਖਾਲੀ ਇਸ ਕਰਕੇ ਸੀਟ ਹੋ ਗਈ ਕਿ ਅਜੀਤ ਸਿੰਘ ਕੁਹਾੜ ਹੋਰਾਂ ਦਾ ਦੇਹਾਂਤ ਹੋ ਗਿਆ ਤੇ ਜ਼ਮੀਨੀ ਚੋਣ ਕਰਾਉਣੀ ਪਈ। ਹਰਦੇਵ ਸਿੰਘ ਲਾਡੀ ਸ਼ੇਰਵਾਲੀਆ, ਜਿਨ੍ਹਾਂ ਦੇ ਬਾਬਤ ਆਪਾਂ ਕੱਲ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ, ਵਿਵਾਦਾਂ ਦੇ ਵਿੱਚ ਬਹੁਤ ਨੇ ਜੀ, ਪਰ ਇਹਦੇ ਬਾਵਜੂਦ ਵੀ ਕਾਂਗਰਸ ਪਾਰਟੀ ਦੇ 5-6 ਉਹ ਸਥਾਨਕ ਲੀਡਰ ਜਿਹੜੇ ਕਾਂਗਰਸ ਪਾਰਟੀ ਤੋਂ ਟਿਕਟ ਮੰਗ ਰਹੇ ਨੇ, ਉਹਨਾਂ ਦੇ ਵਿੱਚੋਂ ਜੇ ਕੋਈ ਲੀਡਰ ਸਭ ਤੋਂ ਵੱਧ ਸ਼ਾਹਕੋਟ ਦੇ ਲੋਕਾਂ ਦੇ ਵਿੱਚ ਵਿਚਰਦਾ ਤਾਂ ਉਹ ਹਰਦੇਵ ਸਿੰਘ ਲਾਡੀ ਸ਼ੇਰਵਾਲੀਆ ਜੀ, ਜੋ ਲੋਕਾਂ ਦੀ ਖੁਸ਼ੀ ਤੇ ਗਮੀ ਦੇ ਵਿੱਚ ਜਾ ਕੇ ਸ਼ਰੀਕ ਹੁੰਦਾ, ਜੋ ਪੰਚਾਇਤਾਂ ਦੇ ਵਿੱਚ ਜਾ ਕੇ ਬਹਿੰਦਾ, ਉਸ ਲੀਡਰ ਦਾ ਨਾਮ ਹਰਦੇਵ ਸਿੰਘ ਲਾਡੀ ਸ਼ੇਰਵਾਲੀਆ। ਹੁਣ ਹਰਦੇਵ ਸਿੰਘ ਲਾਡੀ ਸ਼ੇਰਵਾਲੀਆ ਨੂੰ ਪਿਛਲੀ ਵਾਰੀ ਵੀ ਕਾਂਗਰਸ ਨੇ ਟਿਕਟ ਦਿੱਤੀ ਸੀ, 42,008 ਦੇ ਕਰੀਬ ਵੋਟਾਂ ਮਿਲੀਆਂ। ਇੰਨੀਆਂ ਵੋਟਾਂ ਲੈ ਕੇ ਉਹ ਦੂਸਰੇ ਨੰਬਰ ਤੇ ਰਿਹਾ ਤੇ 4900 ਵੋਟਾਂ ਦੇ ਫਰਕ ਦੇ ਨਾਲ ਅਜੀਤ ਸਿੰਘ ਕੁਹਾੜ ਤੋਂ ਹਾਰ ਗਿਆ ਸੀ ਜੀ। ਐਤਕੀ ਜਦੋਂ ਟਿਕਟ ਉਹਨਾਂ ਨੂੰ ਦੇਣੀ ਸੀ ਕਾਂਗਰਸ ਪਾਰਟੀ ਨੇ, ਜਦੋਂ ਆਪਾਂ ਕਹਿੰਦੇ ਸੀ ਕਿ 80% ਸੰਭਾਵਨਾ ਕਿ ਜੇ ਸਥਾਨਕ ਕਾਂਗਰਸੀਆਂ ਦੇ ਵਿੱਚੋਂ ਕਿਸੇ ਨੂੰ ਟਿਕਟ ਦਿੱਤੀ ਤਾਂ ਸ਼ੇਰਵਾਲੀਆ ਨੂੰ ਮਿਲੂ, ਉਦੋਂ 4 ਘਟਨਾਵਾਂ ਘਟੀਆਂ ਸੀ, ਜ਼ਿਕਰ ਆਪਾਂ ਕੱਲ ਵੀ ਕੀਤਾ। ਪਹਿਲਾਂ ਇੱਕ ਪ੍ਰੈਸ ਕਾਨਫਰੰਸ ਹੋਈ ਕਿ ਨਜਾਇਜ਼ ਮਾਈਨਿੰਗ ਨੂੰ ਸਰਪ੍ਰਸਤੀ ਸ਼ੇਰਵਾਲੀਆ ਦੀ, ਫਿਰ ਵੀਡੀਓ ਵਾਇਰਲ, ਫਿਰ ਵੀਡੀਓ ਬਣਾਉਣ ਵਾਲੇ ਨੌਜਵਾਨ ਨੇ ਦਾਅਵੇ, ਉਹਦੇ ਤੋਂ ਬਾਅਦ ਕਾਂਗਰਸ ਪਾਰਟੀ ਦੇ ਸ਼ਾਹਕੋਟ ਹਲਕੇ ਦੇ ਨਾਲ ਸੰਬੰਧਿਤ ਸ਼ੇਰਵਾਲੀਆ ਤੋਂ ਬਿਨਾਂ ਜਿੰਨੇ ਬਾਕੀ ਕਾਂਗਰਸ ਪਾਰਟੀ ਦੇ ਲੀਡਰ ਦਾਅਵੇਦਾਰ ਸੀ, ਸਾਰਿਆਂ ਨੇ ਸਾਂਝੀ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਪਿਛਲੀ ਵਾਰ ਦੇ ਉਮੀਦਵਾਰ ਨੂੰ ਟਿਕਟ ਨਾ ਦਿਓ, ਬੰਦੇ ਦਾ ਨਜਾਇਜ਼ ਮਾਈਨਿੰਗ 'ਚ ਹੱਥ ਹੈ ਜਾਂ ਮਾਈਨਿੰਗ ਦੇ ਵਿੱਚ ਪੈਸੇ ਧੇਲਿਆਂ 'ਚ ਹੱਥ ਹੈ, ਇਸ ਕਰਕੇ ਸਾਫ਼ ਸੁਥਰੇ ਕਿਰਦਾਰ ਵਾਲੇ ਬੰਦੇ ਨੂੰ ਟਿਕਟ ਦਿਓ ਜਿਤਾਵਾਂਗੇ, ਇਹਨੂੰ ਟਿਕਟ ਦਿੱਤੀ ਤਾਂ ਕਪਤਾਨ ਸਾਹਿਬ ਦੇ ਕੋਲ ਵੀ ਜਾਵਾਂਗੇ ਤੇ ਰਾਹੁਲ ਗਾਂਧੀ ਦਾ ਦਰ ਵੀ ਖੜਕਾਵਾਂਗੇ ਜੀ। ਉਸ ਪ੍ਰੈਸ ਕਾਨਫਰੰਸ ਤੇ 48 ਘੰਟੇ ਦੇ ਅੰਦਰ ਅੰਦਰ ਕਾਂਗਰਸ ਪਾਰਟੀ ਦੀ ਹਾਈਕਮਾਂਡ ਨੇ ਇੱਕ ਚਿੱਠੀ ਜਾਰੀ ਕਰਤੀ ਕਿ ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਜਿਹਦੇ ਲਈ 10 ਮਈ ਤੱਕ ਨਾਮਜ਼ਦਗੀ ਪਰਚੇ ਦਾਖਲ ਕੀਤੇ ਜਾਣੇ ਆ, 28 ਮਈ ਨੂੰ ਵੋਟਾਂ ਪੈਣੀਆਂ, 1 ਜੂਨ ਨੂੰ ਵੋਟਾਂ ਦਾ ਨਤੀਜਾ ਸਾਹਮਣੇ ਆਉਣਾ ਹੈ, ਤੇ ਕਾਂਗਰਸ ਪਾਰਟੀ ਵੱਲੋਂ ਚੋਣ ਲੜਨਗੇ ਪਿਛਲੀ ਵਾਰ ਦੇ ਹਾਰੇ ਹੋਏ ਉਮੀਦਵਾਰ ਹਰਦੀਪ ਸਿੰਘ ਲਾਡੀ ਸ਼ੇਰਵਾਲੀਆ ਜੀ। ਹੁਣ ਆਪਣੇ ਆਪ ਦੇ ਵਿੱਚ ਇਹ ਬੜਾ ਮਹੱਤਵਪੂਰਨ ਨੁਕਤਾ ਕਿ ਹਰਦੀਪ ਸਿੰਘ ਲਾਡੀ ਸ਼ੇਰਵਾਲੀਆ ਟਿਕਟ ਲੈ ਗਏ। ਆਪਾਂ ਬੀਤੇ ਕੱਲ ਵੀ ਰੇਡੀਓ ਚੰਨ ਪ੍ਰਦੇਸੀ ਦੇ ਸਰੋਤਿਆਂ ਦੇ ਨਾਲ ਇਸ ਗੱਲ ਦੀ ਸਾਂਝ ਪਾਈ ਸੀ ਕਿ ਜੇ ਸ਼ੇਰਵਾਲੀਆ ਸਾਹਿਬ ਇੰਨੇ ਵਿਵਾਦਾਂ ਦੇ ਬਾਵਜੂਦ ਵੀ, ਇੰਨੇ ਹਮਲਿਆਂ ਦੇ ਬਾਵਜੂਦ ਵੀ, ਪਾਰਟੀ ਦੇ ਅੰਦਰੋਂ ਤੇ ਬਾਹਰੋਂ ਖੇਡੇ ਲੱਗਣ ਦੇ ਬਾਵਜੂਦ ਵੀ ਟਿਕਟ ਲੈਣਗੇ, ਤਾਂ ਇਹਦੇ ਤੋਂ ਸਾਬਿਤ ਹੋ ਜੂਗਾ ਕਿ ਕਿਤੇ ਨਾ ਕਿਤੇ ਅਜੇ ਤੱਕ ਵੀ ਪੰਜਾਬ ਕਾਂਗਰਸ ਦੇ ਵਿੱਚ ਰਾਣਾ ਗੁਰਜੀਤ ਸਿੰਘ ਦੀ ਤੂਤੀ ਬੋਲਦੀ ਆ। ਕਿਉਂਕਿ ਹਰਦੇਵ ਸਿੰਘ ਲਾਡੀ ਸ਼ੇਰਵਾਲੀਆ ਦੇ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਸਾਬਕਾ ਕੈਬਨਿਟ ਮੰਤਰੀ ਪੰਜਾਬ ਸਰਕਾਰ ਰਾਣਾ ਗੁਰਜੀਤ ਸਿੰਘ ਕਪੂਰਥਲੇ ਵਾਲਿਆਂ ਦਾ ਬਹੁਤ ਖਾਸ ਬੰਦਾ ਜੀ, ਤੇ ਰਾਣਾ ਗੁਰਜੀਤ ਸਿੰਘ ਉਹਦੀ ਕਪਤਾਨ ਸਾਹਿਬ ਦੇ ਖਾਸ ਬੰਦੇ, ਤੇ ਜੇ ਕਪਤਾਨ ਸਾਹਿਬ ਵੜ ਗਿਆ ਤਾਂ ਲਾਡੀ ਨੂੰ ਟਿਕਟ ਮਿਲ ਸਕਦੀ ਹੈ, ਤੇ ਗੱਲ ਉਹੀ ਹੋਈ। ਹਰਦੇਵ ਸਿੰਘ ਲਾਡੀ ਸ਼ੇਰਵਾਲੀਆ ਉਮੀਦਵਾਰ ਬਣ ਗਿਆ ਇੰਨੇ ਵਿਵਾਦਾਂ ਦੇ ਬਾਵਜੂਦ। ਦੂਸਰੇ ਪਾਸੇ ਹੁਣ ਸ਼ੇਰਵਾਲੀਆ ਸਾਹਿਬ ਦੀ ਟਿਕਟ ਦੇ ਅਨਾਊਂਸ ਹੋਣ ਤੋਂ ਬਾਅਦ ਇੱਕ ਗੱਲ ਪੱਕੀ ਹੋ ਗਈ ਕਿ ਲੰਘੀ 2017 ਦੀ ਪੰਜਾਬ ਵਿਧਾਨ ਸਭਾ ਚੋਣ ਵਿੱਚ ਵੀ ਸ਼ਾਹਕੋਟ ਵਿਧਾਨ ਸਭਾ ਹਲਕੇ ਵਿੱਚ ਸਭ ਤੋਂ ਵੱਧ ਮੁੱਦਾ ਜਿਹੜਾ ਭਖਿਆ ਸੀ ਉਹ ਨਸ਼ਿਆਂ ਦਾ ਤੇ ਨਜਾਇਜ਼ ਮਾਈਨਿੰਗ ਦਾ ਭਖਿਆ ਸੀ ਜੀ, ਤੇ ਮੁੱਦਾ ਐਤਕੀ ਵੀ ਨਜਾਇਜ਼ ਮਾਈਨਿੰਗ ਦਾ ਭਖੂਗਾ, ਪਰ ਉਦੋਂ ਦੋਸ਼ ਲਾਉਣ ਵਾਲੇ ਹੋਰ ਸੀ, ਜਿਨ੍ਹਾਂ ਤੇ ਦੋਸ਼ ਲੱਗਦੇ ਸੀ ਉਹ ਹੋਰ ਸੀ, ਐਤਕੀ ਦੋਵੇਂ ਧਿਰਾਂ ਹੋਰ ਨੇ। ਪਿਛਲੀ ਵਾਰੀ ਕਾਂਗਰਸ ਹੀ ਕਹਿੰਦੇ ਸੀ ਅਕਾਲੀਆਂ ਨੂੰ, ਬੀਜੇਪੀ ਵਾਲਿਆਂ ਨੂੰ,
ਕਿ ਤੁਸੀਂ ਇੱਥੋਂ ਨਜਾਇਜ਼ ਮਾਈਨਿੰਗ ਕਰਾਉਂਦੇ ਹੋ, ਮਾਈਨਿੰਗ ਦੇ ਧੰਦੇ ਵਿੱਚੋਂ ਦੋ ਨੰਬਰ 'ਚ ਨੋਟ ਬਣਾਉਂਦੇ ਹੋ, ਲੋਕਾਂ ਨੂੰ ਮਹਿੰਗੀ ਰੇਤਾ ਵਿਕਵਾਉਂਦੇ ਹੋ ਜੀ। ਐਤਕੀ ਉਹੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਵਾਲੇ ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਵਿੱਚ ਉਹੀ ਇਲਜ਼ਾਮ ਜਿਹੜੇ ਪਹਿਲਾਂ ਸ਼ੇਰਵਾਲੀਆ ਸਾਹਿਬ ਉਹਨਾਂ ਤੇ ਲਾਉਂਦੇ ਸੀ, ਉਹੀ ਇਲਜ਼ਾਮ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਵਾਲੇ ਹੁਣ ਸ਼ੇਰਵਾਲੀਆ ਸਾਹਿਬ ਤੇ ਲਾਉਣਗੇ। ਹੁਣ ਦੇਖਦੇ ਹਾਂ ਕਿ ਇਨਸਾਫ਼ ਤਾਂ ਪਿਛਲੀ ਵਾਰ ਵੀ ਨਾ ਮਿਲਿਆ, ਐਤਕੀ ਸ਼ਾਹਕੋਟ ਦੇ ਲੋਕਾਂ ਨੂੰ ਇਨਸਾਫ਼ ਮਿਲਦਾ ਕਿ ਨਹੀਂ ਮਿਲਦਾ ਜੀ। ਦੂਸਰੇ ਪਾਸੇ ਆਮ ਆਦਮੀ ਪਾਰਟੀ ਬਹੁਤ ਪਛੜ ਗਈ। ਉਹ ਆਮ ਆਦਮੀ ਪਾਰਟੀ ਜਿਹੜੀ ਆਮ ਤੌਰ ਦੇ ਉੱਤੇ ਆਪਣੇ ਉਮੀਦਵਾਰਾਂ ਦਾ ਐਲਾਨ ਬਾਕੀ ਸਾਰਿਆਂ ਦੇ ਨਾਲੋਂ ਪਹਿਲਾਂ ਕਰ ਦਿੰਦੀ ਹੈ, ਉਹ ਆਮ ਆਦਮੀ ਪਾਰਟੀ ਅਜੇ ਪਰਸੋਂ ਤੱਕ ਉਮੀਦਵਾਰ ਦੇ ਐਲਾਨ ਦੇ ਯੋਗ ਨਹੀਂ ਲੱਗਦੀ। ਅਜੇ ਤੱਕ ਉਹ 605 ਦੇ ਵਿੱਚ ਹੈ, ਦੁਚਿੱਤੀ ਦੇ ਵਿੱਚ ਹੈ, ਚੋਣ ਲੜੀਏ ਨਾ ਲੜੀਏ। ਜੇ ਚੋਣ ਲੜੀਏ ਤਾਂ ਉਮੀਦਵਾਰ ਕਿਹੜਾ ਹੋਵੇ, ਤਾਂ ਜਿੰਨੀਆਂ ਟਿਕਟਾਂ ਦੇ ਲਈ ਅਰਜ਼ੀਆਂ ਗਈਆਂ ਨੇ ਉਹਦੇ ਵਿੱਚੋਂ ਚੰਗਾ ਉਮੀਦਵਾਰ ਕੌਣ ਹੋ ਸਕਦਾ। ਇਹ ਦੁਚਿੱਤੀ ਆਮ ਆਦਮੀ ਪਾਰਟੀ ਦੇ ਅੰਗ ਸੰਗ ਅਜੇ ਤੱਕ ਵੀ ਘੁੰਮ ਰਹੀ ਹੈ ਜੀ। ਹੁਣ ਸਿੱਧੇ ਤੌਰ ਦੇ ਉੱਤੇ ਮੁਕਾਬਲਾ ਨਾਇਬ ਸਿੰਘ ਕੁਹਾੜ ਤੇ ਹਰਦੇਵ ਸਿੰਘ ਲਾਡੀ ਸ਼ੇਰਵਾਲੀਆ ਦੇ ਵਿਚਾਲੇ ਹੈ, ਤੇ ਜਿਵੇਂ ਆਪਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਵੀ ਜ਼ਿਕਰ ਕੀਤਾ ਸੀ ਕਿ ਨਤੀਜਾ ਇਸ ਗੱਲ ਦੇ ਉੱਤੇ ਨਿਰਭਰ ਕਰਨਾ ਹੈ ਕਿ ਆਮ ਆਦਮੀ ਪਾਰਟੀ ਦੀਆਂ ਜਿੰਨੀਆਂ ਵੀ ਵੋਟਾਂ ਐਤਕੀ ਟੁੱਟਣਗੀਆਂ ਉਹ ਟੁੱਟ ਕੇ ਜੁੜਨਗੀਆਂ ਕਿਹਦੇ ਨਾਲ ਜੀ। ਵਟਸਐਪ ਰੰਧਾਵਾ ਸਾਹਿਬ ਨੇ ਕੰਮ ਵਾਹਵਾ ਚੱਕਿਆ ਹੋਇਆ ਜੀ, ਕਹਿੰਦੇ ਪੂਰੀ ਸਪੀਡ ਫੜੀ ਹੋਈ ਹੈ, ਚਰਚਾ ਬਹੁਤ ਹੈ, ਸਰਗਰਮੀ ਤੇ ਸਰਗਰਮੀ। ਸੁਖਨਾਥ ਜੀ ਤੁਹਾਡੀ ਗੱਲ ਬਿਲਕੁਲ ਠੀਕ ਹੈ। ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਤੋਂ ਸੁਖਜਿੰਦਰ ਸਿੰਘ ਰੰਧਾਵਾ ਉਸ ਵੇਲੇ ਚਰਚਾ ਦੇ ਵਿੱਚ ਆਉਣੇ ਸ਼ੁਰੂ ਹੋਏ ਸੀ ਜਦੋਂ ਉਹਨਾਂ ਨੇ ਸੁੱਚਾ ਸਿੰਘ ਲੰਗਾ ਅਕਾਲੀ ਦਲ ਦੇ ਆਗੂ ਨੂੰ ਲਗਾਤਾਰ 2 ਵਾਰ ਇਸ ਵਿਧਾਨ ਸਭਾ ਹਲਕੇ ਤੋਂ ਭਟਕਣੀ ਦਿੱਤੀ, ਉਹ ਵੀ ਵਿਧਾਨ ਸਭਾ ਦੀਆਂ ਚੋਣਾਂ 'ਚ। ਪਿਛਲੇ 10 ਸਾਲ ਜਦੋਂ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਪੰਜਾਬ 'ਚ ਸਰਕਾਰ ਰਹੀ ਹੈ, ਲੰਗਾ ਸਾਹਿਬ ਭਾਵੇਂ ਜਿੱਤਦੇ ਰਹੇ ਭਾਵੇਂ ਹਾਰਦੇ ਰਹੇ, ਪਰ ਗੁਰਦਾਸਪੁਰ ਦੇ ਵਿੱਚ ਡੇਰਾ ਬਾਬਾ ਨਾਨਕ ਦੇ ਵਿੱਚ ਸਰਦਾਰੀ ਪੂਰੀ ਰਹੀ ਉਹਨਾਂ ਦੀ। ਪਰ ਉਹਦੇ ਬਾਵਜੂਦ ਸੁਖਜਿੰਦਰ ਸਿੰਘ ਰੰਧਾਵਾ ਲਗਾਤਾਰ ਡਟ ਕੇ ਕਾਂਗਰਸ ਪਾਰਟੀ ਦੇ ਹੱਕ ਤੇ ਅਕਾਲੀ ਦਲ ਦੇ ਵਿਰੋਧ ਵਿੱਚ ਲਾਮਬੰਦੀ ਕਰਦੇ ਰਹੇ। ਰੰਧਾਵਾ ਸਾਹਿਬ ਨੂੰ ਮੰਤਰੀ ਬਣਾਤਾ, ਕੈਬਨਿਟ ਜੇਲ੍ਹ ਮਹਿਕਮਾ ਦਿੱਤਾ। ਕੈਬਨਿਟ ਮੰਤਰੀ ਰੰਧਾਵਾ ਸਾਹਿਬ ਕਿਵੇਂ ਬਣ ਗਏ, ਇਹਨਾਂ ਤੋਂ ਸੀਨੀਅਰ ਬਹੁਤ ਸਾਰੇ ਲੋਕ ਰਹਿ ਗਏ। ਕਿਉਂਕਿ ਇਹ ਗੱਲ ਮੰਨੀ ਜਾਂਦੀ ਹੈ ਕਿ ਜਦੋਂ ਵੀ ਕਦੇ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਪਾਰਟੀ ਦੇ ਅੰਦਰੋਂ ਚੁਣੌਤੀ ਮਿਲੀ, ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਪਾਰਟੀ ਦੇ ਵਿੱਚ ਕੈਪਟਨ ਸਾਹਿਬ ਦੇ ਨਾਲ ਖੜੇ। ਇਹ ਵੀ ਗੱਲ ਮੰਨੀ ਜਾਂਦੀ ਹੈ ਕਿ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਵਿੱਚ ਕਾਂਗਰਸ ਪਾਰਟੀ ਦੀ ਜਾਖੜ ਸਾਹਿਬ ਦੇ ਹੱਕ 'ਚ ਪ੍ਰਚਾਰ ਦੀ ਬਹੁਤੀ ਮੁਹਿੰਮ ਸੁਖਜਿੰਦਰ ਸਿੰਘ ਰੰਧਾਵਾ ਨੇ ਨਿਭਾਈ, ਸਾਂਭੀ, 1,93,000 ਵੋਟਾਂ ਦੇ ਨਾਲ ਕਾਂਗਰਸ ਜਿੱਤੀ, ਕਪਤਾਨ ਸਾਹਿਬ ਖੁਸ਼ ਹੋ ਗਏ ਜੀ। ਇਹ ਵੀ ਗੱਲ ਮੰਨੀ ਜਾਂਦੀ ਹੈ ਕਿ ਗੁਰਦਾਸਪੁਰ ਜ਼ਿਲ੍ਹਾ ਕੈਪਟਨ ਅਮਰਿੰਦਰ ਸਿੰਘ ਦੇ ਲਈ ਬਹੁਤ ਇੰਪੋਰਟੈਂਟ ਹੈ, ਕਿਉਂਕਿ ਇਸ ਜ਼ਿਲ੍ਹੇ ਦੇ ਵਿੱਚੋਂ ਪ੍ਰਤਾਪ ਸਿੰਘ ਬਾਜਵਾ ਵੀ ਕਾਂਗਰਸ ਦੇ ਲੀਡਰ ਨੇ, ਜਿਹੜੇ ਕਿ ਹਮੇਸ਼ਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਲਈ ਪਾਰਟੀ ਦੇ ਅੰਦਰ ਪਾਰਟੀ ਦੇ ਬਾਹਰ ਸਿਆਸੀ ਤੌਰ ਤੇ ਚੁਣੌਤੀ ਬਣਦੇ ਰਹੇ ਆ, ਤੇ ਪ੍ਰਤਾਪ ਸਿੰਘ ਬਾਜਵਾ ਨੂੰ ਥਾਂ ਸਿਰ ਕਿਵੇਂ ਰੱਖਣਾ, ਪ੍ਰਤਾਪ ਸਿੰਘ ਬਾਜਵਾ ਦੇ ਮੁਕਾਬਲੇ ਕਾਂਗਰਸ ਪਾਰਟੀ ਦੀ ਹੋਰ ਲੀਡਰਸ਼ਿਪ ਜ਼ਿਲ੍ਹੇ ਦੇ ਵਿੱਚ ਕਿਵੇਂ ਉਭਾਰਨੀ ਹੈ, ਇਹ ਫਿਰ ਕਪਤਾਨ ਸਾਹਿਬ ਨੂੰ ਭਲੀ ਭਾਂਤ ਪਤਾ ਤੇ ਰੰਧਾਵਾ ਸਾਹਿਬ ਮੰਤਰੀ ਬਣ ਗਏ ਜੀ। ਹੁਣ ਮੰਤਰੀ ਬਣਾਇਆ ਜੇਲ੍ਹ ਵਿਭਾਗ ਦਾ, ਮੰਤਰੀ ਬਣਨ ਤੋਂ ਬਾਅਦ ਆਪਾਂ ਜ਼ਿਕਰ ਕੀਤਾ ਸੀ ਬੀਤੇ ਕੱਲ੍ਹ ਕਿ ਪਟਿਆਲੇ ਦੀ ਜੇਲ੍ਹ 'ਚ ਗਿਆ, ਸਵੇਰੇ 7:30 ਤੋਂ ਲੈ ਕੇ 10:30 ਤੱਕ ਛਾਪਾ ਮਾਰਿਆ, ਮਿਲਿਆ ਕੱਖ ਨਹੀਂ ਜੀ। ਫਿਰ ਜੇਲ੍ਹ ਅਧਿਕਾਰੀਆਂ ਦੀ ਮੀਟਿੰਗ ਕਰਕੇ ਸਾਫ਼ ਤੌਰ ਤੇ ਕਹਿਤਾ ਕਿ ਜੇ ਕਿਸੇ ਜੇਲ੍ਹ ਦੇ ਵਿੱਚੋਂ ਨਸ਼ਾ ਫੜਿਆ ਗਿਆ, ਜੇ ਕਿਸੇ ਜੇਲ੍ਹ ਦੇ ਵਿੱਚੋਂ ਮੋਬਾਈਲ ਫੜਿਆ ਗਿਆ, ਬੈਰਕਾਂ ਦੇ ਵਿੱਚ ਰਹਿੰਦੇ ਕੈਦੀਆਂ ਹਵਾਲਾਤੀਆਂ ਤੇ ਪਰਚੇ ਤਾਂ ਹੋਣਗੇ ਹੀ ਹੋਣਗੇ, ਜੇਲ੍ਹ ਦੇ ਅਧਿਕਾਰੀ ਸੁੱਕੇ ਨਹੀਂ ਬਖਸ਼ਾਂਗੇ। ਹੁਣ ਹੋਇਆ ਕਿ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ ਜ਼ਿਲ੍ਹੇ ਗੁਰਦਾਸਪੁਰ ਦੀ ਜੇਲ੍ਹ 'ਚ ਛਾਪਾ ਮਾਰਿਆ ਅੱਧੀ ਰਾਤੀ, ਜ਼ਿਲ੍ਹੇ ਦੀ ਪੁਲਿਸ ਦਾ ਇੱਕ ਬਹੁਤ ਵੱਡਾ ਹਿੱਸਾ ਉਹਨਾਂ ਦੇ ਨਾਲ, ਉੱਥੋਂ ਤਕਰੀਬਨ 9 ਮੋਬਾਈਲ ਫੋਨ ਫੜੇ ਗਏ, 9 ਮੋਬਾਈਲ ਫੋਨ ਫੜੇ ਗਏ। ਉਸੇ ਵੇਲੇ ਉਹਨਾਂ ਨੇ ਜੇਲ੍ਹ ਸੁਪਰਡੈਂਟ ਰਣਦੀਪ ਸਿੰਘ ਉੱਪਲ, ਡਿਪਟੀ ਜੇਲ੍ਹ ਸੁਪਰਡੈਂਟ ਅਰਵਿੰਦਰਪਾਲ ਸਿੰਘ ਭੱਟੀ ਦੋਵਾਂ ਨੂੰ ਡਿਊਟੀ ਦੇ ਵਿੱਚ ਕੁਤਾਹੀ ਵਰਤਣ ਦੇ ਇਲਜ਼ਾਮਾਂ ਦੇ ਵਿੱਚ ਮੁਅੱਤਲ ਕਰ ਦਿੱਤਾ। ਇਹ ਆਪਣੇ ਆਪ ਦੇ ਵਿੱਚ ਜੇਲ੍ਹ ਮੰਤਰੀ ਬਣਨ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਦੀ ਕੀਤੀ ਗਈ ਸਭ ਤੋਂ ਵੱਡੀ ਕਾਰਵਾਈ ਹੈ, ਲਿਆ ਗਿਆ ਸਭ ਤੋਂ ਵੱਡਾ ਐਕਸ਼ਨ ਹੈ ਜੀ। ਹੁਣ ਬਾਕੀ ਜੇਲ੍ਹਾਂ ਦੇ ਜਿਹੜੇ ਵੱਡੇ ਅਧਿਕਾਰੀ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਕੰਨ ਹੋਣਗੇ ਕਿ ਸੁਖਜਿੰਦਰ ਸਿੰਘ ਰੰਧਾਵਾ ਇਕੱਲੇ ਭਾਸ਼ਣ ਨਹੀਂ ਸੀ ਦਿੰਦੇ, ਇਕੱਲੇ ਦਾਅਵੇ ਨਹੀਂ ਸੀ ਕਰਦੇ, ਕੁਝ ਕੰਮ ਕਰਨ ਦੀ ਇੱਛਾ ਰੱਖਦੇ ਆ। ਹੁਣ ਜੇਲ੍ਹ ਦਾ ਚੱਪਾ ਚੱਪਾ ਛਾਣਿਆ, ਕਈ ਘੰਟੇ ਲੱਗੇ, ਆਪਰੇਸ਼ਨ ਦੀ ਅਗਵਾਈ ਖੁਦ ਗੁਰਦਾਸਪੁਰ ਦੇ ਪੁਲਿਸ ਕਪਤਾਨ ਹਰਚਰਨ ਸਿੰਘ ਨੇ ਕੀਤੀ, ਤੇ ਹੁਣ ਜਦੋਂ ਡਿਪਟੀ ਸੁਪਰਡੈਂਟ ਤੇ ਸੁਪਰਡੈਂਟ ਦੋਵੇਂ ਮੁਅੱਤਲ ਕਰ ਦਿੱਤੇ ਹੈ, ਇੱਕ ਵਾਰੀ ਤਾਂ ਪੰਜਾਬ ਦੇ ਲੋਕਾਂ ਦੇ ਵਿੱਚ ਗੱਲ ਚੱਲ ਪਈ ਕਿ ਭਾਈ ਸੁਖਜਿੰਦਰ ਸਿੰਘ ਰੰਧਾਵਾ ਇੱਕ ਚੰਗੇ ਮੰਤਰੀ ਸਾਬਿਤ ਹੋ ਸਕਦੇ ਆ। ਦੂਸਰੇ ਪਾਸੇ ਇਹਨਾਂ ਦੋਵਾਂ ਅਫਸਰਾਂ ਨੂੰ ਮੁਅੱਤਲ ਕਰਨ ਤੋਂ ਬਾਅਦ ਇੱਕ ਹੋਰ ਕੰਮ ਕਰ ਦਿੱਤਾ ਰੰਧਾਵਾ ਸਾਹਿਬ ਨੇ, ਉਹਨਾਂ ਨੇ ਡਿਪਟੀ ਮੁੱਖ ਮੰਤਰੀ ਰਹੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਹਮਲਾ ਕੀਤਾ।
ਕਹਿੰਦੇ ਜੀ ਦੇਖੋ ਅਕਾਲੀ ਦਲ ਦਾ ਬੰਦਾ ਹੋਵੇ ਪ੍ਰਧਾਨ, ਨਾ ਹੋਵੇ ਸੁਖਬੀਰ ਸਿੰਘ ਬਾਦਲ, ਹੋਵੇ ਪਤਿਤ ਸਿੱਖ, ਅੰਮ੍ਰਿਤ ਛੱਕ ਕੇ ਕੀਤਾ ਹੋਵੇ ਭੰਗ, ਤਾਂ ਜਥੇਦਾਰ ਕਾਰਵਾਈ ਕਿਉਂ ਨੀ ਕਰਦੇ ਜੀ? ਤੇ ਉਹ ਕਹਿੰਦੇ ਮੈਂ ਵਿਧਾਨ ਸਭਾ ਚ ਵੀ ਆਖਿਆ ਕਿ ਭਾਈ ਆਪਣਾ ਗਾਤਰਾ ਵਿਖਾਓ, ਜੇ ਤੁਸੀਂ ਅੰਮ੍ਰਿਤਪਾਨ ਕੀਤਾ ਸਾਰੇ ਲੋਕਾਂ ਨੂੰ ਪਤਾ ਤੁਸੀਂ ਗਾਤਰਾ ਵਿਖਾਓ, ਕਹਿੰਦੇ ਵਿਖਾਇਆ ਨੀ, ਮੈਂ ਕਹਿੰਦੇ ਵਿਖਾਤਾ ਸੀ, ਤੇ ਜਿਹਦੇ ਬਾਵਜੂਦ ਵੀ ਨਹੀਂ ਵਿਖਾਇਆ, ਤੇ ਇਹਦਾ ਮਤਲਬ ਕਹਿੰਦੇ ਉਹਨੇ ਅੰਮ੍ਰਿਤ ਛੱਕ ਕੇ ਭੰਗ ਕਰਤਾ। ਤੇ ਨਾਲ ਦੀ ਨਾਲ ਉਹ ਕਹਿੰਦੇ ਮੈਂ ਅਪੀਲ ਕਰਦਾ, ਮੈਂ ਬੇਨਤੀ ਕਰਦਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਪਤਿਤ ਸਿੱਖ ਹੋਣ ਕਰਕੇ ਅੰਮ੍ਰਿਤ ਛੱਕ ਕੇ ਭੰਗ ਕਰਨ ਦੇ ਕਰਕੇ ਕਾਰਵਾਈ ਕਰਨ, ਤੇ ਜੇ ਕਹਿੰਦੇ ਜਥੇਦਾਰ ਕਾਰਵਾਈ ਨਹੀਂ ਕਰਦੇ ਤਾਂ ਸਾਰੀ ਦੁਨੀਆਂ ਦੇ ਕੋਲ ਫਿਰ ਪ੍ਰਮਾਣ ਹੋ ਜਾਣਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਾਦਲ ਪਰਿਵਾਰ ਤੋਂ ਡਰਦੇ ਆ। ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਚੁਣੌਤੀ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੋਰਾਂ ਦੇ ਲਈ ਵੀ, ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਲਈ ਵੀ। ਆ ਪਿਛਲੇ ਦਿਨਾਂ ਦੇ ਵਿੱਚ ਜਦੋਂ ਅਕਾਲੀ ਦਲ ਨੇ ਇੱਕ ਪ੍ਰਦਰਸ਼ਨ ਕੀਤਾ ਉਦੋਂ ਵੀ ਪਾਣੀ ਦੀਆਂ ਵਿਛਾੜਾਂ ਸਿੱਟੀਆਂ ਗਈਆਂ ਸੀ, ਉਦੋਂ ਵੀ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਕੱਪੜੇ ਜਦੋਂ ਗਿੱਲੇ ਹੋ ਗਏ ਸੀ ਤਾਂ ਬੜੇ ਸਵਾਲ ਉੱਠੇ ਸੀ ਕਿ ਜੇ ਅੰਮ੍ਰਿਤਪਾਨ ਕੀਤਾ ਤਾਂ ਸੰਕੇਤ ਕਿਸੇ ਹੋਰ ਤਰ੍ਹਾਂ ਦੇ ਹੋਣੇ ਚਾਹੀਦੇ, ਪਰ ਉਦਾਂ ਦੇ ਨਹੀਂ। ਚਲੋ ਆਪਾਂ ਅੱਗੇ ਚੱਲਦੇ ਹਾਂ। ਹੁਣ ਜਿਹੜੇ ਬਾਜਵਾ ਸਾਹਿਬ ਨੇ ਉਹਨਾਂ ਦੇ ਹਲਕੇ ਦੇ ਵਿੱਚੋਂ ਜਦੋਂ ਸਿੱਧੇ ਤੌਰ ਦੇ ਉੱਤੇ ਰੰਧਾਵਾ ਸਾਹਿਬ ਨੂੰ ਮੰਤਰੀ ਬਣਾਤਾ ਤੇ ਰੰਧਾਵਾ ਸਾਹਿਬ ਨੇ ਫਿਰ ਕਈ ਮੰਜ਼ਿਲਾਂ ਸਰ ਕਰਨ ਦਾ ਯਤਨ ਸ਼ੁਰੂ ਕਰਤਾ, ਉਹਨਾਂ ਨੇ ਇੱਕ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਵਿਸ਼ਵਾਸ ਪਾਤਰ ਬਣ ਕੇ ਮੰਤਰੀ ਦੀ ਕੁਰਸੀ ਹਾਸਲ ਕੀਤੀ ਆ, ਤੇ ਦੂਸਰੇ ਪਾਸੇ ਸਿੱਧੀ ਬਾਦਲਾਂ ਨੂੰ ਟੱਕਰ ਦੇਣ ਵਾਲੇ ਬਿਆਨ ਵੀ ਦੇ ਦਿੰਦੇ ਆ। ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਸੀ, ਸਿੱਧੇ ਤੌਰ ਦੇ ਉੱਤੇ ਜੇ ਬਿਕਰਮ ਸਿੰਘ ਮਜੀਠੀਆ ਸਾਬਕਾ ਕੈਬਨਿਟ ਮੰਤਰੀ ਨੂੰ ਕੋਈ ਵੰਗਾਰਦਾ ਸੀ ਤਾਂ ਉਹ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਹੋ ਰਹੀ ਸੀ। ਤੇ ਐਤਕੀ ਰੰਧਾਵਾ ਸਾਹਿਬ ਨੇ ਜਿਹੜਾ ਐਲਾਨ ਕੀਤਾ ਸੀ ਕਿ ਸਹਿਕਾਰਤਾ ਮੰਤਰੀ ਵੀ ਮੈਂ, ਸਹਿਕਾਰੀ ਬੈਂਕਾਂ ਤੇ ਸਹਿਕਾਰੀ ਸੁਸਾਇਟੀਆਂ ਤੋਂ ਵੱਡੇ ਲੋਨ ਲੈ ਕੇ ਰਸੂਖਦਾਰ ਲੋਕ ਜਿਹੜੇ ਨੇ ਕੁੰਡਲੀ ਮਾਰ ਕੇ ਬੈਠੇ ਹੋਏ ਆ, ਮਹਿੰਗੀਆਂ ਗੱਡੀਆਂ ਤੇ ਮਹਿੰਗੀਆਂ ਕਾਰਾਂ ਲੈ ਕੇ ਦੌੜੇ ਫਿਰਦੇ, ਐਸ਼ੋ ਇਸ਼ਰਤ ਕਰਦੇ ਆ, ਪੈਸੇ ਵਾਪਸ ਨਹੀਂ ਕਰਦੇ ਸਾਡੀਆਂ ਬੈਂਕਾਂ ਤੇ ਸੁਸਾਇਟੀਆਂ ਦਾ, ਇਦਾਂ ਦੇ ਵੱਡੇ ਡਿਫਾਲਟਰਾਂ ਦੇ ਕਰਕੇ ਭੱਠਾ ਬਹਿ ਗਿਆ, ਮੈਂ ਇਹਨਾਂ ਤੋਂ ਪੈਸੇ ਵਾਪਸ ਮੜਵਾਉਣੇ ਆ। ਉਹਨਾਂ ਨੇ ਦਿਆਲ ਸਿੰਘ ਕੋਰਿਆਂਵਾਲੀ ਦਾ ਜ਼ਿਕਰ ਕੀਤਾ ਸੀ, 1 ਕਰੋੜ ਤੋਂ ਵੱਧ ਰੁਪਈਆ ਹੀ ਨਹੀਂ ਦੇਣਾ, ਤੇ ਮੈਂ ਇਦਾਂ ਦੇ ਲੋਕਾਂ ਦੇ ਖਿਲਾਫ਼ ਕਾਰਵਾਈ ਠੋਕ ਕੇ ਕਰਨੀ ਆ, ਛੱਡਣਾ ਕੋਈ ਨੀ ਭਾਵੇਂ ਕਿਸੇ ਵੀ ਪਾਰਟੀ ਦਾ ਬੰਦਾ ਕਿਉਂ ਨਾ ਹੋਵੇ। ਹੁਣ ਉਹਦੇ ਤੋਂ ਬਾਅਦ ਹੋਇਆ ਕੀ, ਪੱਤਰਕਾਰ ਦਿਆਲ ਸਿੰਘ ਕੋਰਿਆਂਵਾਲੀ ਦੇ ਕੋਲੇ ਗਏ ਕਿ ਕੋਰਿਆਂਵਾਲੀ ਸਾਹਿਬ ਆ ਕੀ ਹੋ ਗਿਆ, ਤੁਹਾਡੇ ਬਾਬਤ ਕੀ ਕੁਝ ਕਹਿ ਦਿੱਤਾ ਰੰਧਾਵਾ ਸਾਹਿਬ ਨੇ ਕਿ ਤੁਸੀਂ 1 ਕਰੋੜ ਰੁਪਈਏ ਦੇ ਡਿਫਾਲਟਰ ਹੋ? ਉਹ ਕਹਿੰਦੇ ਜੀ ਦੇਖੋ ਸਿਆਸੀ ਤੌਰ ਦੇ ਉੱਤੇ ਬਦਲਾਖੋਰੀ ਦੇ ਆਧਾਰ ਤੇ ਸਾਰਾ ਕੰਮ ਹੋ ਰਿਹਾ, ਹੋਰ ਤਾਂ ਕੋਈ ਗੱਲ ਹੀ ਨਹੀਂ, ਮੇਰੇ ਤੋਂ ਵੱਡੇ ਵੱਡੇ ਡਿਫਾਲਟਰ ਕਹਿੰਦੇ ਪੰਜਾਬ 'ਚ ਹੈਗੇ ਨੇ ਜਿਹਨਾਂ ਨੇ ਪੈਸੇ ਲਏ ਤੇ ਪੈਸੇ ਵਾਪਸ ਨਹੀਂ ਕੀਤੇ, ਪਰ ਕਾਰਵਾਈ ਜਿਸ ਤਰੀਕੇ ਦੇ ਨਾਲ ਮੇਰੇ ਤੇ ਹੋ ਰਹੀ ਆ, ਕਹਿੰਦੇ ਹੁਣ ਸਾਰੀ ਦੁਨੀਆਂ ਨੂੰ ਪਤਾ ਲੱਗ ਗਿਆ ਕਿ ਮੈਨੂੰ ਸਿਆਸੀ ਆਧਾਰ ਦੇ ਉੱਤੇ ਤੰਗ ਕੀਤਾ ਜਾ ਰਿਹਾ। ਮੈਂ ਦਿਆਲ ਸਿੰਘ ਕੋੜਿਆਂਵਾਲੀ ਹੋਰਾਂ ਦੇ ਨਾਲ ਸਹਿਮਤ ਹਾਂ ਕਿ ਬੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਹੋਵੇ, ਏਡਾ ਰੁਤਬਾ ਸ਼੍ਰੋਮਣੀ ਕਮੇਟੀ ਦਾ, ਤੁਸੀਂ ਉਹਦੇ ਮੈਂਬਰ ਦੇ ਨਾਲ ਏਦਾਂ ਵਿਵਹਾਰ ਕਰਦੇ ਹੋ, ਨਹੀਂ ਕਰਨਾ ਚਾਹੀਦਾ। ਬੰਦਾ ਅਕਾਲੀ ਦਲ ਦਾ ਜ਼ਿਲ੍ਹਾ ਪ੍ਰਧਾਨ ਹੋਵੇ ਤੇ ਆਪਾਂ ਏਦਾਂ ਦਾ ਵਿਵਹਾਰ ਕਰੀਏ, ਨਹੀਂ ਕਰਨਾ ਚਾਹੀਦਾ। ਇਹਦੇ ਨਾਲ ਨਾਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਪਰਿਵਾਰ ਦੇ ਬਹੁਤ ਨੇੜਲੇ ਲੀਡਰ ਹੋਣ ਤੇ ਇਦਾਂ ਦੇ ਸਵਾਲ ਪੁੱਛੀਏ, ਨਹੀਂ ਪੁੱਛਣੇ ਚਾਹੀਦੇ। ਪਰ ਦਿਆਲ ਸਿੰਘ ਕੋਲਿਆਂਵਾਲੀ ਹੋਰਾਂ ਦੀਆਂ ਮੈਨੂੰ 2 ਸਟੇਟਮੈਂਟਸ ਬੜੀਆਂ ਅਜੀਬ ਲੱਗੀਆਂ। ਉਹਨਾਂ ਨੂੰ ਪੱਤਰਕਾਰਾਂ ਨੇ ਪੁੱਛਿਆ ਕਿ ਕਰਜ਼ਾ ਲਿਆ, ਕਹਿੰਦੇ ਲਿਆ, ਵਾਪਸ ਕਰਨਾ, ਕਹਿੰਦੇ ਕਰਨਾ, ਕਿਸ਼ਤਾਂ ਟੁੱਟੀਆਂ, ਕਹਿੰਦੇ ਟੁੱਟੀਆਂ, ਵਾਪਸ ਕਰਦੇ ਕਿਉਂ ਨਹੀਂ? ਉਹ ਕਹਿੰਦੇ ਮੈਂ ਬੜੀ ਛੇਤੀ ਕਰ ਦੇਣਾ। ਚਲੋ ਬੜੀ ਵਧੀਆ ਗੱਲ ਹੈ ਜੇ ਦਿਆਲ ਸਿੰਘ ਕੋਲਿਆਂਵਾਲੀ ਹੋਰੀ ਕਰਜ਼ਾ ਛੇਤੀ ਵਾਪਸ ਕਰ ਦੇਣਗੇ, ਪਰ ਦੂਸਰੇ ਪਾਸੇ ਜੇ ਉਹ ਇਹ ਤਰਕ ਦੇਣ ਕਿ ਮੇਰੇ ਤੋਂ ਵੱਡੇ ਵੱਡੇ ਡਿਫਾਲਟਰ ਜਿਹੜੇ ਪੰਜਾਬ 'ਚ ਤੁਰੇ ਫਿਰਦੇ, ਕਾਰਵਾਈ ਉਹਨਾਂ ਤੇ ਹੋਈ ਨਹੀਂ ਮੇਰੇ ਤੇ ਕਿਉਂ, ਮੈਂ ਕਹਿੰਦਾ ਕਿ ਦਿਆਲ ਸਿੰਘ ਕੋਲਿਆਂਵਾਲੀ ਨੂੰ ਛੱਡ ਕੇ ਬਾਕੀ ਸਾਰੇ ਪੰਜਾਬ ਦੇ ਲੋਕ ਇਹਨਾਂ ਤੋਂ ਵੱਡੇ ਡਿਫਾਲਟਰ ਭਾਵੇਂ ਕਿਉਂ ਨਾ ਹੋਣ, ਬਾਕੀ ਸਾਰੇ ਪੰਜਾਬ ਦੇ ਡਿਫਾਲਟਰ ਹੋਣ ਕਰਕੇ ਦਿਆਲ ਸਿੰਘ ਕੋਲਿਆਂਵਾਲੀ ਦਾ ਫਾਲਟ ਨਿਕਲ ਜਾਂਦਾ? ਬੈਂਕ ਤੋਂ ਉਹਨਾਂ ਨੇ ਕਰਜ਼ਾ ਲਿਆ, ਕਰਜ਼ਾ ਮੋੜਿਆ ਨਹੀਂ, ਵਿਆਜ ਦਿੱਤਾ ਨਹੀਂ, ਮੂਲ ਸਾਂਭ ਕੇ ਬੈਠੇ ਆ, ਕੋਠੀਆਂ ਵੱਡੀਆਂ ਬੰਗਲਿਆਂ ਦੇ ਵਿੱਚ ਰਹਿੰਦੇ ਆ, ਮਹਿੰਗੀਆਂ ਕਾਰਾਂ ਦਾ ਕੋਈ ਪਤਾ ਨਹੀਂ ਲੱਗਦਾ, ਕਾਰੋਬਾਰ ਅੱਗੇ ਵਧਾਈ ਜਾਂਦੇ ਆ, ਤਾਂ ਬੈਂਕਾਂ ਦਾ ਪੈਸਾ ਵਾਪਸ ਕਿਉਂ ਨਹੀਂ ਦਿੰਦੇ? ਭਾਵੇਂ ਸਾਰਾ ਪੰਜਾਬ ਕਾਣਾ ਹੋ ਜਾਏ ਪਰ ਤੁਹਾਨੂੰ ਜੇ ਘੱਟ ਦੀਦਾ ਤਾਂ ਤੁਹਾਨੂੰ ਘੱਟੇ ਹੀ ਦੀਦਾ, ਤੁਸੀਂ ਆਪਣੇ ਪੈਸੇ ਵਾਪਸ ਕਰੋ। ਭਾਵੇਂ ਕੋਈ ਵੀ ਬੰਦਾ ਕਿਸੇ ਵੀ ਪਾਰਟੀ ਦਾ ਹੋਵੇ, ਕਿਸੇ ਵੀ ਪਿੰਡ ਸ਼ਹਿਰ ਜ਼ਿਲ੍ਹੇ ਦਾ ਹੋਵੇ, ਤੁਸੀਂ ਆਪਣੇ ਪੈਸੇ ਵਾਪਸ ਕਰਕੇ ਤੁਸੀਂ ਉਹਦੇ ਘਰ ਦੇ ਮੂਹਰੇ ਜਾ ਕੇ ਧਰਨਾ ਲਾ ਦਿਓ ਕਿ ਭਾਈ ਤੂੰ ਵੀ ਪੈਸੇ ਵਾਪਸ ਕਰ, ਮੈਂ ਵੀ ਕਰ ਦਿੱਤੇ ਆ। ਤੇ ਜੇ ਇਸ ਤਰੀਕੇ ਦੇ ਨਾਲ ਰੰਧਾਵਾ ਸਾਹਿਬ ਦਾ ਪੈਸੇ ਮੰਗਣਾ ਤੁਹਾਡੇ ਕੋਲੋਂ ਕਿ ਤੁਸੀਂ ਡਿਫਾਲਟਰ ਨੂੰ ਪੈਸੇ ਦਿਓ, ਸਿਆਸੀ ਤੌਰ ਦੇ ਉੱਤੇ ਬਦਲਾਖੋਰੀ ਹੈ, ਤਾਂ ਮੈਨੂੰ ਲੱਗਦਾ ਕਿ ਰੰਧਾਵਾ ਸਾਹਿਬ ਭਾਵੇਂ ਰੋਜ਼ ਹੀ ਇੱਕ ਬਦਲਾਖੋਰੀ ਕਰਨ, ਉਹਨਾਂ ਨੂੰ ਕਰ ਲੈਣੀ ਚਾਹੀਦੀ ਹੈ। ਤੇ ਜੇ ਦਿਆਲ ਸਿੰਘ ਕੋਲਿਆਂਵਾਲੀ ਸਾਹਿਬ ਇਹ ਸਮਝਦੇ ਆ ਕਿ ਭਾਈ ਜਿੱਡਾ ਵੱਡਾ ਬੰਦਾ ਤੇ ਓਡਾ ਵੱਡਾ ਉਹ ਠੱਗ ਹੈ,
ਤਾਂ ਮੈਨੂੰ ਲੱਗਦਾ ਕਿ ਇਹਨਾਂ ਨੂੰ ਆਪਣਾ ਨਾਮ ਉਸ ਕਤਾਰ ਦੇ ਵਿੱਚੋਂ, ਸੂਚੀ ਦੇ ਵਿੱਚੋਂ ਬਾਹਰ ਕੱਢ ਲੈਣਾ ਚਾਹੀਦਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਬੰਦਾ SGPC ਦਾ ਮੈਂਬਰ ਹੋਵੇ ਤੇ ਬੰਦਾ ਬੈਂਕ ਦਾ ਡਿਫਾਲਟਰ ਹੋਵੇ ਤੇ ਕਹੀ ਜਾਵੇ ਕਿ ਭਾਈ ਹੋਰ ਬਥੇਰੇ ਬੰਦੇ ਡਿਫਾਲਟਰ, ਉਹਨਾਂ ਦੇ ਖਿਲਾਫ਼ ਕਾਰਵਾਈ ਕਿਉਂ ਨੀ ਕਰਦੇ? ਇਹ ਗੱਲ ਚੰਗੀ ਨੀ। ਜੇ ਮੈਂ ਕਤਲ ਕੀਤਾ ਸਜ਼ਾ ਮੈਂ ਭੁਗਤਣੀ ਹੈ, ਭਾਵੇਂ ਸਾਰੇ ਪਿੰਡ ਨੇ ਕਤਲ ਕੀਤੇ ਹੋਣ ਪਰ ਮੇਰੇ ਕਤਲ ਦੀ ਸਜ਼ਾ ਮੈਨੂੰ ਭੁਗਤਣੀ ਪੈਣੀ ਹੈ। ਸੋ ਜਿੱਥੋਂ ਤੱਕ ਅਪਰਾਧ ਪੈਸੇ ਵਾਪਸ ਨਾ ਕਰਨ ਦਾ ਕੁੜਿਆਂ ਵਾਲੀ ਹਿਸਾਬ ਦਾ, ਉਹਦੇ ਅਪਰਾਧ ਤੋਂ ਉਹਨਾਂ ਨੂੰ ਮੁਕਤ ਨਹੀਂ ਕੀਤਾ ਜਾ ਸਕਦਾ। ਪਰ ਜੇ ਇਸ ਨੀਵੇਂ ਪੱਧਰ ਦੀ ਉਹਨਾਂ ਨੇ ਬਿਆਨਬਾਜ਼ੀ ਇਸ ਮੁੱਦੇ ਤੇ ਕੀਤੀ ਹੈ ਕਿ ਭਾਈ ਬਾਕੀਆਂ ਤੋਂ ਵੀ ਕਰਜ਼ੇ ਵਾਪਸ ਲਓ, ਮੈਂ ਫਿਰ ਦੇਣੇ ਹੈ, ਉਹਦੇ ਤੋਂ ਪਤਾ ਲੱਗਦਾ ਕਿ ਅਸੀਂ ਸਿਆਸੀ ਤੇ ਧਾਰਮਿਕ ਤੌਰ ਦੇ ਉੱਤੇ ਕਿੱਡੇ ਵੱਡੇ ਨਿਗਾਰ ਦੇ ਸ਼ਿਕਾਰ ਹੋ ਚੁੱਕੇ ਹਾਂ ਜੀ। ਤੇ ਜੋਤ ਸਿੰਘ ਨੇ ਵੀ ਚਿੰਤਤ ਕਰਤਾ ਜੀ ਅਕਾਲੀ ਦਲ ਨੂੰ। ਸੁਖਨੈਬ ਜੀ, ਗੱਲ ਬਿਲਕੁਲ ਠੀਕ ਹੈ। ਦੇਖੋ ਇਸ ਵੇਲੇ ਹਰ ਇੱਕ ਪਾਰਟੀ ਦੇ ਲਈ ਨੌਜਵਾਨ ਬਹੁਤ ਮਹੱਤਵਪੂਰਨ ਨੇ। ਪਹਿਲੀ ਗੱਲ ਇਹ ਕਿ ਪੰਜਾਬ ਦੇ ਵਿੱਚ ਨੌਜਵਾਨਾਂ ਦੀਆਂ ਵੋਟਾਂ ਬਹੁਤ ਨੇ। ਜਿਸ ਪਾਸੇ ਨੌਜਵਾਨ ਝੁੱਕ ਗਏ, ਸਮਝ ਲਓ ਉਸ ਸਿਆਸੀ ਧਿਰ ਦੀਆਂ ਪੌਂਬਾਰਾਂ ਜਿੱਤ ਦੇ ਨੇੜੇ ਪਹੁੰਚ ਗਈ। ਨੌਜਵਾਨ ਇਸ ਕਰਕੇ ਵੀ ਸਿਆਸੀ ਪਾਰਟੀਆਂ ਦੇ ਲਈ ਇੰਪੋਰਟੈਂਟ ਨੇ ਕਿਉਂਕਿ ਪਿਛਲੇ 10-12 ਵਰ੍ਹਿਆਂ ਦੇ ਵਿੱਚ ਚੋਣਾਂ ਲੜਨ ਦਾ ਬਿਲਕੁਲ ਮਾਹੌਲ ਤਬਦੀਲ ਹੋ ਗਿਆ। ਪਹਿਲਾਂ ਪਿੰਡ ਦੇ ਵਿੱਚ 1-2 ਮੋਤਬਰ ਹੁੰਦੇ ਸੀ, ਇਲਾਕੇ ਦੇ ਵਿੱਚ 5-7 ਮੋਤਬਰ ਹੁੰਦੇ ਸੀ, ਜੋ ਕਹਿੰਦੇ ਸੀ ਲੋਕ ਮੰਨਦੇ ਜਾਂਦੇ ਸੀ, ਗੱਲ ਮੰਨਦੇ। ਅੱਜ ਕੱਲ੍ਹ ਹਰ ਇੱਕ ਬੰਦਾ ਲੀਡਰ ਹੈ, ਹਰ ਇੱਕ ਬੰਦਾ ਕਹਿੰਦਾ ਕਿ ਮੈਂ ਉਹਨੂੰ ਵੋਟ ਪਾਉਣੀ ਹੈ ਜਿਹੜਾ ਮੈਨੂੰ ਵਾਰ ਵਾਰ ਕਹਿਣ ਜਾਊ, ਜਿਹਦੇ ਕੋਲ ਮੇਰੀ ਅਹਿਮੀਅਤ ਦਾ ਅਹਿਸਾਸ ਹੋਊ। ਹੁਣ ਕਈ ਤਰ੍ਹਾਂ ਦੀਆਂ ਨਵੀਆਂ ਪਿਰਤਾਂ ਪਈਆਂ, ਡੋਰ ਟੂ ਡੋਰ ਪ੍ਰਚਾਰ ਕਰਨ ਦੀਆਂ, ਬੂਥ ਮੈਨੇਜਮੈਂਟ ਕਰਨ ਦੀਆਂ, ਰੈਲੀਆਂ ਦੇ ਵਿੱਚ ਵੱਧ ਤੋਂ ਵੱਧ ਭਾਵੇਂ ਬੋਗਸ ਹੀ ਕਿਉਂ ਨਾ ਹੋਵੇ ਇਕੱਠ ਕਰਨ ਦੀਆਂ, ਰੋਡ ਸ਼ੋਅ ਕਰਨ ਦੀਆਂ, ਸੋਸ਼ਲ ਮੀਡੀਆ ਦੇ ਉੱਤੇ ਇਲੈਕਸ਼ਨ ਦਾ ਪ੍ਰਚਾਰ ਕਰਨ ਦੀਆਂ, ਇਹ ਸਾਡੇ ਬਜ਼ੁਰਗਾਂ ਨੇ ਤਾਂ ਸਾਰਾ ਕੁਝ ਕਰਨਾ ਨਹੀਂ, ਕਰਨਾ ਯੂਥ ਨੇ, ਨੌਜਵਾਨਾਂ ਨੇ। ਇਸ ਕਰਕੇ ਹਰ ਇੱਕ ਪਾਰਟੀ ਦਾ ਧਿਆਨ ਇਧਰਲੇ ਪਾਸੇ ਲੱਗਿਆ ਹੋਇਆ ਕਿ ਕਿਸੇ ਨਾ ਕਿਸੇ ਢੰਗ ਤਰੀਕੇ ਆਪਾਂ ਪੰਜਾਬ ਦੇ ਗੱਭਰੂਆਂ ਨੂੰ ਸਿਆਸੀ ਤੌਰ ਦੇ ਉੱਤੇ ਆਪਣੀ ਪਾਰਟੀ 'ਚ ਐਕਟਿਵ ਕਰੀਏ, ਸਰਗਰਮ ਕਰੀਏ। ਹੁਣ ਸ਼੍ਰੋਮਣੀ ਅਕਾਲੀ ਦਲ 2007 ਤੇ 2012 ਦੀਆਂ ਦੋ ਵਿਧਾਨ ਸਭਾ ਚੋਣਾਂ ਲਗਾਤਾਰ ਜਿੱਤਿਆ। ਕਿਉਂ ਜਿੱਤਿਆ? ਕਿਉਂਕਿ ਇਹਨਾਂ ਵਰ੍ਹਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਯੂਥ ਵਿੰਗ ਜਾਣੀ ਕਿ ਹਰਿਆਵਲ ਦਸਤਾ ਬੜੇ ਚੰਗੇ ਤਰੀਕੇ ਦੇ ਨਾਲ ਅਕਾਲੀ ਦਲ ਦੇ ਪੱਖ 'ਚ ਕੰਮ ਕਰ ਰਿਹਾ ਸੀ, ਚੰਗੇ ਤਰੀਕੇ ਨਾਲ ਅਕਾਲੀ ਦਲ ਦੇ ਪੱਖ 'ਚ। ਮੈਂ ਇਹ ਗੱਲ ਸਪਸ਼ਟ ਕਰ ਦੇਣੀ ਚਾਹੁੰਦਾ ਕਿ ਬਹੁਤਾ ਕੰਮ ਯੂਥ ਵਿੰਗ ਦਾ ਪੰਜਾਬ ਦੇ ਨਹੀਂ, ਅਕਾਲੀ ਦਲ ਦੇ ਪੱਖ 'ਚ ਸੀ। ਉਹਦਾ ਸਿੱਟਾ ਕੀ ਨਿਕਲਿਆ? ਅਕਾਲੀ ਦਲ ਜਿੱਤ ਗਿਆ, ਯੂਥ ਵਿੰਗ ਕਾਇਮ ਰਿਹਾ, ਪਰ 2017 ਦੀਆਂ ਚੋਣਾਂ ਦੇ ਵਿੱਚ ਅਕਾਲੀ ਦਲ ਹਰ ਕੇ ਤੀਸਰੇ ਥਾਂ ਤੇ ਗਿਆ। ਉਹਦਾ ਕਾਰਨ ਕੀ ਰਿਹਾ? ਇਹਨਾਂ ਸਮਿਆਂ ਦੇ ਵਿੱਚ ਬਹੁਤ ਸਾਰੇ ਲੀਡਰ ਦੂਸਰੀਆਂ ਪਾਰਟੀਆਂ ਦੇ ਵਿੱਚੋਂ ਇਧਰਲੇ ਪਾਸੇ ਸ਼ਾਮਿਲ ਹੋਏ, ਯੂਥ ਅਕਾਲੀ ਦਲ ਤੇ ਗਲਬਾ ਵਧਿਆ। ਪਹਿਲਾਂ ਸੰਘਰਸ਼ ਕਰਨ ਵਾਲੇ ਨੌਜਵਾਨ ਯੂਥ ਅਕਾਲੀ ਦਲ ਦਾ ਹਿੱਸਾ ਬਣ ਜਾਂਦੇ ਸੀ, ਪਰ ਹੁਣ ਵੱਡੇ ਘਰਾਂ ਦੇ ਕਾਕੇ ਜਿਹੜੇ ਨੇ, ਲੀਡਰਾਂ ਦੇ ਪੁੱਤ ਭਤੀਜੇ ਜਿਹੜੇ ਨੇ, ਉਹ ਯੂਥ ਵਿੰਗ ਦੇ ਵਿੱਚ ਵੱਡੇ ਅਹੁਦੇ ਲੈਣ ਲੱਗ ਪਏ ਤੇ ਮਿਹਨਤੀ ਬੰਦਾ ਚੁੱਪ ਕਰਕੇ ਘਰੇ ਬਹਿ ਗਿਆ। ਹੁਣ ਇੱਕ ਵਾਰ ਫੇਰ ਵਿਧਾਨ ਸਭਾ ਦੀਆਂ ਚੋਣਾਂ ਹਾਰ ਕੇ, ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਹਾਰ ਕੇ, ਨਗਰ ਨਿਗਮ, ਨਗਰ ਪੰਚਾਇਤ ਤੇ ਨਗਰ ਕੌਂਸਲ ਦੀਆਂ ਚੋਣਾਂ ਹਾਰ ਕੇ, ਸ਼੍ਰੋਮਣੀ ਅਕਾਲੀ ਦਲ ਆਪਣੇ ਹਰਿਆਵਲ ਦਸਤੇ ਦੇ ਪ੍ਰਤੀ ਬਹੁਤ ਚਿੰਤਤ ਹੈ ਕਿ ਭਾਈ ਗੱਲ ਕੀ ਹੋ ਗਈ, ਹਰਿਆਵਲ ਦਸਤਾ ਇੰਨਾ ਹੇਠਾਂ ਕਿਉਂ ਚਲੇ ਗਿਆ? ਉਹਦੇ 2-3 ਵੱਡੇ ਵੱਡੇ ਕਾਰਨ ਨਜ਼ਰ ਆਏ। ਇੱਕ, ਜਿਹੜੇ ਬੰਦੇ ਟਪੂਸੀਆਂ ਮਾਰ ਮਾਰ ਕੇ ਯੂਥ ਅਕਾਲੀ ਦਲ 'ਚ ਆਏ ਸੀ, ਦੂਜੀਆਂ ਪਾਰਟੀਆਂ ਛੱਡ ਕੇ ਹੁਣ ਸਰਕਾਰ ਕਾਂਗਰਸ ਦੀ ਬਣ ਗਿਆ, ਟਪੂਸੀਆਂ ਉਧਰ ਨੂੰ ਮਾਰ ਗਈ, ਉਹ ਭੱਜ ਗਏ। ਜਿਹੜੇ ਟਕਸਾਲੀਆਂ ਨੂੰ ਅਕਾਲੀ ਦਲ ਦੀ ਸਰਕਾਰ ਹੋਣ ਦੇ ਬਾਵਜੂਦ ਪਹਿਲਾਂ ਪੁੱਛਿਆ ਨਹੀਂ ਸੀ, ਉਹ ਚੁੱਪ ਕਰਕੇ ਘਰੀ ਬਹਿ ਗਿਆ। ਤੇ ਤੀਸਰੇ ਪਾਸੇ ਪਿਛਲੇ 1.25 ਸਾਲ ਦੇ ਵਿੱਚ ਯੂਥ ਅਕਾਲੀ ਦਲ ਨੂੰ ਮੇਨ ਪਾਰਟੀ ਕੋਈ ਪ੍ਰੋਗਰਾਮ ਵੀ ਨਹੀਂ ਦੇ ਸਕੀ, ਕੋਈ ਪਲੇਟਫਾਰਮ ਵੀ ਨਹੀਂ ਦੇ ਸਕੀ। ਤੇ ਹੁਣ ਕੀ ਹੋਇਆ? ਹੁਣ ਯੂਥ ਅਕਾਲੀ ਦਲ ਦੇ ਢਾਂਚੇ ਦੇ ਪੁਨਰਗਠਨ ਕੀਤੇ ਜਾਣ ਦੀ ਸੰਭਾਵਨਾ ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਤੋਂ ਪਹਿਲਾਂ ਪਹਿਲਾਂ ਉਮੀਦ ਕੀਤੀ ਜਾ ਰਹੀ ਹੈ। ਲੋਕ ਸਭਾ ਦੀ ਚੋਣ ਦੇ ਵਿੱਚ ਸਾਲ ਰਹਿ ਗਿਆ, 2-2.5 ਮਹੀਨੇ ਪਹਿਲਾਂ ਕੋਡ ਆਫ ਕੰਡਕਟ ਲੱਗ ਜਾਣਾ, 9.5 ਮਹੀਨਿਆਂ ਦਾ ਸਮਾਂ ਬਾਕੀ ਹੈ। ਤੇ ਅਕਾਲੀ ਦਲ ਚਾਹੁੰਦਾ ਕਿ ਇਹਨਾਂ 9.5 ਮਹੀਨਿਆਂ ਦੇ ਵਿੱਚ ਅਸੀਂ ਯੂਥ ਵਿੰਗ ਨੂੰ ਇੰਨਾ ਕੁ ਮਜ਼ਬੂਤ ਕਰ ਲਈਏ ਕਿ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕਿਸੇ ਤੋਂ ਸਾਡਾ ਟਾਕਰਾ ਹੋਵੇ ਹੀ ਨਾ। ਵਿੱਚ ਵਿਚਾਲੇ ਰੌਲਾ ਪਿਆ ਸੀ ਕਿ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਜਿਹੜੇ ਪਹਿਲਾਂ ਵੀ ਯੂਥ ਅਕਾਲੀ ਦਲ ਦੇ ਪ੍ਰਧਾਨ ਤੇ ਸਰਪ੍ਰਸਤ ਰਹਿ ਚੁੱਕੇ ਹੈ, ਉਹਨਾਂ ਨੂੰ ਦੁਬਾਰਾ ਪ੍ਰਧਾਨ ਬਣਾ ਦਈਏ। ਵਿੱਚੋਂ ਕਈ ਬੰਦੇ ਕਹੀ ਜਾਂਦੇ ਕਿ ਤੁਸੀਂ 5 ਜ਼ੋਨਾਂ ਦੇ ਵਿੱਚ ਪੰਜਾਬ ਵੰਡਿਆ, ਉਹ 5 ਜ਼ੋਨਾਂ ਦੇ ਵਿੱਚ ਵੰਡ ਕੇ ਪੰਜਾਬ ਤੁਸੀਂ ਯੂਥ ਵਿੰਗ ਦੇ ਪ੍ਰਧਾਨ ਲਾਏ ਆ, ਇੱਦਾਂ ਹੀ ਲਾ ਦਿਓ, ਪਰ ਉਹਨਾਂ ਦੇ ਵਿੱਚ ਕੋਆਰਡੀਨੇਸ਼ਨ ਦੀ ਬੜੀ ਘਾਟ ਹੈ। ਬਿਕਰਮ ਸਿੰਘ ਮਜੀਠੀਆ ਕੁਝ ਵਿਵਾਦਾਂ 'ਚ ਨੇ, ਇਸ ਕਰਕੇ ਅਕਾਲੀ ਦਲ ਚਾਹੁੰਦਾ ਨਹੀਂ ਕਿ ਇਹਨਾਂ ਵਿਵਾਦਾਂ ਨੂੰ ਹੋਰ ਤੂਲ ਦਿੱਤੀ ਜਾਵੇ, ਇਹਨਾਂ ਵਿਵਾਦਾਂ ਨੂੰ ਹੋਰ ਹਵਾ ਦਿੱਤੀ ਜਾਵੇ। ਤੇ ਸਭ ਤੋਂ ਵੱਡੀ ਗੱਲ, ਇਸ ਵੇਲੇ ਸੁਖਵੀਰ ਸਿੰਘ ਬਾਦਲ ਸਾਹਿਬ, ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਬਹੁਤ ਕਦਰ ਕਰਦੇ ਆ, ਸਿਫਤਾਂ ਬੜੀਆਂ ਕਰਦੇ ਆ, ਕਿਉਂਕਿ ਜਦੋਂ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਬਣਾਈ ਸੀ, ਅਕਾਲੀ ਦਲ ਦੀ ਵਿਦਿਆਰਥੀ ਜਥੇਬੰਦੀ
ਉਦੋਂ ਵੀ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਸੀ। ਉਹਦੇ ਤੋਂ ਬਾਅਦ ਇਹਨਾਂ ਨੂੰ ਅਮਲੋਹ ਤੋਂ ਟਿਕਟ ਦਿੱਤੀ ਗਈ ਪਰ ਜਿੱਤ ਨਾ ਸਕੇ। ਹੁਣ ਪਿਛਲੇ ਦਿਨੀ ਤਲਵੰਡੀ ਸਾਬੋ ਚ ਸਾਬੋਕੀ ਤਲਵੰਡੀ ਚ ਜਿਸ ਤਰੀਕੇ ਦੇ ਨਾਲ ਇਹ ਕੰਮ ਕੀਤਾ ਗਿਆ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੁਆਰਾ ਪੱਗ ਦੀ ਸਾਂਭ ਦੇ ਲਈ ਕਿ ਦਸਤਾਰ ਜਿਹੜੀ ਹੈ ਉਹ ਮੇਰੀ ਸ਼ਾਨ ਵੀ ਹੈ, ਦਸਤਾਰ ਮੇਰਾ ਮਾਣ ਵੀ ਹੈ। ਇਹ ਇੱਕ ਬਹੁਤ ਵੱਡਾ ਪ੍ਰੋਗਰਾਮ ਜਿਹੜਾ ਪੰਜਾਬ ਦੇ ਵਿੱਚ ਚਲਾਇਆ ਗਿਆ ਤੇ ਇਸ ਪ੍ਰੋਗਰਾਮ ਦੇ ਨਾਲ ਇਹ ਕੀਤਾ ਗਿਆ ਕਿ ਭਾਈ ਹਰ ਇੱਕ ਜ਼ਿਲ੍ਹੇ ਦੇ ਵਿੱਚ ਜਾ ਕੇ ਪੱਗ ਬੰਨਣ ਦਾ ਕੰਪੀਟੀਸ਼ਨ ਵੀ ਅਕਾਲੀ ਦਲ ਕਰਾਏਗਾ ਤੇ ਪੱਗਾਂ ਬੰਨਣ ਦੀ ਟ੍ਰੇਨਿੰਗ ਵੀ ਦੇਗਾ। ਗੁਰਪ੍ਰੀਤ ਸਿੰਘ ਰਾਜੂ ਖੰਨਾ ਜਿਹੜੇ ਨੇ ਇਸ ਪ੍ਰੋਗਰਾਮ ਦੇ ਵਿੱਚ ਸਭ ਤੋਂ ਵੱਡੀ ਭੂਮਿਕਾ ਨਿਭਾ ਰਹੇ ਨੇ। ਹੁਣ ਇਸ ਮੁਹਿੰਮ ਦੇ ਵਿੱਚ ਉਹਨਾਂ ਨੂੰ ਕਿੰਨਾ ਕੁ ਲੋਕਾਂ ਦਾ ਸਾਥ ਮਿਲਦਾ, ਨੌਜਵਾਨ ਕਿੰਨੇ ਕੁ ਨਾਲ ਜੁੜਦੇ ਨੇ, ਇਹ ਗੱਲ ਵੇਖਣ ਵਾਲੀ ਹੋਏਗੀ। ਪਰ ਲੱਗਦਾ ਕਿ ਕਿਤੇ ਨਾ ਕਿਤੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੂੰ ਯੂਥ ਅਕਾਲੀ ਦਲ ਦੀ ਪ੍ਰਧਾਨਗੀ ਸੌਂਪਣ ਦੇ ਬਾਰੇ ਵੀ ਵਿਚਾਰਾਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਤੇ ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗੱਲ ਕਿੱਧਰ ਨੂੰ ਜਾਂਦੀ ਹੈ। ਪਰ ਆਪਣੇ ਆਪ ਦੇ ਵਿੱਚ ਜੇ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹਨੇ ਹੁਣੇ ਹੁਣੇ ਐਸਟੀ ਵਿੰਗ ਦਾ ਵਿਸਥਾਰ ਕਰਤਾ, ਬੀਸੀ ਵਿੰਗ ਦਾ ਵਿਸਥਾਰ ਕਰਤਾ, ਕਿਸਾਨ ਵਿੰਗ ਦਾ ਵਿਸਥਾਰ ਕਰਤਾ, ਇਸਤਰੀ ਅਕਾਲੀ ਦਲ ਦਾ ਵਿਸਥਾਰ ਕਰਤਾ, ਤੇ ਜੇ ਉਹ ਅਕਾਲੀ ਦਲ ਆਪਣੇ ਯੂਥ ਵਿੰਗ ਨੂੰ ਦੁਬਾਰਾ ਵੱਖ ਵੱਖ ਢੰਗ ਤਰੀਕਿਆਂ ਦੇ ਨਾਲ ਸਰਗਰਮ ਕਰਨ ਦੇ ਵਿੱਚ ਕਾਮਯਾਬ ਹੋ ਗਿਆ ਤਾਂ ਫਿਰ ਸਮਝ ਲੈਣਾ ਚਾਹੀਦਾ ਕਿ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਲਈ ਸਿਆਸੀ ਤੌਰ ਤੇ ਮੁਸੀਬਤ ਜਿਹੜੀ ਹੈ ਬਹੁਤੀ ਨਹੀਂ ਤਾਂ ਥੋੜੀ ਜਿਹੀ ਵਧੇਗੀ ਜ਼ਰੂਰ। ਜੀ ਬਾਰ ਸਾਹਿਬ ਇੱਕ ਬ੍ਰੇਕ ਲੈ ਲਈਏ ਜੀ, ਫਿਰ ਬ੍ਰੇਕ ਤੋਂ ਬਾਅਦ ਗੱਲਬਾਤ ਨੂੰ ਜਾਰੀ ਰੱਖਾਂਗੇ। ਜੀ ਲਓ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਾਰੇ ਸੱਜਣ ਸਨੀਹਾਂ ਦਾ ਕਰਦੇ ਹਾਂ ਸਵਾਗਤ ਤੇ ਨਾਲ ਹੀ ਵਟਸਐਪ ਦੇ ਨਾਲ ਆਪਾਂ ਅਗਲੀ ਗੱਲ ਕਰਦੇ। ਵਟਸਐਪ, ਅੰਮ੍ਰਿਤਸਰ ਖੁਦਕੁਸ਼ੀ ਮਾਮਲੇ ਦੇ ਵਿੱਚ ਅਦਾਲਤ ਸਖ਼ਤ ਹੋ ਗਈ ਹੈ ਜੀ, ਇਹ ਕਿਹੜਾ ਮਾਮਲਾ ਹੈ? ਸੁਖਨੈਬ ਜੀ, ਦੋ ਮਾਮਲੇ ਅੰਮ੍ਰਿਤਸਰ ਦੇ ਕਦੇ ਚੇਤੇ ਨਹੀਂ ਭੁੱਲਣੇ ਚਾਹੀਦੇ ਜੀ। ਉਹਨਾਂ ਦੋਵਾਂ ਮਾਮਲਿਆਂ ਨੇ ਬਹੁਤ ਵੱਡੇ ਸਵਾਲ ਖੜੇ ਕੀਤੇ ਸੀ। ਪਹਿਲਾ ਮਾਮਲਾ ਜਦੋਂ ਜੱਜ ਸਾਹਿਬਾਨ ਆ ਕੇ ਅੰਮ੍ਰਿਤਸਰ ਦੇ ਵਿੱਚ ਜਨਤਕ ਸਮਾਗਮ ਚ ਬੈਠੇ ਸੀ ਤਾਂ ਉੱਥੇ ਇੱਕ ਕੇਬਲ ਆਪਰੇਟਰ ਨੇ ਉਹਨਾਂ ਦੇ ਸਾਹਮਣੇ ਖੁਦਕੁਸ਼ੀ ਕਰ ਲਈ ਸੀ। ਸੁਸਾਈਡ ਨੋਟ ਉਹਨਾਂ ਦੇ ਸਾਹਮਣੇ ਉਛਾਲਿਆ ਸੀ ਕਿ ਭਾਈ ਮੈਂ ਇਹਨਾਂ ਬੰਦਿਆਂ ਦੇ ਕਰਕੇ ਖੁਦਕੁਸ਼ੀ ਕਰਨ ਜਾ ਰਿਹਾ। ਬੰਦੇ ਦੀ ਮੌਤ ਵੀ ਹੋ ਗਈ ਪਰ ਇਨਸਾਫ਼ ਨਹੀਂ ਸੀ ਮਿਲ ਸਕਿਆ। ਤਾਂ ਜੇ ਜੱਜਾਂ ਦੇ ਸਾਹਮਣੇ ਕੀਤੀ ਹੋਵੇ ਖੁਦਕੁਸ਼ੀ, ਸੁਸਾਈਡ ਨੋਟ ਹੋਵੇ ਉਛਾਲਿਆ, ਖੁਦਕੁਸ਼ੀ ਦਾ ਇਨਸਾਫ਼ ਤਾਂ ਵੀ ਨਾ ਮਿਲੇ ਤਾਂ ਸਵਾਲ ਤਾਂ ਖੜਦੇ ਹੀ ਹੈ। ਇਸੇ ਤਰੀਕੇ ਕਈ ਸਾਲ ਪਹਿਲਾਂ ਇੱਕ ਪਰਿਵਾਰ ਦੇ ਪੰਜ ਜੀਆਂ ਨੇ ਅੰਮ੍ਰਿਤਸਰ ਦੇ ਵਿੱਚ ਖੁਦਕੁਸ਼ੀ ਕੀਤੀ ਸੀ। ਉਹ ਪਰਿਵਾਰ ਦੇ ਪੰਜ ਜੀਆਂ ਨੇ ਜਿਹੜੀ ਖੁਦਕੁਸ਼ੀ ਕੀਤੀ ਸੀ ਉਹ ਕੰਧਾਂ ਦੇ ਉੱਤੇ ਵੀ ਲਿਖ ਕੇ ਗਏ ਸੀ ਕਿ ਭਾਈ ਪੁਲਿਸ ਦਾ ਆਹ ਅਧਿਕਾਰੀ ਹੈ ਜਿਹਦੇ ਉੱਤੇ ਤੰਗ ਪਰੇਸ਼ਾਨ ਹੋ ਕੇ ਅਸੀਂ ਖੁਦਕੁਸ਼ੀ ਕਰਨ ਲੱਗੇ ਹਾਂ। ਸੁਸਾਈਡ ਨੋਟ ਵੀ ਛੱਡਿਆ ਸੀ ਪਰ ਇਹਦੇ ਬਾਵਜੂਦ ਵੀ ਅੰਮ੍ਰਿਤਸਰ ਦੇ ਪਰਿਵਾਰ ਦੇ ਪੰਜ ਲੋਕਾਂ ਦੀ ਆਤਮ ਹੱਤਿਆ ਦੇ ਮਾਮਲੇ ਦੇ ਵਿੱਚ ਇਨਸਾਫ਼ ਨਾ ਮਿਲ ਸਕਿਆ। ਕਥਿਤ ਦੋਸ਼ੀ ਉਹ ਕਾਬੂ ਨਾ ਆ ਸਕਿਆ, ਕਥਿਤ ਦੋਸ਼ੀ ਨੂੰ ਸਜ਼ਾਵਾਂ ਨਾ ਹੋ ਸਕੀਆਂ। ਹੁਣ ਮਾਮਲਾ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਿੱਚ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਕਾਫੀ ਇਹਦੇ ਮੁੱਦੇ ਤੇ ਸਖ਼ਤ ਹੈ ਪਰ ਹਾਈਕੋਰਟ ਤੱਕ ਮੁੱਦਾ ਪਹੁੰਚਿਆ ਕਿਵੇਂ? ਦੇਖੋ, ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਅਦਾਲਤ ਦੇ ਵਿੱਚ ਮਾਮਲਾ ਪਹੁੰਚਿਆ ਕਿ ਭਾਈ ਉਸ ਵੇਲੇ ਦੇ SSP ਕੁਲਤਾਰ ਸਿੰਘ ਹੋਰੀ ਜਿਹੜੇ ਨੇ ਇਸ ਸੁਸਾਈਡ ਦੇ ਲਈ ਜ਼ਿੰਮੇਵਾਰ ਨੇ, ਸਬੂਤ ਹੈਗੇ ਆ। ਉਹਦੇ ਤੋਂ ਬਾਅਦ ਇਹਨਾਂ ਨੂੰ ਕਈ ਦਰਜਨ ਵਾਰ ਸੰਮਨ ਭੇਜੇ ਗਏ ਪਰ ਕਦੇ ਵੀ ਸੰਮਨ ਤਾਮੀਲ ਨਾ ਹੋ ਸਕੇ। ਹਾਲਾਂਕਿ ਜਦੋਂ ਪੁਲਿਸ ਕਹਿੰਦੀ ਹੁੰਦੀ ਸੀ ਅਦਾਲਤ ਦੇ ਵਿੱਚ ਜਾ ਕੇ ਕਿ ਕੋਈ ਸੰਮਨ ਪ੍ਰਾਪਤ ਕਰਨ ਨੂੰ ਕੋਈ ਹੈ ਨਹੀਂ, ਉਦੋਂ ਵੀ ਜਿਹੜੇ ਕੁਲਤਾਰ ਸਿੰਘ ਹੋਰੀ ਪੁਲਿਸ ਦੀ ਡਿਊਟੀ 'ਚ ਸੀ ਉਹ ਬਿਲਕੁਲ ਤਰੱਕੀਆਂ ਵੀ ਲੈ ਰਹੇ ਸੀ, ਸਰਕਾਰੀ ਗੱਡੀ 'ਚ ਘੁੰਮਦੇ ਸੀ, ਸਾਰਾ ਕੁਝ ਉਹਨਾਂ ਨੂੰ ਸੁੱਖ ਸਹੂਲਤ ਮਿਲੀ ਹੋਈ ਸੀ ਇਸ ਤਰੀਕੇ ਦੀ। ਪਰ ਫਿਰ ਵੀ ਪੁਲਿਸ ਅਧਿਕਾਰੀ ਕਹਿੰਦੇ ਸੀ ਕਿ ਸਾਨੂੰ ਨਹੀਂ ਪਤਾ ਉਹ ਕਿੱਥੇ ਨੇ, ਉਹਨਾਂ ਆਪਣੇ ਘਰ ਮਿਲਦੇ ਆ ਨਾ ਕਿਤੇ ਹੋਰ ਮਿਲਦੇ ਆ, ਤੇ ਉਹ ਤਾਂ ਇਸ ਵੇਲੇ ਬੜੇ ਚੰਗੇ ਤਰੀਕੇ ਦੇ ਨਾਲ ਆਪਣਾ ਕੰਮ ਕਾਰ ਕਰਦੇ ਹੋਣਗੇ ਤੇ ਸਾਨੂੰ ਆਪਣਾ ਕਰ ਲੈਣ ਦਿਓ। ਹੁਣ ਉਹਦੇ ਤੋਂ ਬਾਅਦ ਕੀ ਹੋਇਆ? ਉਹਦੇ ਤੋਂ ਬਾਅਦ ਫਿਰ ਸਬੂਤ ਪੇਸ਼ ਕੀਤੇ ਗਏ, ਤਕਰੀਬਨ 900 ਸਫ਼ਿਆਂ ਦੀ ਫਾਈਲ ਜਿਹਦੇ ਵਿੱਚ ਸਾਰੇ ਸਬੂਤ ਸੀ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤੀ ਗਈ। ਪਰ ਹੈਰਾਨੀ ਦੀ ਗੱਲ ਹੈ ਕਿ ਫਾਈਲ ਜਿਹੜੀ ਅਦਾਲਤ ਦੇ ਵਿੱਚੋਂ ਗਾਇਬ ਕਰ ਦਿੱਤੀ ਗਈ। ਪਹਿਲਾਂ ਇੱਕ ਪੁਲਿਸ ਅਧਿਕਾਰੀ ਜਿਹੜਾ ਉਸ ਘਟਨਾ ਦੇ ਮੌਕੇ ਤੇ SSP ਸੀ, ਉਹਦੇ ਤੋਂ ਬਾਅਦ ਉਹ ਜਿਹੜੇ ਨੇ DIG ਦੇ ਰੈਂਕ ਤੱਕ ਪਹੁੰਚ ਗਏ, ਉਹਨਾਂ ਨੂੰ ਪਹਿਲਾਂ ਸੰਮਨ ਨਹੀਂ ਦਿੱਤੇ ਜਾਂਦੇ ਤੇ ਉਹਦੇ ਤੋਂ ਬਾਅਦ ਉਹ ਸੰਮਨ ਜਦੋਂ ਨਹੀਂ ਦਿੱਤੇ ਗਏ ਤਾਂ ਫਿਰ ਜਾ ਕੇ ਸਬੂਤ ਇਕੱਠੇ ਕੀਤੇ, ਅਦਾਲਤ 'ਚ ਪੁੱਜੇ ਤੇ ਅਦਾਲਤ ਦੇ ਵਿੱਚੋਂ ਫਾਈਲ ਗੁੰਮ ਹੋ ਗਈ ਕਰ ਦਿੱਤੀ ਗਈ। ਆਪਣੇ ਆਪ ਦੇ ਵਿੱਚ ਵਰਤਾਰਾ ਬਹੁਤ ਹੈਰਾਨੀਜਨਕ। ਸਰਬਜੀਤ ਸਿੰਘ ਵੇਰਕਾ ਮਨੁੱਖੀ ਅਧਿਕਾਰ ਜਥੇਬੰਦੀਆਂ ਦੇ ਕਾਰਕੁਨ ਨੇ ਅੰਮ੍ਰਿਤਸਰ ਦੇ, ਸਰਬਜੀਤ ਸਿੰਘ ਵੇਰਕਾ ਹੋਰਾਂ ਨੇ ਹਾਈਕੋਰਟ ਦੇ ਵਿੱਚ ਪਟੀਸ਼ਨ ਪਾਈ
ਕਿ ਭਾਈ ਇਹ ਕਿਹੋ ਜਿਹਾ ਇਨਸਾਫ ਹੈ, ਬੰਦਾ ਸਰਕਾਰੀ ਡਿਊਟੀ ਕਰੀ ਜਾਂਦਾ ਉਹਨੂੰ ਸੰਮਨ ਨਹੀਂ ਭੇਜੇ ਜਾ ਸਕਦੇ, ਬੰਦਾ ਸਰਕਾਰੀ ਡਿਊਟੀ ਕਰੀ ਜਾਂਦਾ ਇਹਦੇ ਬਾਵਜੂਦ ਵੀ ਕਿਹਾ ਜਾਂਦਾ ਕਿ ਸਾਨੂੰ ਉਹ ਲੱਭਦਾ ਨਹੀਂ, ਤੇ ਉਹਦੇ ਤੋਂ ਬਾਅਦ ਉਹਨਾਂ ਨੇ ਵੀ ਕਿਹਾ ਸੀ ਕਿ ਦੇਖੋ ਅਦਾਲਤਾਂ ਦੇ ਵਿੱਚੋਂ ਜੇ ਸਬੂਤਾਂ ਵਾਲੀਆਂ ਫਾਈਲਾਂ ਗੁੰਮ ਹੋਣ ਲੱਗ ਜਾਣਗੀਆਂ ਨਾ ਤਾਂ ਸਮਝ ਲਓ ਕਿ ਭਾਰਤ ਦੇ ਲੋਕਾਂ ਨੂੰ ਇਨਸਾਫ਼ ਦੀ ਮਾੜੀ ਮੋਟੀ ਜਿਹੜੀ ਆਸ ਹੈਗੀ ਆ ਉਹ ਰਹਿਣੀ ਨਹੀਂ। ਸਰਬਜੀਤ ਸਿੰਘ ਵੇਰਕਾ ਨੇ ਬੇਨਤੀ ਕੀਤੀ ਤੇ ਬੇਨਤੀ ਕਰਨ ਤੋਂ ਬਾਅਦ ਫਿਰ ਅਦਾਲਤ ਨੇ ਪੰਜਾਬ ਦੀ ਸਰਕਾਰ ਨੂੰ ਪੰਜਾਬ ਦੇ ਪ੍ਰਸ਼ਾਸਨ ਨੂੰ ਹੁਕਮ ਦਿੱਤਾ ਕਿ ਜਿੰਨੀ ਛੇਤੀ ਹੋ ਸਕਦਾ ਜਿਹੜੀ ਫਾਈਲ ਗੁੰਮ ਹੋਈ ਹੈ ਉਹਦੇ ਜਿੰਨੇ ਵੀ ਵੱਧ ਤੋਂ ਵੱਧ ਸਬੂਤ ਲੱਭਦੇ ਨੇ ਇਕੱਠੇ ਕਰਕੇ ਅਦਾਲਤ ਵਿੱਚ ਪੇਸ਼ ਕੀਤੇ ਜਾਣ ਤਾਂ ਜੋ ਆਪਾਂ ਮਸਲਾ ਅੱਗੇ ਵਧਾ ਸਕੀਏ। 6 ਮਹੀਨਿਆਂ ਤੱਕ ਫਾਈਲ ਨਹੀਂ ਬਣੀ, 6 ਮਹੀਨਿਆਂ ਤੱਕ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਉੱਥੇ ਅਪੜਿਆ ਤੱਕ ਨਹੀਂ, ਤੇ ਹੁਣ ਆਖਿਰਕਾਰ ਇਸ ਸਾਰੇ ਮਸਲੇ ਦੇ ਵਿੱਚ ਹਾਈਕੋਰਟ ਨੇ ਕਹਿ ਦਿੱਤਾ ਕਿ ਠੀਕ ਹੈ ਭਾਈ ਤੁਸੀਂ ਰਿਪੋਰਟ ਵੀ ਨਹੀਂ ਦੇਣੀ, ਤੁਸੀਂ ਫਾਈਲ ਵੀ ਨਹੀਂ ਦੇਣੀ, ਤੁਸੀਂ ਅਦਾਲਤ ਵੱਲ ਮੂੰਹ ਵੀ ਨਹੀਂ ਕਰਨਾ। ਸਵੇਰੇ ਅਦਾਲਤ ਲੱਗੀ, 10 ਵਜੇ ਦਾ ਸਮਾਂ ਹੋਣਾ, ਉਹ ਕਹਿੰਦੇ 12 ਵਜੇ ਤੱਕ ਦਾ ਸਮਾਂ ਦਿੰਦੇ ਆ। ਜੇ ਤਾਂ ਪੰਜਾਬ ਸਰਕਾਰ ਦਾ ਕੋਈ ਅਧਿਕਾਰੀ ਆ ਕੇ ਉਸ ਸਾਰੇ ਮਸਲੇ ਦਾ ਸਟੇਟਸ ਦੱਸਦਾ ਤਾਂ ਠੀਕ ਹੈ, ਨਹੀਂ ਤਾਂ ਅਸੀਂ 12 ਵਜੇ ਦੁਪਹਿਰ ਇਸ ਸਾਰੇ ਮਾਮਲੇ ਦੀ ਜਾਂਚ ਜਿਹੜੀ ਹੈ CBI ਦੇ ਹਵਾਲੇ ਕਰ ਦਿਆਂਗੇ। 55 ਮਿੰਟਾਂ ਦੇ ਵਿੱਚ ਪੰਜਾਬ ਸਰਕਾਰ ਦਾ ਹੋਮ ਸੈਕਟਰੀ ਅੱਪੜ ਗਿਆ ਦਫ਼ਤਰ, ਤੇ ਜਦੋਂ ਅੱਪੜ ਗਿਆ ਤਾਂ ਫਿਰ ਅਦਾਲਤ ਦੇ ਵਿੱਚ ਜਾ ਕੇ ਉਹਨਾਂ ਨੇ ਕਿਹਾ ਕਿ ਸਾਨੂੰ ਥੋੜਾ ਜਿਹਾ ਸਮਾਂ ਦਿਓ ਜੀ, ਅਸੀਂ ਸਾਰੀ ਘੋਖ ਪੜਤਾਲ ਕਰ ਰਹੇ ਹਾਂ ਜੀ, ਤੇ ਉਸ ਸਮੇਂ ਦੇ ਮੁਤਾਬਿਕ ਹੁਣ 9 ਮਈ ਤੱਕ ਦਾ ਸਮਾਂ ਦਿੱਤਾ ਕਿ ਭਾਈ ਫਾਈਲ ਹੈਗੀ ਆ ਤਾਂ ਲੈ ਆਓ, ਨਹੀਂ ਤਾਂ ਫਿਰ ਢੰਗ ਤਰੀਕੇ ਜਿਹੜੇ ਨੇ ਉਹ ਆਪੋ ਆਪਣੇ ਕਾਨੂੰਨੀ ਪੱਧਰ ਦੇ ਉੱਤੇ ਆਪਾਂ ਸਾਰੇ ਵਰਤਾਂਗੇ। ਹੁਣ ਇਹਦੇ ਤੋਂ ਬਾਅਦ ਇੱਕ ਗੱਲ ਤਾਂ ਸਾਫ਼ ਹੋ ਗਈ ਨਾ ਕਿ ਜੇ 55 ਮਿੰਟਾਂ ਦੇ ਵਿੱਚ ਪੰਜਾਬ ਸਰਕਾਰ ਦਾ ਹੋਮ ਸੈਕਟਰੀ ਜਦੋਂ CBI ਜਾਂਚ ਦਾ ਡਰਾਵਾ ਦਿੱਤਾ ਗਿਆ ਤਾਂ ਤੁਹਾਡੇ ਕੋਲੇ ਅੱਪੜ ਸਕਦਾ, ਤਾਂ ਇੰਨੇ ਦਿਨ ਹੋ ਗਏ ਉੱਥੇ ਸਮੱਸਿਆ ਖੜੀ ਨੂੰ, ਇਹ ਸਾਰਾ ਕੁਝ ਪਹਿਲਾਂ ਕਿਉਂ ਨਾ ਹੋਇਆ। ਕੁੱਲ ਮਿਲਾ ਕੇ ਸੁਖਨੈਬ ਜੀ ਇਹ ਗੱਲ ਪੱਕੀ ਹੈ, ਜਿਸ ਤਰੀਕੇ ਦੇ ਨਾਲ ਟੱਬਰ ਦੇ 5 ਜੀ ਮਾਰੇ ਗਏ, ਆਤਮ ਹੱਤਿਆ ਕੀਤੀ, ਉਹਦੇ ਬਾਵਜੂਦ ਵੀ ਅਜੇ ਤੱਕ ਇਸ ਮੁੱਦੇ ਤੇ ਇੰਨੇ ਵਰੇ ਬਾਅਦ ਵੀ ਇਨਸਾਫ਼ ਨਾ ਮਿਲੇ, ਇਹ ਆਪਣੇ ਆਪ ਦੇ ਵਿੱਚ ਬੜੀ ਤਰਕਹੀਣ ਜੀ ਗੱਲ ਹੈ, ਸਿਧਾਂਤਹੀਣ ਜੀ ਗੱਲ ਹੈ। ਪਰ ਇਹ ਪੰਜਾਬ ਦੇ ਵਿੱਚ ਸਾਰਾ ਕੁਝ ਚੱਲਦਾ ਜਾ ਰਿਹਾ, ਘਟਦਾ ਜਾ ਰਿਹਾ, ਵਾਪਰਦਾ ਜਾ ਰਿਹਾ ਜੀ। ਪੰਜਾਬ ਦੇ ਕਲੋਨਾਈਜ਼ਰਾਂ ਨੇ ਸਰਕਾਰ ਦੀ ਨੀਤੀ ਰੱਦ ਕਰਤੀ ਜੀ। ਸੁਖਨੈਬ ਜੀ ਦੇਖੋ, ਆਪਾਂ ਪਿਛਲੇ ਦਿਨੀ ਗੱਲ ਕੀਤੀ ਸੀ ਕਿ ਪੰਜਾਬ ਦੀ ਸਰਕਾਰ ਨੇ ਗੈਰ ਕਾਨੂੰਨੀ ਕਲੋਨੀਆਂ ਨੂੰ ਰੈਗੂਲਰ ਕਰਨ ਦੇ ਲਈ ਪਾਲਿਸੀ ਜਿਹੜੀ ਹੈ ਉਹ ਜਾਰੀ ਕਰ ਦਿੱਤੀ। ਲੋਕ ਉਡੀਕਦੇ ਸੀ ਕਿ ਕਪਤਾਨ ਸਾਹਿਬ ਦੀ ਸਰਕਾਰ ਕਦੋਂ ਇਹ ਪਾਲਿਸੀ ਜਿਹੜੀ ਹੈ ਜਾਰੀ ਕਰੂ, ਪਰ ਜਦੋਂ ਪਾਲਿਸੀ ਜਾਰੀ ਕੀਤੀ ਆਪਾਂ ਵੀ ਉਹਦੀਆਂ ਮਦਾਂ ਵੇਖੀਆਂ, ਬਹੁਤ ਸਾਰੀਆਂ ਥਾਵਾਂ ਦੇ ਉੱਤੇ ਸਰਕਾਰ ਮਜਬੂਰ ਵੀ ਲੱਗੀ, ਕਈ ਜਗ੍ਹਾ ਦੇ ਉੱਤੇ ਥੋੜੀ ਬਹੁਤ ਫਲੈਕਸੀਬਿਲਿਟੀ ਆ ਸਕਦੀ ਸੀ ਪਰ ਨਹੀਂ ਆ ਸਕੀ, ਨਾ ਆਉਣ ਦਿੱਤੀ ਗਈ। ਆਪਾਂ ਉਦੋਂ ਵੀ ਕਿਹਾ ਸੀ ਕਿ ਬਹੁਤ ਸਾਰੀਆਂ ਕਲੋਨੀਆਂ ਇਹਨਾਂ ਸ਼ਰਤਾਂ ਦੇ ਮੁਤਾਬਿਕ ਬਣੀਆਂ ਹੀ ਨਹੀਂ, ਇਸ ਕਰਕੇ ਉਹਨਾਂ ਕਲੋਨੀਆਂ ਦੇ ਰੈਗੂਲਰ ਹੋਣ ਦੀ ਸੰਭਾਵਨਾ ਕੋਈ ਨਹੀਂ। ਹੁਣ ਪੰਜਾਬ ਦੇ ਕਲੋਨਾਈਜ਼ਰ ਜਲੰਧਰ 'ਚ ਇਕੱਠੇ ਹੋਏ, ਇਕੱਠੇ ਹੋ ਕੇ ਉਹਨਾਂ ਨੇ ਕੈਪਟਨ ਸਾਹਿਬ ਦੀ ਸਰਕਾਰ ਵੱਲੋਂ ਬਣਾਈਆਂ ਗਈਆਂ ਜਿਹੜੀਆਂ ਕਲੋਨੀਆਂ ਨੇ ਉਹਨਾਂ ਨੂੰ ਰੈਗੂਲਰ ਕਰਨ ਦੇ ਲਈ ਜਿਹੜੀ ਯੋਜਨਾ ਤਿਆਰ ਕੀਤੀ ਹੈ ਉਹਦੇ ਬਾਰੇ ਹਿਸਾਬ ਕਿਤਾਬ ਸਮਝੋ, ਤੇ ਕਹਿੰਦੇ ਹੁਣ ਹਿਸਾਬ ਕਿਤਾਬ ਸਮਝਣ ਦੇ ਲਈ ਇਕੱਠੇ ਹੋਏ। ਸਾਰਿਆਂ ਨੇ ਇਕਮੁੱਠ ਹੋ ਕੇ ਕਹਿ ਦਿੱਤਾ ਕਿ ਅੱਜ ਤੱਕ ਦੀ ਕਿਸੇ ਵੀ ਸਰਕਾਰ ਵੱਲੋਂ ਬਣਾਈ ਗਈ ਇਹ ਸਭ ਤੋਂ ਸਖ਼ਤ ਪਾਲਿਸੀ ਹੈ, ਤੇ ਜਿਹਨਾਂ ਨੂੰ ਗਲਤ ਢੰਗ ਦੇ ਨਾਲ ਪੰਜਾਬ ਦੀ ਸਰਕਾਰ ਕਹਿੰਦੀ ਹੈ ਕਿ ਅਸੀਂ ਲੋਕ ਪੱਖੀ ਜਿਹੜੀ ਪਾਲਿਸੀ ਬਣਾਈ ਹੈ। ਇੱਥੋਂ ਤੱਕ ਇਹ ਵੀ ਕਹਿ ਦਿੱਤਾ ਗਿਆ ਕਿ ਅਸੀਂ ਇਸ ਪਾਲਿਸੀ ਨੂੰ ਰੱਦ ਕਰਦੇ ਹਾਂ, ਕਾਂਗਰਸ ਪਾਰਟੀ ਨੇ ਸਾਡੇ ਨਾਲ ਧੋਖਾ ਕੀਤਾ, ਜਦੋਂ ਚੋਣਾਂ ਸੀ ਤਾਂ ਕਿਹਾ ਗਿਆ ਸੀ ਸਭ ਕੁਝ ਰੈਗੂਲਰ ਕਰ ਦਿਆਂਗੇ, ਪਰ ਹੁਣ ਸਖ਼ਤ ਸ਼ਰਤਾਂ ਲਾ ਕੇ ਸਾਰਾ ਕੰਮ ਜਿਹੜਾ ਅੱਗੇ ਪਿੱਛੇ ਕਰ ਦਿੱਤਾ ਗਿਆ। ਇੱਥੋਂ ਤੱਕ ਵੀ ਕਹਿ ਦਿੱਤਾ ਗਿਆ ਕਿ ਪੰਜਾਬ ਭਰ ਦੇ ਵਿੱਚੋਂ ਇੱਕ ਵੀ ਫਾਈਲ ਕਿਸੇ ਵੀ ਕਲੋਨੀ ਨੂੰ ਰੈਗੂਲਰ ਕਰਾਉਣ ਦੇ ਲਈ ਜਮ੍ਹਾਂ ਹੀ ਨਹੀਂ ਕਰਾਈ ਜਾਏਗੀ, ਸਰਕਾਰ ਨੂੰ ਪਤਾ ਲੱਗ ਜਾਏ ਕਿ ਉਹਦਾ ਫੈਸਲਾ ਕਿੰਨਾ ਗਲਤ ਹੈ। ਇੱਥੋਂ ਤੱਕ ਹੁਸ਼ਿਆਰਪੁਰ ਦੇ ਕਲੋਨਾਈਜ਼ਰਾਂ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਕੁਲਦੀਪ ਤਿਵਾੜੀ, ਉਹ ਕਹਿੰਦੇ ਜੀ ਦੇਖੋ ਅਸੀਂ ਸਾਰੇ ਆਪੋ ਆਪਣਾ ਪ੍ਰੋਪਰਟੀ ਦਾ ਕਾਰੋਬਾਰ ਛੱਡ ਰਹੇ ਹਾਂ, ਅਸੀਂ ਸਾਰੇ ਵਿਧਾਇਕਾਂ ਤੱਕ ਗੱਲ ਪਹੁੰਚਾਵਾਂਗੇ। ਹੁਣ ਇੱਥੋਂ ਤੱਕ ਵੀ ਕੁਝ ਇੱਕ ਕਲੋਨਾਈਜ਼ਰਾਂ ਨੇ ਕਹਿ ਦਿੱਤਾ, ਉਹ ਕਹਿੰਦੇ ਜੁਰਮਾਨਾ ਵੀ ਅਸੀਂ ਦਈਏ, ਫੀਸ ਵੀ ਅਸੀਂ ਦਈਏ, ਵੱਡੀਆਂ ਵੱਡੀਆਂ ਤੁਹਾਡੀਆਂ ਸ਼ਰਤਾਂ ਵੀ ਅਸੀਂ ਮੰਨੀਏ, ਸਾਰਾ ਬੋਝ ਸਾਡੇ ਤੇ ਕਿਉਂ, ਅਫਸਰਾਂ ਤੇ ਆਗੂਆਂ ਨੇ ਵੀ ਤਾਂ ਭ੍ਰਿਸ਼ਟਾਚਾਰ ਕਹਿੰਦੇ ਕੀਤਾ, ਤੁਸੀਂ ਕੁਝ ਇੱਕ ਬੋਝ ਉਹਨਾਂ ਦੇ ਉੱਤੇ ਵੀ ਪਾ ਦਿਓ। ਹੁਣ ਕਿਹਾ ਕੀ ਇਹਨਾਂ ਨੇ, ਉਹ ਕਹਿੰਦੇ ਜੀ ਦੇਖੋ JEE ਤੋਂ ਲੈ ਕੇ ਅਫਸਰਾਂ ਤੱਕ ਸਾਰਿਆਂ ਨੇ ਭ੍ਰਿਸ਼ਟਾਚਾਰ ਕੀਤਾ, 20 ਸਾਲਾਂ ਦੇ ਵਿੱਚ ਆਪਣੀਆਂ ਅੱਖਾਂ ਬੰਦ ਕਰਕੇ ਇਹਨਾਂ ਨੇ ਸਾਰਿਆਂ ਨੂੰ ਜਾਣ ਦਿੱਤਾ, ਅਗਲੇ ਪਾਸੇ ਨੂੰ ਤੁਰਨ ਦਿੱਤਾ, ਤੇ ਉਹਦੇ ਤੋਂ ਬਾਅਦ ਉਹ ਕਹਿੰਦੇ ਕਿ ਹੁਣ ਵੀ ਜੇ ਅਸੀਂ ਬਹੁਤ ਸਾਰੇ ਸਿਆਸੀ ਲੀਡਰਾਂ ਦੀ ਗੱਲ ਕਰੀਏ, ਉਹਨਾਂ ਸਿਆਸੀ ਲੀਡਰਾਂ ਦੀ ਹਿੱਸਾਪੱਤੀ ਇਹਨਾਂ ਨਜਾਇਜ਼ ਕਲੋਨੀਆਂ 'ਚ ਹੈਗੀ ਹੈ, ਆਪਣੇ ਪੈਸੇ ਕਿੰਨੇ ਇਨਵੈਸਟ ਕੀਤੇ ਹੋਏ ਨੇ,
ਨਾ ਅਫਸਰਾਂ ਤੇ ਕਾਰਵਾਈ, ਨਾ ਕਰਮਚਾਰੀਆਂ ਤੇ ਕਾਰਵਾਈ, ਨਾ ਲੀਡਰਾਂ ਦੇ ਉੱਤੇ ਕਾਰਵਾਈ। ਤਾਂ ਉਹ ਕਹਿੰਦੇ ਕਾਰਵਾਈ ਫਿਰ ਤੁਸੀਂ ਕਰਨੀ ਕਿਹਨਾਂ ਦੇ ਉੱਤੇ ਆ, ਇਹ ਸਾਰੀਆਂ ਸਥਿਤੀਆਂ ਜਿਹੜੀਆਂ ਸਪਸ਼ਟ ਕੀਤੀਆਂ ਜਾਣ। ਸੋ ਕੁੱਲ ਮਿਲਾ ਕੇ ਭਾਵੇਂ ਕਪਤਾਨ ਸਾਹਿਬ ਨੇ ਨਵੀਂ ਰੈਗੂਲਰ ਪਾਲਿਸੀ ਜਿਹੜੀ ਹੈ ਉਹ ਜਾਰੀ ਕਰ ਦਿੱਤੀ ਹੈ, ਲਾਗੂ ਕਰ ਦਿੱਤੀ ਹੈ, ਪਰ ਇਹਦੇ ਬਾਵਜੂਦ ਵੀ ਲੱਗਦਾ ਕਿ ਬਹੁਤ ਸਾਰੇ ਕਲੋਨਾਈਜ਼ਰ ਜਿਹੜੇ ਨੇ ਉਹ ਪੰਜਾਬ ਸਰਕਾਰ ਤੋਂ ਨਾ ਖੁਸ਼ ਹੀ ਰਹਿਣਗੇ ਤੇ ਨਾ ਬਹੁਤੀਆਂ ਕਲੋਨੀਆਂ ਤੇ ਨਾ ਬਹੁਤੇ ਪਲਾਟ ਰੈਗੂਲਰ ਹੋ ਸਕਣਗੇ। ਜੀ, ਤੇ ਬਾਟ ਸਾਹਿਬ ਥੋੜੀ ਜਿਹੀ ਜਾਣਕਾਰੀ ਇਸ ਮਾਮਲੇ ਤੇ ਵੀ ਦਿਓ ਕਿ ਇਤਿਹਾਸ ਵਾਲੀ ਪੁਸਤਕ ਹੈ ਜਿਹੜੀ, ਇਹਦੇ ਚ ਵਾਹਵਾ ਹੇਰ ਫੇਰ ਦਾ। ਕਹਿੰਦੇ ਊਧਮ ਸਿੰਘ ਹੋਰਾਂ ਨੇ ਹੀਰ ਦੀ ਸਹੁੰ ਖਾਧੀ ਸੀ, ਵਾਰਿਸ ਸ਼ਾਹ ਦੀ ਹੀਰ ਪੜ੍ਹਦੇ ਤਾਂ ਹੁੰਦੇ ਸੀਗੇ ਤੇ ਹੋਰ ਕਈ ਗੱਲਾਂ, ਕਿੰਨੇ ਕੁ ਸੱਚ ਤੇ ਤੱਥ ਇਸ ਇਤਿਹਾਸ ਦੀ ਕਿਤਾਬ ਦੇ ਵਿੱਚ, ਤੇ ਸ਼੍ਰੋਮਣੀ ਕਮੇਟੀ ਵਾਲੇ ਕੀ ਆਖੀ ਜਾਂਦੇ ਆ? ਸੁਖਨੈਬ ਜੀ, ਆਪਾਂ ਰੋਜ਼ ਇੱਕ ਅੱਧੀ ਪਰਤ ਫੋਲਦੇ ਹਾਂ। ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਪ੍ਰਕਾਸ਼ਿਤ ਕੀਤੀ ਗਈ 12ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਦੀ ਹਰ ਰੋਜ਼ ਨਵੀਂ ਪਰਤ ਦੇ ਵਿੱਚੋਂ ਨਵੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆਉਂਦੀਆਂ। ਅਕਾਲੀ ਦਲ ਦੇ ਮੁੱਦਾ ਬਹੁਤ ਵੱਡੀ ਪੱਧਰ ਦੇ ਉੱਤੇ ਚੁੱਕਿਆ ਸੀ ਤੇ ਸਾਰੇ ਪੰਜਾਬ 'ਚ ਚੁੱਕਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਕਾਂਗਰਸ ਦੀ ਮੌਜੂਦਾ ਸਰਕਾਰ ਬੱਚਿਆਂ ਤੋਂ ਸਿੱਖ ਇਤਿਹਾਸ ਨੂੰ ਦੂਰ ਕਰ ਰਹੀ ਹੈ, ਵਿਦਿਆਰਥੀਆਂ ਨੂੰ ਸਿੱਖ ਇਤਿਹਾਸ ਤੋਂ ਦੂਰ ਕਰ ਰਹੀ ਹੈ ਤੇ ਬੜਾ ਗਲਤ ਹੈ। ਅਕਾਲੀ ਦਲ ਨੇ ਵੀ ਕਿਹਾ ਸੀ ਕਿ ਜ਼ਿੰਮੇਵਾਰ ਅਧਿਕਾਰੀਆਂ ਦੇ ਉੱਤੇ ਕਾਰਵਾਈ ਹੋਵੇ। ਮੋਹਰਿਓ ਅਕਾਲੀ ਦਲ ਦੇ ਇਸ ਸਵਾਲ ਦੇ ਜਵਾਬ 'ਚ ਕਪਤਾਨ ਸਾਹਿਬ ਤੇ ਉਹਨਾਂ ਦੇ ਸਾਥੀ ਕਹਿੰਦੇ ਸੀ ਕਿ ਅਸੀਂ ਇੱਕ ਵੀ ਚੈਪਟਰ ਘੱਟ ਨਹੀਂ ਕੀਤਾ ਸਿੱਖ ਗੁਰੂ ਸਾਹਿਬਾਨ ਦੇ ਨਾਲ ਸੰਬੰਧਿਤ, 11ਵੀਂ ਜਮਾਤ ਵਿੱਚ ਸਾਰੇ ਚੈਪਟਰ ਪਾ ਦਿੱਤੇ ਗਏ ਆ। ਇਹ ਵੀ ਕਿਹਾ ਗਿਆ ਕਿ ਜਿਹੜੇ ਚੈਪਟਰ ਤੁਹਾਨੂੰ ਲੱਗਦਾ ਕਿ ਕੱਢੇ ਵੀ ਗਏ ਆ ਉਹ ਕਿਸੇ ਹੋਰ ਢੰਗ ਨਾਲ ਐਕਸਪਲੇਨ ਕਰ ਦਿੱਤੇ ਗਏ ਆ। ਇੱਥੋਂ ਤੱਕ ਵੀ ਕੈਪਟਨ ਸਾਹਿਬ ਨੇ ਕਿਹਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਕਾਇਦਾ ਇੱਕ ਨੁਮਾਇੰਦਾ ਸਿਲੇਬਸ ਸਿਲੈਕਸ਼ਨ ਕਮੇਟੀ ਦੇ ਵਿੱਚ ਸ਼ਾਮਿਲ ਸੀ। ਇਸ ਕਰਕੇ ਕਹਿੰਦੇ ਅਕਾਲੀ ਦਲ ਨੂੰ ਕਿਸੇ ਤਰ੍ਹਾਂ ਦਾ ਕੋਈ ਹੱਕ ਨਹੀਂ ਕਿ ਉਹ ਇੱਦਾਂ ਦੀਆਂ ਗੱਲਾਂ ਕਰਨ, ਬੇਤੁਕੀਆਂ, ਬਿਲਕੁਲ ਬੇਤਰਕ। ਉਹਦੇ ਤੋਂ ਬਾਅਦ ਹੁਣ ਵਾਰੀ ਆ ਗਈ ਉਸ ਵਿਅਕਤੀ ਦੀ ਜਿਹਦਾ ਨਾਮ ਹੈ ਪ੍ਰੋਫੈਸਰ ਪਰਮਵੀਰ ਸਿੰਘ। ਉਹ ਪ੍ਰੋਫੈਸਰ ਪਰਮਵੀਰ ਸਿੰਘ ਜਿਹੜੇ ਨੇ ਉਹਨਾਂ ਦੇ ਬਾਬਤ ਕਿਹਾ ਜਾਂਦਾ ਸੀ ਕਿ ਇਹ ਉਸ ਕਮੇਟੀ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਦੇ ਤੌਰ ਤੇ ਸ਼ਾਮਿਲ ਹੋਏ ਸੀ। ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਮੈਂ ਬਿਲਕੁਲ ਸ਼ਾਮਿਲ ਸੀ, ਇਹਦੇ ਤੋਂ ਮੈਂ ਮੁੱਕਰਦਾ ਨਹੀਂ, ਪਰ ਕਹਿੰਦੇ ਮੈਂ ਸ਼ਾਮਿਲ ਇਤਿਹਾਸ ਲੱਭਣ ਬਣਾਉਣ ਵਾਲਿਆਂ 'ਚ ਨਹੀਂ ਸੀ, ਨਾ ਮੇਰਾ ਉਹਦੇ ਉੱਤੇ ਕੋਈ ਗੱਲਬਾਤ ਸੀ। ਉਹ ਕਹਿੰਦੇ ਮੈਨੂੰ ਤਾਂ ਸਾਰਾ ਸਿਲੇਬਸ ਡਿਜ਼ਾਈਨ ਕਰਨ ਤੋਂ ਬਾਅਦ, ਸਾਰਾ ਸਿਲੇਬਸ ਡਿਫਾਈਨ ਕਰਨ ਤੋਂ ਬਾਅਦ ਕੇਵਲ ਤੇ ਕੇਵਲ ਫੈਕਟ ਜਿਹੜੇ ਨੇ ਉਹਨਾਂ ਨੂੰ ਚੈੱਕ ਕਰਨ ਦੇ ਲਈ ਸੱਦਿਆ ਗਿਆ ਸੀ ਕਿ ਕੋਈ ਤਰੀਕ ਕੋਈ ਸਨ ਗਲਤ ਤਾਂ ਨਹੀਂ, ਤੇ ਜੇ ਗਲਤ ਹੈ ਤਾਂ ਦੱਸ ਦਿਓ। ਉਹ ਕਹਿੰਦੇ ਸਿਲੇਬਸ ਬਣਾਉਣ ਲੱਗਿਆਂ ਨਾ ਮੈਨੂੰ ਕਿਸੇ ਨੇ ਪੁੱਛਿਆ, ਨਾ ਸਿਲੇਬਸ ਦੇ ਉੱਤੇ ਮੇਰੀ ਕਿਸੇ ਨੇ ਸਲਾਹ ਮੰਨੀ, ਤੇ ਨਾ ਫਿਰ ਮੈਂ ਕੋਈ ਸਲਾਹ ਜਿਹੜੀ ਹੈ ਉਸ ਮੁੱਦੇ ਦੇ ਉੱਤੇ ਦਿੱਤੀ। ਇਹ ਆਪਣੇ ਆਪ ਦੇ ਵਿੱਚ ਬੜੀ ਅਜੀਬੋ ਗਰੀਬ ਗੱਲ ਹੈ। ਕਪਤਾਨ ਸਾਹਿਬ ਕਹਿੰਦੇ ਕਿ ਸਿਲੇਬਸ ਇਹਨਾਂ ਨੇ ਸਿਲੈਕਟ ਕੀਤਾ, ਇਹ ਕਹਿੰਦੇ ਮੈਂ ਸਿਲੇਬਸ ਬਿਲਕੁਲ ਨਹੀਂ ਸਿਲੈਕਟ ਕੀਤਾ। ਦੂਸਰੇ ਪਾਸੇ ਇਸ ਕਿਤਾਬ ਦੇ ਵਿੱਚ ਐਸੀਆਂ ਕੁਝ ਕੁ ਚੀਜ਼ਾਂ ਨੇ ਜਿਹਨਾਂ ਦੇ ਉੱਤੇ ਇਤਰਾਜ਼ ਆ ਗਿਆ। ਹੁਣ ਸੂਫੀ ਮਤ ਦੀ ਸ਼ੁਰੂਆਤ ਬਾਬਾ ਫਰੀਦ ਤੋਂ ਮੰਨੀ ਜਾਂਦੀ ਹੈ, ਪਰ ਇਸ ਕਿਤਾਬ ਦੇ ਵਿੱਚ ਲਿਖ ਦਿੱਤਾ ਕਿ ਸਖੀ ਸਰਵਰ ਸੂਫੀ ਮਤ ਦੀ ਸ਼ੁਰੂਆਤ ਕਰਨ ਵਾਲੇ ਨੇ। ਮੰਗਲ ਪਾਂਡੇ ਜਿਹੜਾ ਹੈ ਉਹਦੇ ਬਾਬਤ ਲਿਖਿਆ ਗਿਆ ਕਿ ਭਾਈ ਜੇ ਮੰਗਲ ਪਾਂਡੇ ਦੇ ਬਾਰੇ ਤੁਸੀਂ ਸਭ ਕੁਝ ਪੜ੍ਹਨਾ ਲਿਖਣਾ ਸੁਣਨਾ ਹੈ, ਤੁਹਾਨੂੰ ਆਮਿਰ ਖਾਨ ਤੇ ਰਾਣੀ ਮੁਖਰਜੀ ਦੀ ਫਿਲਮ ਮੰਗਲ ਪਾਂਡੇ ਜਿਹੜੀ ਹੈ ਉਹ ਵੇਖਣੀ ਚਾਹੀਦੀ ਹੈ, ਤੁਹਾਨੂੰ ਬਹੁਤ ਸਾਰੇ ਇਤਿਹਾਸਕ ਤੱਥ ਨਜ਼ਰ ਆਉਣਗੇ। ਇਹਦੇ ਨਾਲ ਨਾਲ ਇਹ ਵੀ ਕਿਹਾ ਗਿਆ ਕਿ ਦੇਖੋ ਭਗਤੀ ਲਹਿਰ ਦੇ ਵਿੱਚੋਂ ਰਾਮ ਭਗਤੀ ਲਹਿਰ ਨੂੰ ਸਭ ਤੋਂ ਵੱਡੀ ਲਹਿਰ ਕਰਾਰ ਦੇ ਕੇ ਭਗਵਾਂਕਰਨ ਕਰਨ ਦਾ ਯਤਨ ਕੀਤਾ ਜਾ ਰਿਹਾ। ਇਹ ਵੀ ਗੱਲ ਸੁਖਨੈਬ ਜੀ ਤੁਹਾਡੀ ਬਿਲਕੁਲ ਠੀਕ ਹੈ ਕਿ ਇਸ ਕਿਤਾਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਬਣਾਈ ਗਈ ਕਮੇਟੀ ਨੇ ਜੋ ਭੁੱਖ ਪੜਤਾਲ ਕਰਕੇ ਰਿਪੋਰਟ ਭਾਈ ਗੋਬਿੰਦ ਸਿੰਘ ਲੌਂਗੋਵਾਲ ਸਾਹਿਬ ਨੂੰ ਦਿੱਤੀ ਹੈ, ਉਸ ਰਿਪੋਰਟ ਦੇ ਵਿੱਚ ਇਹ ਵੀ ਲਿਖਿਆ ਹੋਇਆ ਕਿ ਸ਼ਹੀਦ ਊਧਮ ਸਿੰਘ ਜਿਹੜੇ ਨੇ ਉਹਨਾਂ ਨੇ ਕਿਸੇ ਵੀ ਤਰੀਕੇ ਕਿਸੇ ਹੋਰ ਚੀਜ਼ ਦੀ ਸਹੁੰ ਨਹੀਂ ਖਾਧੀ, ਉਹਨਾਂ ਨੇ ਵਾਰਿਸ ਸ਼ਾਹ ਦੀ ਹੀਰ ਰਾਂਝੇ ਦੀ ਜਿਹੜੀ ਉਹ ਸਹੁੰ ਖਾਧੀ ਸੀ ਹੀਰ ਦੀ। ਹੁਣ ਉਹਦੇ ਤੋਂ ਬਾਅਦ ਆਮ ਤੌਰ ਤੇ ਧਾਰਨਾ ਇਹ ਕਿ ਉਹਨਾਂ ਨੇ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ। ਇਹਦੇ ਵਿੱਚ ਕਿੰਨਾ ਕੁ ਸੱਚ ਤੇ ਕਿੰਨਾ ਕੁ ਝੂਠ ਹੈ ਆਉਣ ਵਾਲਾ ਸਮਾਂ ਦੱਸੇਗਾ, ਪਰ ਕੁੱਲ ਮਿਲਾ ਕੇ ਹਾਲ ਦੀ ਘੜੀ ਤੱਕ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ 12ਵੀਂ ਜਮਾਤ ਦੀ ਇਤਿਹਾਸ ਦੀ ਪੁਸਤਕ ਦੇ ਵਿੱਚੋਂ ਇਸ ਤਰੀਕੇ ਦੀਆਂ ਸਾਹਮਣੇ ਆਈਆਂ ਜਿਹਨਾਂ ਦੇ ਉੱਤੇ ਵੱਡੇ ਵੱਡੇ ਇਤਰਾਜ਼ ਜਿਹੜੇ ਨੇ ਜ਼ਰੂਰ ਕੀਤੇ ਜਾ ਸਕਦੇ ਆ, ਤੇ ਵੇਖਦੇ ਹਾਂ ਕਿ ਸਰਕਾਰੀ ਧਿਰ ਹੁਣ ਇਸ ਮੁੱਦੇ ਦੇ ਉੱਤੇ ਆਪਣਾ ਸਪਸ਼ਟੀਕਰਨ ਕੀ ਦਿੰਦੀ ਹੈ। ਜੀ, ਪਰ ਬਾਟ ਸਾਹਿਬ ਇੱਕ ਗੱਲ ਤਾਂ ਹੈਗੀ ਹੈ ਊਧਮ ਸਿੰਘ ਦੇ ਮਾਮਲੇ ਦੇ ਵਿੱਚ, ਇਹ ਹੈ ਕਿ ਉਹ ਵਾਰਿਸ ਸ਼ਾਹ ਦੀ ਹੀਰ ਨੂੰ ਪੜ੍ਹਦੇ ਬਹੁਤ ਸੀ, ਕਿਸੇ ਇੱਕ ਧਰਮ ਦੇ ਨਾਲ ਬਚ ਕੇ ਰਹਿਣ ਵਾਲੀ ਤਾਂ ਉਹ ਸ਼ਖਸੀਅਤ ਨਹੀਂ ਸੀ। ਸ਼ਾਇਦ ਇੱਥੇ ਇਹ ਗੱਲ ਤੇ ਤੱਥਾਂ ਤੋਂ ਹਟ ਕੇ ਕੁਛ ਹੋਰ ਸਾਹਮਣੇ ਆ ਜਾਵੇ। ਇਹ ਸੁਖਨੈਬ ਜੀ ਬੜੀ ਸੰਵੇਦਨਸ਼ੀਲ ਜੀ ਗੱਲ ਸੀ, ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਕਮੇਟੀ ਬਣਾਈ ਹੋਈ ਹੈ ਜੀ, ਉਹ ਇਹ ਕਹਿੰਦੀ ਹੈ ਕਿ ਗੱਲ ਚੱਲਦੀ ਸੀ ਕਿ ਉਹਨਾਂ ਨੇ ਗੁਟਕਾ ਸਾਹਿਬ ਦੀ ਸੌਖਾ ਦੀ, ਗੱਲ ਚੱਲਦੀ ਕੁਝ ਨਹੀਂ ਹੁੰਦੀ
ਜਦੋਂ ਤੁਸੀਂ ਖੋਜ ਕਰਦੇ ਹੋ ਪੜਤਾਲ ਕਰਦੇ ਹੋ ਤਾਂ ਉਹਦੇ ਵਿੱਚ ਤੱਥ ਹੁੰਦੇ ਆ, ਅਨੁਮਾਨ ਨਹੀਂ ਹੁੰਦਾ। ਉਹ ਵੀ ਜਦੋਂ 100 ਸਾਲ ਤੋਂ ਵਿਚਲੀ ਘਟਨਾ ਹੋਵੇ ਤਾਂ ਫਿਰ ਕਾਹਦਾ ਅਨੁਮਾਨ। ਸ਼੍ਰੋਮਣੀ ਕਮੇਟੀ ਨੂੰ ਵੀ ਇੱਥੇ ਕੋਈ ਇਤਿਹਾਸਕ ਹਵਾਲਾ ਕੋਈ ਤਰਕ ਦੇਣਾ ਚਾਹੀਦਾ ਸੀ ਕਿ ਜੇ ਸ਼ਹੀਦ ਊਧਮ ਸਿੰਘ ਹੋਰਾਂ ਨੇ ਸੱਚੀ ਮੁੱਚੀ ਗੁਟਕਾ ਸਾਹਿਬ ਦੇ ਹੱਥ ਰੱਖ ਕੇ ਸਹੁੰ ਖਾਧੀ ਹੈ, ਤੇ ਜੇ ਕਿਤਾਬ ਦੇ ਵਿੱਚ ਜਿਹਨੇ ਲਿਖਿਆ ਜਿਹਨੇ ਸੰਪਾਦਿਤ ਕੀਤੀ ਹੈ ਉਹਦੇ ਕੋਲ ਵੀ ਕੋਈ ਤੱਥ ਹੋਣਾ ਚਾਹੀਦਾ ਕਿ ਭਾਈ ਜੀ ਉਹਨੇ ਕਿਸੇ ਹੋਰ ਕਿਤਾਬ ਦੇ ਉੱਤੇ ਹੱਥ ਰੱਖ ਕੇ ਸਹੁੰ ਖਾਧੀ ਹੈ। ਇਹ ਗੱਲ ਤੁਹਾਡੀ ਠੀਕ ਹੈ ਕਿ ਇਸ ਮੁੱਦੇ ਦੇ ਉੱਤੇ ਹੁਣ ਵੱਡੀ ਪੱਧਰ ਦੇ ਉੱਤੇ ਵਿਚਾਰ ਚਰਚਾ ਹੋਏਗੀ ਕਿ ਆਖਿਰਕਾਰ ਸ਼ਹੀਦ ਊਧਮ ਸਿੰਘ ਹੋਰਾਂ ਨੇ ਸਹੁੰ ਜਿਹੜੀ ਕਾਹਦੇ ਤੇ ਹੱਥ ਰੱਖ ਕੇ ਖਾਧੀ ਸੀ। ਇਹ ਵੀ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਉਹ ਹੀਰ ਵਾਰਿਸ ਸਾਹਿਬ ਪੜ੍ਹਦੇ ਹੁੰਦੇ ਸੀ, ਪਰ ਨਾਲ ਦੀ ਨਾਲ ਜੇ ਆਪਾਂ ਇਸ ਧਾਰਨਾ ਨੂੰ ਲੈ ਕੇ ਉਹਨਾਂ ਨੂੰ ਕਿਸੇ ਇੱਕ ਭਾਈਚਾਰੇ ਦੇ ਨਾਲ ਬੰਨ ਦਈਏ ਜਾਂ ਕਿਸੇ ਭਾਈਚਾਰੇ ਤੋਂ ਦੂਰ ਕਰ ਦਈਏ, ਇਹ ਵੀ ਆਪਣੇ ਆਪ ਦੇ ਵਿੱਚ ਇੱਕ ਤਰ੍ਹਾਂ ਦੀ ਇਤਿਹਾਸਕ ਬੇਇਨਸਾਫੀ ਹੋਏਗੀ। ਜੀ ਬਿਲਕੁਲ ਜੀ, ਕਿਉਂਕਿ ਉਹਨਾਂ ਨੇ ਨਾਮ ਹੀ ਆਪਦਾ ਰਾਮ ਸਿੰਘ ਆਜ਼ਾਦ ਰੱਖਿਆ ਸੀਗਾ, ਤਾਂ ਮੁਹੰਮਦ ਉਹਦੇ ਨਾਲ ਬੇਸ਼ੱਕ ਮੁਹੰਮਦ ਸਿੰਘ ਆਜ਼ਾਦ ਰਾਮ ਬੇਸ਼ੱਕ ਬਾਅਦ ਦੇ ਵਿੱਚ ਜੁੜ ਗਿਆ, ਤੇ ਤੱਥ ਤਾਂ ਕੁਛ ਇਹੋ ਜਿਹੇ ਹੀ ਨੇ। ਚਲੋ ਆਪਾਂ ਅਗਲੀ ਖਬਰ ਦੇ ਵੱਲ ਵਧੀਆ ਜੀ। ਤੇ ਮੋਦੀ ਸਰਕਾਰ ਨੇ ਸ਼ੁਰੂ ਕੀਤੇ ਜੀ ਐਲਾਨ ਕਰਨੇ, ਭਾਈਓ ਔਰ ਬਹਿਨੋ ਹੁਣ ਕੀ ਕਹਤਾ ਜੀ ਸੁਖਨੈਬ ਜੀ, ਹੁਣ ਅਸਲ ਦੇ ਵਿੱਚ ਸਾਲ ਹੀ ਰਹਿ ਗਿਆ ਨਾ ਲੋਕ ਸਭਾ ਦੀਆਂ ਚੋਣਾਂ ਚ। ਜੀ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ 2-2.5 ਮਹੀਨੇ ਪਹਿਲਾਂ ਕੋਡ ਆਫ ਕੰਡਕਟ ਲੱਗ ਜਾਣਾ, ਲੈ ਦੇ ਕੇ ਮਹੀਨੇ ਮਸਾਂ 9:30 ਨੇ ਮੋਦੀ ਸਾਹਿਬ ਦੇ ਕੋਲ। ਉਹਨਾਂ 9:30 ਮਹੀਨਿਆਂ ਦੇ ਵਿੱਚੋਂ ਵੀ ਬਹੁਤਾ ਸਮਾਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹਨਾਂ ਦਾ ਪ੍ਰਚਾਰ ਕਰਦਿਆਂ ਲੰਘ ਜਾਣਾ, ਕਿਉਂਕਿ ਜਿੱਥੇ ਜਿੱਥੇ ਵੀ ਚੋਣਾਂ ਹੋਣ ਵਾਲੀਆਂ ਸਾਰੀ ਜਗ੍ਹਾ ਦੇ ਉੱਤੇ ਤਾਂ ਬੀਜੇਪੀ ਦੀਆਂ ਸਰਕਾਰਾਂ, ਤੇ ਬੀਜੇਪੀ ਦੀਆਂ ਸਰਕਾਰਾਂ ਬਚਾਉਣਾ ਪ੍ਰਧਾਨ ਮੰਤਰੀ ਸਾਹਿਬ ਦਾ ਫਰਜ਼ ਹੈ, ਕਿਉਂਕਿ ਜੇ ਸਰਕਾਰਾਂ ਨਾ ਬਚਣੀਆਂ ਤਾਂ ਫਿਰ ਕੇਂਦਰ ਸਰਕਾਰ ਵੀ ਨਹੀਂ ਬਚਣੀ। ਫਿਰ ਲੋਕਾਂ ਦੇ ਵਿੱਚ ਧਾਰਨਾ ਇਹ ਜਾਣੀ ਹੈ ਕਿ ਭਾਰਤੀ ਜਨਤਾ ਪਾਰਟੀ ਤਾਂ ਸਿਆਸੀ ਤੌਰ ਦੇ ਉੱਤੇ ਹੁਣ ਲਹਾ ਵਾਲੀ ਸਥਿਤੀ ਤੇ ਆ ਗਈ। ਹੁਣ ਮੋਦੀ ਸਾਹਿਬ ਨੇ ਤਰ੍ਹਾਂ ਤਰ੍ਹਾਂ ਦੇ ਐਲਾਨ ਕਰਕੇ ਸਾਲ ਪਹਿਲਾਂ ਹੀ ਮਾਹੌਲ ਆਪਣੇ ਹੱਕ ਦੇ ਵਿੱਚ ਕਰਨ ਦਾ ਯਤਨ ਸ਼ੁਰੂ ਕਰ ਦਿੱਤਾ। ਹੁਣ ਚੌਥੀ ਸਾਲ ਦੀ ਜਿਹੜੀ ਉਹ ਮੁਕੰਮਲ ਹੋਣ ਤੋਂ ਪਹਿਲਾਂ ਉਹਨਾਂ ਨੇ ਕੁਝ ਕੁ ਨਵੇਂ ਐਲਾਨ ਕੀਤੇ ਆ, ਲੋਕਾਂ ਨੂੰ ਕੁਝ ਕੁ ਨਵੇਂ ਤੋਹਫੇ ਦਿੱਤੇ ਆ। ਉਹ ਕਹਿੰਦੇ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਗੰਨਾ ਉਤਪਾਦਕ ਕਿਸਾਨ ਨੇ ਉਹਨਾਂ ਨੂੰ 5.5 ਰੁਪਈਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਅਸੀਂ ਬੋਨਸ ਦੇਵਾਂਗੇ। ਦੂਸਰੀ ਗੱਲ, ਦੇਸ਼ ਭਰ ਦੇ ਵਿੱਚ 20 ਨਵੇਂ AIIMS ਬਣਾਵਾਂਗੇ। ਤੀਸਰੀ ਗੱਲ, 73 ਮੈਡੀਕਲ ਕਾਲਜ ਜਿਹੜੇ ਉਹਨਾਂ ਨੂੰ ਅਪਗ੍ਰੇਡ ਕਰਾਂਗੇ। ਲਖਨਊ ਸਮੇਤ 3 ਹਵਾਈ ਅੱਡਿਆਂ ਦਾ ਕਹਿੰਦੇ ਵਿਸਥਾਰ ਕਰਾਂਗੇ, ਤੇ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਦੇ ਲਈ ਖੇਤੀਬਾੜੀ ਦੇ ਨਾਲ ਸੰਬੰਧਿਤ ਉਹ ਕਹਿੰਦੇ ਕਿ 11 ਯੋਜਨਾਵਾਂ ਐਸੀਆਂ ਨੇ ਜਿਹਨਾਂ ਨੂੰ ਹੁਣ ਆਉਣ ਵਾਲੇ ਦਿਨਾਂ ਚ ਕੇਂਦਰ ਦੀ ਸਰਕਾਰ ਅੱਗੇ ਲੈ ਕੇ ਜਾਊ। ਰਵੀ ਸ਼ੰਕਰ ਪ੍ਰਸਾਦ ਕਾਨੂੰਨ ਮੰਤਰੀ ਨੇ ਉਹ ਕਹਿੰਦੇ ਕਿ ਬਹੁਤ ਸਾਰੇ ਫੈਸਲੇ ਕੀਤੇ ਗਏ ਆ, AIIMS ਦਾ ਨਿਰਮਾਣ ਕਰਨਾ, ਮੈਡੀਕਲ ਕਾਲਜ ਅਪਗ੍ਰੇਡ ਕਰਨੇ, ਤੇ 14,832 ਕਰੋੜ ਰੁਪਈਆ ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਅੱਡ ਰੱਖ ਲਿਆ। AIIMS ਕਿੱਥੇ ਬਣਨਾ ਇਹ ਸਾਰਾ ਕੁਝ ਕਹਿੰਦੇ ਥੋੜੇ ਦਿਨਾਂ ਤੱਕ ਅਸੀਂ ਨਿਰਧਾਰਿਤ ਕਰ ਦੇਵਾਂਗੇ। ਦੂਸਰੇ ਪਾਸੇ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਮਹੱਤਵਪੂਰਨ ਗੱਲ ਹੈ ਕਿ ਭਾਰਤ ਦੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਦਾਅਵਾ ਪ੍ਰਧਾਨ ਮੰਤਰੀ ਨਰਿੰਦਰ ਦਮੋਦਰ ਦਾਸ ਮੋਦੀ ਸਾਹਿਬ ਇਸ ਵੇਲੇ ਕਰ ਰਹੇ ਨੇ ਕਿ ਸੱਚੀ ਮੁੱਚੀ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਵਿੱਚ ਉਹ ਸਫਲ ਹੋ ਸਕਣਗੇ ਜਾਂ ਨਹੀਂ, ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ। ਦਿੱਲੀ ਦੇ ਨਜ਼ਫਗੜ੍ਹ ਦੇ ਵਿੱਚ 100 ਬਿਸਤਰਿਆਂ ਵਾਲਾ ਇੱਕ ਹਸਪਤਾਲ ਬਣਾਉਣਾ ਮਨਜ਼ੂਰੀ ਉਹਨੂੰ ਵੀ ਦੇ ਦਿੱਤੀ, 95 ਕਰੋੜ ਰੁਪਈਆ ਜਿਹੜਾ ਵੱਖਰਾ ਰੱਖ ਲਿਆ। ਤੇ ਹੁਣ ਇਹ ਸਾਰੀਆਂ ਗਤੀਵਿਧੀਆਂ ਇਹ ਦੱਸਦੀਆਂ ਕਿ ਆਉਣ ਵਾਲਾ 1 ਸਾਲ ਹੁਣ ਵੱਖ ਵੱਖ ਥਾਵਾਂ ਦੇ ਉੱਤੇ ਨੀਂਹ ਪੱਥਰ ਰੱਖਣ ਦਾ ਸਾਲ ਹੋਏਗਾ, ਵੱਖ ਵੱਖ ਵੱਡੇ ਪ੍ਰੋਜੈਕਟਾਂ ਦੀਆਂ ਇਮਾਰਤਾਂ ਸ਼ੁਰੂ ਹੋਣ ਦਾ ਸਾਲ ਹੋਏਗਾ, ਤੇ ਐਨ ਮੌਕੇ ਦੇ ਉੱਤੇ ਆ ਕੇ ਪ੍ਰਧਾਨ ਮੰਤਰੀ ਸਾਹਿਬ ਦੁਆਰਾ ਸਾਰੇ ਦੇਸ਼ ਦੇ ਵਿੱਚ ਸ਼ੁਰੂ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਦੇ ਐਲਾਨ ਜਿਹੜੇ ਕਰਨੇ ਸ਼ੁਰੂ ਕੀਤੇ ਆ ਉਹ ਕਿੰਨੇ ਕੁ ਭਾਰਤੀ ਜਨਤਾ ਪਾਰਟੀ ਦੇ ਹੱਕ 'ਚ ਜਾਣਗੇ, ਕੇਂਦਰ ਸਰਕਾਰ ਦੀ ਲੋਕਪ੍ਰਿਯਤਾ ਤੇ ਪ੍ਰਸਿੱਧੀ ਨੂੰ ਕਿੱਥੇ ਕੁ ਤੱਕ ਲੈ ਕੇ ਜਾ ਪਾਉਣਗੇ ਆਉਣ ਵਾਲਾ ਸਮਾਂ ਦੱਸੇਗਾ। ਪਰ ਇਹਦਾ ਮਤਲਬ ਇਹ ਹੈ ਕਿ ਹੁਣ ਕੇਂਦਰ ਸਰਕਾਰ ਨੇ ਆਪਣੇ ਵੱਲੋਂ ਪੂਰਾ ਸਾਲ ਤਿਆਰੀ ਖਿੱਚ ਕੇ ਰੱਖਣੀ ਹੈ ਕਿ ਭਾਈ ਕਿਸੇ ਵੀ ਵੇਲੇ ਢੋਕ ਤੇ ਡਗਾ ਲੱਗ ਸਕਦਾ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਲੋਕ ਸਭਾ ਦੀਆਂ ਚੋਣਾਂ ਹੋਣ ਦੇ ਲਈ। ਇਸ ਕਰਕੇ ਵੱਧ ਤੋਂ ਵੱਧ ਲੋਕਾਂ ਨੂੰ ਭਰੋਸੇ ਦੇ ਦਈਏ, ਨੀਂਹ ਪੱਥਰ ਰੱਖ ਦਈਏ, ਐਲਾਨ ਕਰ ਦਈਏ ਕਿ ਭਾਈ ਇਹਨਾਂ ਦੀ ਸਰਕਾਰ ਤਾਂ ਬਹੁਤ ਕੁਝ ਕਰਨਾ ਚਾਹੁੰਦੀ ਸੀ, ਇਲੈਕਸ਼ਨ ਆ ਗਈ ਤਾਂ ਕਰਕੇ ਕੰਮ ਰੁਕ ਗਿਆ। ਚੱਕ ਦੇ ਢੋਲੀਆਂ ਤੇ ਬਾਟ ਸਾਹਿਬ ਇੱਕ ਬ੍ਰੇਕ ਲੈ ਲਈਏ ਜੀ, ਬ੍ਰੇਕ ਤੋਂ ਬਾਅਦ ਆਪਾਂ ਗੱਲਬਾਤ ਜਾਰੀ ਰੱਖਾਂਗੇ। ਜੀ ਮਿੱਤਰਾਂ ਨੇ ਢਾਬਾ ਖੋਲਿਆ ਸੜਕ ਤੇ ਆ ਕੇ, ਭਾਈ ਖੋਲਣਾ ਹੀ ਹੈ, ਜ਼ਰੂਰੀ ਹੁੰਦਾ ਸੜਕਾਂ ਦੇ ਉੱਤੇ ਕੰਮ ਕਾਰ ਚੱਲੂ ਰੱਖਣਾ। ਤੇ ਕਰੀਏ ਜੀ ਆਪਾਂ ਗੱਲ ਜ਼ਿਲ੍ਹਾ ਤਰਨ ਤਾਰਨ ਦੀ। ਤਰਨ ਤਾਰਨ ਤਾਰ ਰਿਹਾ ਜੀ ਚਿੱਠੇ ਫਿਰ ਸਿੱਖਿਆ ਦੇ ਪੱਖੋਂ। ਸੁਖਨੈਬ ਜੀ ਬੜੀ ਮਾੜੀ ਹਾਲਤ ਆ, ਦੇਖੋ ਪੰਥਕ ਹਲਕਾ ਆ
ਕਈ ਤਰ੍ਹਾਂ ਦੀਆਂ ਮੁਸੀਬਤਾਂ ਦੇ ਵਿੱਚ ਘਿਰਿਆ ਰਿਹਾ ਪਿਛਲੇ ਸਮੇਂ ਦੇ ਵਿੱਚ। ਕੋਈ ਬਹੁਤਾ ਵੱਡਾ ਸ਼ਹਿਰ ਇਸ ਜ਼ਿਲ੍ਹੇ ਦੇ ਵਿੱਚ ਹੈ ਨਹੀਂ। ਸਿੱਖਿਆ ਦੇ ਪੱਖੋਂ, ਨਤੀਜਿਆਂ ਦੇ ਪੱਖੋਂ ਜਿੰਨੇ ਮਾੜੇ ਹਾਲਾਤ ਤਰਨ ਤਾਰਨ ਜ਼ਿਲ੍ਹੇ ਦੇ ਨੇ, ਉਨੇ ਸ਼ਾਇਦ ਹੋਰ ਕਿਸੇ ਜ਼ਿਲ੍ਹੇ ਦੇ ਨਾ ਹੈਗੇ ਆ ਤੇ ਨਾ ਹੋਣੇ ਆ। ਹੁਣੇ ਹੁਣੇ ਜਿਹੜਾ ਨਤੀਜਾ ਸਾਹਮਣੇ ਆਇਆ ਸੀ, ਆਪਾਂ ਸਾਰਿਆਂ ਵੇਖਿਆ, ਉਸ ਨਤੀਜੇ ਦੇ ਵਿੱਚ ਇਸ ਜ਼ਿਲ੍ਹੇ ਦੇ 70% ਵਿਦਿਆਰਥੀ ਜਿਹੜੇ ਨੇ ਉਹ ਫੇਲ ਹੋ ਗਏ। ਤੇ ਜਦੋਂ 70% ਵਿਦਿਆਰਥੀ ਫੇਲ ਹੋ ਗਏ ਤਾਂ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਬਹੁਤ ਵੱਡੀ ਘਾਟ ਹੈਗੀ ਹੈ। 12ਵੀਂ ਜਮਾਤ ਦਾ ਨਤੀਜਾ ਬਹੁਤ ਜ਼ਿਆਦਾ ਮਾੜਾ ਆਇਆ। ਹੁਣ ਤਰਨ ਤਾਰਨ ਦੇ ਵਿੱਚ ਕੀ ਕਾਰਨ ਹੈ ਕਿ ਵਿਦਿਆਰਥੀ ਪੜ੍ਹਾਈ ਦੇ ਵਿੱਚ ਪਿਛਾਂਹ ਰਹਿ ਗਏ, ਐਤਕੀ ਬਹੁਤ ਸਾਰੇ ਵਿਦਿਆਰਥੀ ਜਿਹੜੇ ਨੇ ਉਹ ਫੇਲ ਹੋ ਗਏ, ਕਾਰਨ ਕੀ? ਜੀ ਹੁਣ 70% ਵਿਦਿਆਰਥੀਆਂ ਦਾ ਫੇਲ ਹੋਣਾ ਤਾਂ ਬਹੁਤ ਵੱਡੀ ਇੱਕ ਰੇਸ਼ੋ ਹੈ ਨਾ, ਬਹੁਤ ਵੱਡਾ ਇੱਕ ਅੰਕੜਾ, ਬਹੁਤ ਵੱਡੀ ਇੱਕ ਚਿੰਤਾ। ਹੁਣ ਕੀ ਲੱਗਿਆ ਪਤਾ, ਜਦੋਂ ਸਾਰੀਆਂ ਚੀਜ਼ਾਂ ਖੰਗਾਲੀਆਂ ਗਈਆਂ, ਪੜਤਾਲੀਆਂ ਗਈਆਂ, ਇਮਾਰਤਾਂ ਨਵੀਆਂ ਬਣੀਆਂ ਹੋਈਆਂ ਸਕੂਲਾਂ ਦੀਆਂ ਬਹੁਤਿਆਂ ਦੀਆਂ, ਅਧਿਆਪਕ ਨਹੀਂ ਹੈਗੇ, ਕੁੱਲ 61,000 ਵਿਦਿਆਰਥੀ ਤਰਨ ਤਾਰਨ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਆ। ਜਿੰਨੇ ਅਧਿਆਪਕ ਚਾਹੀਦੇ ਆ ਉਹਨਾਂ ਦੇ ਵਿੱਚੋਂ 60% ਅਧਿਆਪਕਾਂ ਦੀਆਂ ਅਸਾਮੀਆਂ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ ਖਾਲੀ ਪਈਆਂ, ਤੇ ਵਿੱਦਿਆ ਦੇ ਮਿਆਰ ਪੱਖੋਂ ਹੇਠਾਂ ਹੋਣ ਦਾ ਸਭ ਤੋਂ ਵੱਡਾ ਕਾਰਨ ਇਹ ਮੰਨਿਆ ਜਾ ਸਕਦਾ। ਬਾਕੀ ਐਤਕੀ ਤਰਨ ਤਾਰਨ ਜ਼ਿਲ੍ਹਾ ਇਸ ਕਰਕੇ ਵੀ ਨਤੀਜਿਆਂ 'ਚ ਫਾਡ ਹੀ ਰਿਹਾ, ਪਤਾ ਲੱਗਿਆ ਸੀ ਕਿ ਕ੍ਰਿਸ਼ਨ ਕੁਮਾਰ ਹੋਰੀ ਜਦੋਂ ਬੋਰਡ ਦੇ ਪੇਪਰ ਪੈਂਦੇ ਸੀ ਤਾਂ ਉੱਥੇ ਜਾ ਕੇ ਆਪ ਬਹਿ ਗਏ ਕਿ ਭਾਈ ਤੁਸੀਂ ਇਹ ਠੇਕੇ ਤੇ ਲੈ ਲੈ ਨਕਲ ਕਰਾਉਂਦੇ ਹੋ ਨਾ ਕਈਆਂ ਸੈਂਟਰਾਂ ਦੇ ਵਿੱਚ, ਮੈਂ ਨਹੀਂ ਹੋਣ ਦਿੰਦਾ, ਨਾ ਉੱਥੋਂ ਉੱਠੇ ਤੇ ਨਾ ਨਕਲ ਹੋਈ। ਤੇ ਜਿਹੜੇ ਮੇਰੇ ਵਰਗੇ ਪੈਸਾ ਧੇਲਾ ਦੇ ਕੇ ਚਾਹੁੰਦੇ ਸੀ ਕਿ ਪਾਸ ਹੋ ਜਾਈਏ, ਉਹਨਾਂ ਦੀਆਂ ਐਤਕੀ ਬ੍ਰੇਕਾਂ ਲੱਗ ਗਈਆਂ। ਹੁਣ ਤਰਨ ਤਾਰਨ ਜ਼ਿਲ੍ਹਾ ਕਿਉਂਕਿ ਸਰਹੱਦੀ ਇਲਾਕਾ, ਸਰਹੱਦੀ ਇਲਾਕੇ ਦੇ ਵਿੱਚ ਅਧਿਆਪਕਾਂ ਦੀ ਬਦਲੀ ਜਦੋਂ ਹੁੰਦੀ ਆ ਤਾਂ 2-3 ਮਹੀਨਿਆਂ ਦੇ ਵਿੱਚ ਹੀ ਉਹ ਸਿਫਾਰਿਸ਼ ਕਰਾ ਕੇ ਕਿਸੇ ਢੰਗ ਤਰੀਕੇ ਬਦਲ ਕੇ ਕੋਈ ਜੁਗਾੜ ਲਾ ਕੇ ਵਾਪਸ ਆਪਣੇ ਪਿੰਡਾਂ ਦੇ ਕੋਲੇ ਆ ਜਾਂਦੇ ਆ, ਤੇ ਆਰਥਿਕ ਪੱਖੋਂ ਕਮਜ਼ੋਰ ਤੇ ਮੱਧ ਵਰਗੀ ਪਰਿਵਾਰਾਂ ਦੇ ਬੱਚੇ ਇਹਨਾਂ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਨ ਦੇ ਲਈ ਮਜਬੂਰ ਹੁੰਦੇ ਕਿਉਂਕਿ ਉਹ ਵੱਡੇ ਸਕੂਲਾਂ ਦਾ ਖਰਚਾ ਚੁੱਕ ਨਹੀਂ ਸਕਦੇ, ਤੇ ਇੱਥੇ ਬਿਨਾਂ ਅਧਿਆਪਕਾਂ ਦੇ ਜਿਹੜੇ ਸਕੂਲ ਨੇ ਉੱਥੇ ਪੜ੍ਹਨਾ ਉਹਨਾਂ ਦੀ ਮਜਬੂਰੀ ਬਣ ਗਿਆ। ਹਾਲਾਤ ਕੀ ਨੇ, ਖੇਮਕਰਨ ਇਲਾਕਾ ਤਰਨ ਤਾਰਨ ਜ਼ਿਲ੍ਹੇ ਦਾ ਹਿੱਸਾ, ਕਿਵੇਂ ਵਿਦਿਆਰਥੀ ਪਾਸ ਹੋਣਗੇ? ਅਸੀਂ ਕਿੰਨਾ ਕੁ ਵਿੱਦਿਆ ਦੇ ਵੱਲ ਧਿਆਨ ਦਿੱਤਾ? ਅਸੀਂ ਵਿਦਿਆਰਥੀਆਂ ਨੂੰ ਕਿੰਨਾ ਕੁ ਦੋਸ਼ ਦਈਏ? ਅਸੀਂ ਅਧਿਆਪਕਾਂ ਨੂੰ ਕਿੰਨਾ ਕੁ ਦੋਸ਼ ਦਈਏ? ਖੇਮਕਰਨ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਅਧਿਆਪਕਾਂ ਦੀਆਂ 20 ਅਸਾਮੀਆਂ ਨੇ, 20 ਬੰਦੇ ਚਾਹੀਦੇ ਪੜ੍ਹਾਉਣ ਨੂੰ। ਸੁਖਲੈਬ ਜੀ ਹੈਰਾਨ ਹੋਣਗੇ ਕਿ 20 ਦੀ ਥਾਂ ਕੇਵਲ 2 ਅਧਿਆਪਕ ਪੜ੍ਹਾ ਰਹੇ ਨੇ। ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦੇ ਵਿੱਚ 31 ਅਸਾਮੀਆਂ ਨੇ, 31 ਅਧਿਆਪਕ ਰੌਣਕ ਲਾਉਣ ਵਾਲੇ ਚਾਹੀਦੇ ਨੇ, ਬੱਚਿਆਂ ਦਾ ਸਰਵਪੱਖੀ ਵਿਕਾਸ ਕਰਨ ਵਾਲੇ ਚਾਹੀਦੇ, ਤਾਇਨਾਤ ਕਿੰਨੇ ਨੇ? ਸਿਰਫ 2 ਜੀ। ਤੇ ਜਿਸ ਸਕੂਲ ਦੇ ਵਿੱਚ 31 ਦੇ ਵਿੱਚੋਂ 29 ਅਸਾਮੀਆਂ ਖਾਲੀ ਹੋਣਗੀਆਂ, ਅਸੀਂ ਕਿਵੇਂ ਉਮੀਦ ਕਰ ਸਕਾਂਗੇ ਕਿ ਉੱਥੇ ਪੰਜਾਬੀ ਚੰਗੀ ਤਰ੍ਹਾਂ ਪੜ੍ਹਨੀ ਤੇ ਲਿਖਣੀ ਆਉਂਦੀ ਹੋਏਗੀ ਬੱਚਿਆਂ ਨੂੰ? ਉੱਥੇ ਹਿਸਾਬ ਦੇ ਵਿੱਚੋਂ ਹਿਸਾਬੀ ਕਿਤਾਬੀ ਹੋਣਗੇ, ਵਿਗਿਆਨ, ਸਮਾਜਿਕ ਸਿੱਖਿਆ, ਅਰਥ ਸ਼ਾਸਤਰ, ਸਾਰੇ ਵਿਸ਼ਿਆਂ ਦੇ ਵਿੱਚ ਉਹਨਾਂ ਨੂੰ ਕੁੱਝ ਨਾ ਕੁੱਝ ਗਿਆਨ ਹੋਏਗਾ, ਸੰਭਵ ਹੀ ਨਹੀਂ। ਵਲਟੋਹਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ 19 ਅਸਾਮੀਆਂ, 15 ਖਾਲੀ ਨੇ। ਇਹਦੇ ਨਾਲ ਨਾਲ ਆਦਰਸ਼ ਸਕੂਲ ਬਲਟੋਹਾ 24 ਅਸਾਮੀਆਂ, 14 ਖਾਲੀ ਨੇ। ਲਖਣਾ ਪਿੰਡ ਦਾ ਮਿਡਲ ਸਕੂਲ 5 ਅਸਾਮੀਆਂ, ਕਮਾਲ ਹੋ ਗਈ ਸੁਖਨੈਬ ਜੀ, 5 ਹੀ ਖਾਲੀ ਨੇ ਜੀ। ਬੱਚੇ ਆਉਂਦੇ ਆ, ਗੁੱਲੀ ਡੰਡਾ ਖੇਡ ਕੇ ਮੁੜ ਜਾਂਦੇ ਆ, ਕੋਈ ਅਧਿਆਪਕ ਉੱਥੇ ਪੜ੍ਹਾਉਣ ਨੂੰ ਨਹੀਂ। ਕਦੇ ਕਦੇ ਡਿਊਟੀ ਲੱਗਦੀ ਆ, ਐਡਜਸਟਮੈਂਟ ਲੱਗਦੀ ਆ, ਪਰ ਐਡਜਸਟਮੈਂਟ ਵਾਲੇ ਅਧਿਆਪਕ ਨੇ ਕਿੰਨਾ ਕੁ ਬੱਚਿਆਂ ਦਾ ਸਰਵਪੱਖੀ ਵਿਕਾਸ ਕਰਨਾ? ਇਹਦੇ ਨਾਲ ਨਾਲ ਦਾਸੂਵਾਲ ਪਿੰਡ ਦਾ ਹਾਈ ਸਕੂਲ ਨਵਾਂ ਦੇ ਵਿੱਚੋਂ 5 ਅਸਾਮੀਆਂ ਖਾਲੀ। ਰੱਤੋਕੇ ਦਾ ਸਰਕਾਰੀ ਹਾਈ ਸਕੂਲ ਸਿਰਫ 2 ਅਧਿਆਪਕ ਪੜ੍ਹਾ ਰਿਹਾ। ਮਸਤਗੜ੍ਹ ਦੇ ਹਾਈ ਸਕੂਲ 'ਚ ਵੀ 2, ਪੂਰਾ ਕੋਨਾ ਦੇ ਹਾਈ ਸਕੂਲ 'ਚ 1, ਪੂਰਾ ਕਰੀਮਪੁਰਾ ਦੇ ਮਿਡਲ ਸਕੂਲ 'ਚ 1, ਮਹਿੰਦੀਪੁਰ ਦੇ ਮਿਡਲ ਸਕੂਲ 'ਚ 1, ਕਾਲੀਆ ਸਕੱਤਰਾ ਦੇ ਹਾਈ ਸਕੂਲ 'ਚ 2, ਇੰਨੇ ਹੀ ਅਧਿਆਪਕ ਨੇ। ਹਾਈ ਸਕੂਲ ਦਾ ਮਤਲਬ ਕੀ? 6ਵੀਂ, 7ਵੀਂ, 8ਵੀਂ, 9ਵੀਂ, 10ਵੀਂ, 5 ਜਮਾਤਾਂ, ਲੜਕੇ ਵੀ ਹੋਣਗੇ, ਲੜਕੀਆਂ ਵੀ ਹੋਣਗੀਆਂ, ਤੇ 2 ਅਧਿਆਪਕ ਕਿਵੇਂ ਪੜ੍ਹਾਉਣਗੇ? ਮਿਡਲ ਸਕੂਲ ਦੀਆਂ 3 ਜਮਾਤਾਂ ਨੂੰ 1 ਅਧਿਆਪਕ ਕਿਵੇਂ ਪੜ੍ਹਾਏਗਾ? 1 ਅਧਿਆਪਕ ਜਦੋਂ ਛੁੱਟੀ ਤੇ ਜਾਏਗਾ ਤੇ ਬੱਚਿਆਂ ਦਾ ਮਗਰੋਂ ਬਣਦਾ ਕੀ ਹੈ? ਬਹੁਤ ਸਾਰੀਆਂ ਚੀਜ਼ਾਂ ਨੇ ਜਿਹਨਾਂ ਦੇ ਵੱਲ ਧਿਆਨ ਦੇਣਾ ਚਾਹੀਦਾ, ਪਰ ਨਹੀਂ, ਅਸੀਂ ਨਹੀਂ ਧਿਆਨ ਦੇਣਾ। ਹੁਣ ਜੇ ਇਸ ਸਕੂਲ ਦੇ ਵਿੱਚ 31 ਅਧਿਆਪਕ ਚਾਹੀਦੇ ਆ, 2 ਅਧਿਆਪਕ ਨੇ, 10 ਸੈਕਸ਼ਨ ਨੇ ਵਿਦਿਆਰਥੀਆਂ ਦੇ, 2 ਅਧਿਆਪਕ 10 ਸੈਕਸ਼ਨਾਂ ਨੂੰ, 5 ਜਮਾਤਾਂ ਨੂੰ ਕਿਵੇਂ ਪੜ੍ਹਾਉਣਗੇ? ਕਦੇ ਸਰਕਾਰ ਦੇ ਨੁਮਾਇੰਦਿਆਂ ਨੇ ਮੱਥੇ ਤੇ ਹੱਥ ਨਹੀਂ ਮਾਰਿਆ?
ਇਹ ਕਪਤਾਨ ਸਾਹਿਬ ਦੀ ਸਰਕਾਰ ਚ ਹੀ ਹੱਲ ਨੀ ਹੋਇਆ, ਇਹ ਪਿਛਲੀ ਸਰਕਾਰ ਚ ਵੀ ਹਾਲ ਇਹ ਕੁਝ ਹੀ ਰਿਹਾ। ਨਾ ਉੱਥੇ ਅਧਿਆਪਕ ਜਾ ਕੇ ਰਾਜੀ ਹੈ, ਨਾ ਸਰਕਾਰ ਧਿਆਨ ਦੇ ਕੇ ਰਾਜੀ ਹੈ, ਤੇ ਬੱਚਿਆਂ ਦਾ ਅਸੀਂ ਫਿਰ ਭਵਿੱਖ ਭਾਲਦੇ ਆ, ਕਿੱਥੋਂ ਪਾਲਾਂਗੇ। ਹੁਣ ਐਸੇ ਵੇਲੇ ਜੇ ਆਪਾਂ ਕੁੱਲ ਮਿਲਾ ਕੇ ਗੱਲ ਕਰ ਲਈਏ, ਤਰਨ ਤਾਰਨ ਜ਼ਿਲ੍ਹੇ ਦੇ ਵਿੱਚ ਮੁੱਖ ਅਧਿਆਪਕਾਂ ਦੀਆਂ 97 ਦੇ ਵਿੱਚੋਂ 70 ਅਸਾਮੀਆਂ ਖਾਲੀ ਆ, ਲੈਕਚਰਾਂ ਦੀਆਂ 539 ਦੇ ਵਿੱਚੋਂ 315 ਅਸਾਮੀਆਂ ਖਾਲੀ ਆ, ਮਾਸਟਰ ਕਾਡਰ ਦੀਆਂ 2100 ਦੇ ਵਿੱਚੋਂ 1100 ਅਸਾਮੀਆਂ ਖਾਲੀ ਆ, ਵੋਕੇਸ਼ਨਲ ਅਧਿਆਪਕਾਂ ਦੇ 144 ਚ 111 ਅਸਾਮੀਆਂ ਖਾਲੀ ਨੇ, ਨਾਨ ਟੀਚਿੰਗ ਦੇ 325 ਦੇ ਵਿੱਚੋਂ 35 ਖਾਲੀ ਨੇ। ਇਹਦਾ ਮਤਲਬ ਹੈ ਕਿ ਜਦੋਂ ਸਾਰੀਆਂ ਕੁਰਸੀਆਂ ਖਾਲੀ ਪਈਆਂ ਅਸੀਂ ਮੱਥਾ ਕਿਹਨੂੰ ਟੇਕਾਂਗੇ, ਜਦੋਂ ਸਾਰੀਆਂ ਕੁਰਸੀਆਂ ਖਾਲੀ ਪਈਆਂ ਬਲੈਕ ਬੋਰਡ ਤੇ ਲਿਖੂਗਾ ਕੌਣ, ਜਦੋਂ ਸਾਰੀਆਂ ਕੁਰਸੀਆਂ ਖਾਲੀ ਪਈਆਂ ਤੇ ਇਸ ਗੱਲ ਦੀ ਪਹਿਚਾਣ ਕੌਣ ਕਰੇਗਾ ਕਿ ਕਿਹੜਾ ਬੱਚਾ ਸਲੋ ਲਰਨਰ ਹੈ, ਕਿਹੜਾ ਬੱਚਾ ਚੰਗੀ ਬੁੱਧੀ ਤੇ ਵਿਵੇਕ ਵਾਲਾ ਹੈ, ਕਿਹਨੂੰ ਘੱਟ ਦੱਸਿਓ ਹੀ ਸਮਝ ਪੈ ਜਾਣੀ ਹੈ ਤੇ ਕਿਹਨੂੰ ਦੋ ਵਾਰ ਦੱਸਿਓ ਸਮਝ ਪੈਣੀ ਹੈ, ਤਾਂ ਫਿਰ ਅਸੀਂ ਕਹਿਣਾ ਕਿ ਭਾਈ ਤਰਨ ਤਾਰਨ ਜ਼ਿਲ੍ਹੇ ਦੇ ਹਾਲਾਤ ਬੜੇ ਮਾੜੇ ਨੇ, ਨਤੀਜਾ 30% ਆਇਆ। ਮੈਂ ਕਹਿੰਦਾ ਵਿਦਿਆਰਥੀਆਂ ਦਾ ਨਤੀਜਾ ਨੀ 30% ਆਇਆ, ਸਕੂਲਾਂ ਦਾ ਨਤੀਜਾ ਨੀ 30% ਆਇਆ, ਇਹ ਸਾਡੀਆਂ ਸਰਕਾਰਾਂ ਦਾ ਨਤੀਜਾ 30% ਆਇਆ, ਤੇ 33% ਤੋਂ ਘੱਟ ਨੰਬਰ ਆਉਣਾ ਤਾਂ ਫੇਲ ਹੁੰਦਾ, ਹੁਣ ਤੁਸੀਂ ਪਾਸ ਵੀ ਨੀ ਮੰਨਦੇ। ਤੇ ਜੇ ਅਗਲੇ ਵਰਿਆਂ ਦੇ ਵਿੱਚ ਵੀ ਸਾਡੀਆਂ ਸਰਕਾਰਾਂ ਇਸ ਸਰਹੱਦੀ ਜ਼ਿਲ੍ਹੇ ਦੇ ਵਿੱਚ ਅਧਿਆਪਕ ਨਾ ਦੇ ਸਕੀਆਂ, ਮੁੱਢਲੀਆਂ ਸਹੂਲਤਾਂ ਨਾ ਦੇ ਸਕੀਆਂ, ਤਾਂ ਸਾਨੂੰ ਵਧੀਆ ਨਤੀਜਿਆਂ ਦੀ ਆਸ ਨਹੀਂ ਕਰਨੀ ਚਾਹੀਦੀ ਜੀ। ਤੇ ਬਾਟ ਸਾਹਿਬ, ਇਦੋਂ ਅਗਲੀ ਖਬਰ ਦੀ ਵੀ ਆਪਾਂ ਚਰਚਾ ਲੱਗਦੇ ਹੱਥ ਕਰ ਹੀ ਲਏ। ਮੋਦੀ ਨੇ ਖਿੱਚੇ ਜੀ ਆਪਣੇ ਮੰਤਰੀ। ਸੁਖਨੈਬ ਜੀ, ਲਗਾਤਾਰ ਲੋਕ ਸਭਾ ਦੀਆਂ ਚੋਣਾਂ ਦੀ ਚਰਚਾ ਹੋਣੀ ਹੈ। ਭਾਰਤੀ ਜਨਤਾ ਪਾਰਟੀ ਨੂੰ ਦਲਿਤ ਮੁੱਦੇ ਤੇ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਕਿਸਾਨ ਮੁੱਦਿਆਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਕਿਤੇ ਨਾ ਕਿਤੇ ਬੈਕਫੁੱਟ ਦੇ ਉੱਤੇ ਪਿਛਲੇ ਸਮੇਂ 'ਚ ਆਉਂਦੀ ਰਹੀ ਹੈ। ਇਹਦੇ ਨਾਲ ਨਾਲ ਜ਼ਿਮਨੀ ਚੋਣਾਂ ਦੇ ਵਿੱਚ ਜਿਹੜੀ ਹਾਰ ਭਾਰਤੀ ਜਨਤਾ ਪਾਰਟੀ ਦੀ ਹੋਈ, ਗੁਜਰਾਤ 'ਚ ਸੀਟਾਂ ਤੇ ਵੋਟਾਂ ਘਟੀਆਂ, ਉਹਨੇ ਵੀ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਨੂੰ ਚਿੰਤਤ ਜ਼ਰੂਰ ਕੀਤਾ। ਤੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ ਲੋਕ ਸਭਾ ਚੋਣਾਂ ਦੀ ਆਹਟ ਮਹਿਸੂਸ ਕਰਦਿਆਂ ਆਪਣੇ ਮੰਤਰੀਆਂ ਨੂੰ ਟਾਰਗੇਟ ਦਿੱਤਾ ਕਿ 2014 ਵਾਲਾ ਇਲੈਕਸ਼ਨ ਮੈਨੀਫੈਸਟੋ ਲੱਭੋ, ਆਪਣਾ ਘਰ ਦੀ ਸੰਦੂਕ ਚੋਂ ਲੱਭੋ, ਆਪਣੀਆਂ ਫਾਈਲਾਂ ਚੋਂ ਲੱਭੋ, ਪੈਨ ਡਰਾਈਵ ਚੋਂ ਲੱਭੋ। ਤੇ ਉਹ ਇਲੈਕਸ਼ਨ ਮੈਨੀਫੈਸਟੋ ਲੱਭ ਕੇ ਹੁਣ ਆਪਣੇ ਮਹਿਕਮੇ ਦੀਆਂ ਪ੍ਰਾਪਤੀਆਂ ਦੇਖੋ, ਤੁਹਾਡੇ ਮਹਿਕਮੇ ਦੇ ਨਾਲ ਸੰਬੰਧਿਤ ਜਿਹੜੇ ਵਾਅਦੇ ਲੋਕਾਂ ਦੇ ਨਾਲ ਕੀਤੇ ਸੀ ਉਹ ਵੇਖੋ, ਤੇ ਸਾਨੂੰ ਲਿਸਟਾਂ ਬਣਾ ਕੇ ਦਿਓ ਕਿ ਵਾਅਦੇ ਕੀਤੇ ਕੀ ਸੀ ਤੇ ਉਹਨਾਂ ਦੇ ਵਿੱਚੋਂ ਪੂਰੇ ਕਿੰਨੇ ਕੀਤੇ ਤੇ ਬਾਕੀ ਰਹਿ ਗਏ ਤੇ ਕਿਉਂ ਰਹਿ ਗਏ। ਚਾਰ ਮੰਤਰੀਆਂ ਦੀ ਡਿਊਟੀ ਲਾਤੀ, ਧਰਮਿੰਦਰ ਪ੍ਰਧਾਨ, ਸਮ੍ਰਿਤੀ ਇਰਾਨੀ, ਨਰਿੰਦਰ ਸਿੰਘ ਤੋਮਰ, ਪਿਊਸ਼ ਗੋਇਲ, ਕਿ ਤੁਸੀਂ ਸਾਰੇ ਮੰਤਰੀਆਂ ਤੋਂ ਇਹ ਰਿਪੋਰਟ ਕਾਰਡ ਬਣਵਾਉਣੇ ਆ ਤੇ ਸਾਨੂੰ ਦੇਣੇ ਆ। ਆਪਾਂ ਐਸੇ ਮਈ ਮਹੀਨੇ ਦੇ ਆਖਰੀ 3 ਹਫ਼ਤੇ ਭਾਰਤ ਭਰ ਦੇ ਵਿੱਚ ਲੋਕਾਂ ਦੇ ਸਾਹਮਣੇ ਪ੍ਰਚਾਰ ਕਰਾਂਗੇ ਕਿ ਭਾਈ ਆ ਵੇਖੋ, ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ, ਜਿਸ ਸਰਕਾਰ ਨੇ ਇੰਨਾ ਚੰਗੇ ਤਰੀਕੇ ਦੇ ਨਾਲ ਕੰਮ ਕੀਤਾ ਕਿ ਸਾਰੇ ਬੰਦੇ ਆਸ਼ਾਸ਼ ਕਰ ਉੱਠੇ ਆ ਤੇ ਆਹ ਸਾਡੀਆਂ ਪ੍ਰਾਪਤੀਆਂ। ਪਤਾ ਹੀ ਵੀ ਲੱਗਿਆ ਨੋਟਬੰਦੀ ਨੂੰ ਪ੍ਰਾਪਤੀ ਦੇ ਤੌਰ ਤੇ ਗਿਣਨਾ ਵਿੱਤ ਵਿਭਾਗ ਨੇ, GST ਨੂੰ ਵਿੱਤ ਵਿਭਾਗ ਨੇ ਆਪਣੀ ਪ੍ਰਾਪਤੀ ਦੇ ਤੌਰ ਤੇ ਗਿਣਨਾ। ਤੇ ਪਤਾ ਇਹ ਵੀ ਲੱਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗੰਗਾ ਦੀ ਸਫਾਈ ਦਾ ਮੁੱਦਾ ਤੇ ਗੰਗਾ ਦੀ ਸਫਾਈ ਦੇ ਨਾਲ ਨਾਲ ਹੁਣ ਹੋਰ ਬਹੁਤ ਸਾਰੇ ਮੁੱਦੇ ਨੇ, ਉਚੇਰੀ ਸਿੱਖਿਆ ਦੇ ਲਈ ਸਸਤਾ ਕੀਤਾ ਕਰਜ਼ਾ, FDI, ਗਰੀਬਾਂ ਦੇ ਲਈ LPG ਗੈਸ ਦੀ ਮੁਫ਼ਤ, ਮੁਫ਼ਤ ਸਿੱਖਿਆ ਤੇ ਉਚੇਰੀ ਸਿੱਖਿਆ, ਇਹ ਸਾਰੇ ਮੁੱਦੇ ਜਿਹੜੇ ਨੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦੀ ਅਗਵਾਈ ਵਾਲੀ ਜਿਹੜੀ ਕੇਂਦਰ ਸਰਕਾਰ ਹੈ ਉਹ ਲੋਕਾਂ ਦੇ ਸਾਹਮਣੇ ਇਸ ਤਰੀਕੇ ਪੇਸ਼ ਕਰਨ ਦਾ ਯਤਨ ਕਰੇਗੀ ਕਿ ਭਾਈ ਅੱਜ ਤੱਕ ਕਿਸੇ ਸਰਕਾਰ ਨੇ ਕੁਝ ਨਹੀਂ ਕੀਤਾ, ਅਸੀਂ ਕੀਤਾ, ਤਿਆ ਲਓ ਸਾਡਾ ਰਿਪੋਰਟ ਕਾਰਡ। ਪਤਾ ਇਹ ਵੀ ਲੱਗਿਆ ਕਿ ਕਈ ਮੰਤਰੀ ਹੁਣ ਭੱਜੇ ਫਿਰਦੇ ਆ ਕਿ ਕੰਮ ਤਾਂ ਕੋਈ ਖਾਸ ਕਰ ਨਹੀਂ ਹੋਇਆ, ਇਲੈਕਸ਼ਨ ਮੈਨੀਫੈਸਟੋ ਸਾਹਮਣੇ ਰੱਖ ਕੇ ਕਰੀਏ ਤਾਂ ਕਰੀਏ ਕੀ। ਇਹ ਵੀ ਪਤਾ ਲੱਗਿਆ ਕਿ 2 ਮੰਤਰੀਆਂ ਦੀ ਛੁੱਟੀ ਵੀ ਹੋ ਸਕਦੀ ਹੈ, ਜੇ ਮੰਤਰੀਆਂ ਦੀ ਛੁੱਟੀ ਨਾ ਹੋਈ ਤਾਂ ਅਗਲੀ ਵਾਰੀ ਲੋਕ ਸਭਾ ਦੀਆਂ ਚੋਣਾਂ ਤੋਂ ਨਾ ਵੀ ਹੋ ਸਕਦੀ ਹੈ। ਸੋ ਵੇਖਦੇ ਹਾਂ ਕਿ ਮੰਤਰੀਆਂ ਦੇ ਉੱਤੇ ਕੀਤੀ ਗਈ ਸਖਤੀ ਦੇ ਨਾਲ ਕਿੰਨੇ ਕੁ ਵਧੀਆ ਰਿਪੋਰਟ ਕਾਰਡ ਮੋਦੀ ਸਾਹਿਬ ਤੱਕ ਕੱਪੜਦੇ ਆ ਕਿ ਉਹਨਾਂ ਰਿਪੋਰਟ ਕਾਰਡ ਦੇ ਆਧਾਰ ਦੇ ਉੱਤੇ ਲੋਕਾਂ ਦੇ ਵਿੱਚ ਜਾ ਕੇ ਪ੍ਰਚਾਰ ਕਿੰਨੇ ਕੁ ਵਧੀਆ ਢੰਗ ਤਰੀਕੇ ਦੇ ਨਾਲ ਕੀਤਾ ਜਾਂਦਾ ਹੈ ਜੀ। ਤੇ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਇੱਕ ਵਾਰ ਫੇਰ ਮੁਲਤਵੀ ਹੋ ਗਈ ਜੀ। ਸੁਖਨੈਬ ਜੀ, ਪਹਿਲਾਂ 30 April ਨੂੰ ਮੀਟਿੰਗ ਹੋਣੀ ਸੀ ਜੀ, ਸਾਰੇ ਫੈਸਲੇ ਮੰਤਰੀ ਮੰਡਲ ਨੇ ਕਰਨੇ ਹੁੰਦੇ ਆ ਨਾ, ਫਿਰ 3 ਜਾਣੀ ਅੱਜ ਦੀ ਮੀਟਿੰਗ ਰੱਖ ਲਈ, ਉਹ ਵੀ ਮੁਲਤਵੀ ਹੋ ਗਈ ਜੀ, ਰੁਝੇਵੇਂ ਕਈ ਆ ਗਏ। ਹੁਣ ਉਹਦੇ ਤੋਂ ਬਾਅਦ ਮੀਟਿੰਗ ਰੱਖੀ ਗਈ ਹੈ 8 ਨੂੰ ਚੰਡੀਗੜ੍ਹ 'ਚ। ਹੁਣ 8 ਨੂੰ ਬਾਅਦ ਦੁਪਹਿਰ 3 ਮੀਟਿੰਗ ਹੋਏਗੀ, ਵੇਰਵੇ ਸਾਹਮਣੇ ਆਉਣਗੇ, ਪਰ ਕਈ ਮਹੱਤਵਪੂਰਨ ਮੁੱਦੇ ਪੰਜਾਬ ਦੀ ਕੈਬਨਿਟ ਦੇ ਵਿੱਚ ਵਿਚਾਰੇ ਜਾਣ ਵਾਲੇ ਆ। ਫਰੀਦਕੋਟ ਦੀ ਖੰਡ ਮਿਲ ਦਾ ਰੌਲਾ ਰੱਪਾ ਪਿਆ,
ਕੁਸ਼ਲਦੀਪ ਸਿੰਘ ਢਿੱਲੋਂ ਤੇ ਬ੍ਰਹਮ ਮਹਿੰਦਰਾ ਸਾਹਿਬ ਦੋਵਾਂ ਜਣਿਆਂ ਨੇ ਜਾ ਕੇ ਗੁਰਦਿੱਤ ਸਿੰਘ ਸੇਖੋਂ ਸਾਹਿਬ ਨੂੰ ਜੂਸ ਪਿਆ ਕੇ ਮਰਨ ਵਰਤ ਖਤਮ ਕਰਾਇਆ ਤੇ ਉੱਥੇ ਵੀ ਕਹਿਤਾ ਸੀ ਕਿ ਕੈਬਨਿਟ ਨੇ ਮਿੱਲ ਬੰਦ ਕਰਨ ਦਾ ਫੈਸਲਾ ਲਿਆ ਸੀ ਤੇ ਸਾਨੂੰ ਕੈਬਨਿਟ ਦੀ ਮੀਟਿੰਗ ਦਾ ਇੰਤਜ਼ਾਰ ਕਰਨ ਦਿਓ, ਉਹਦੇ ਵਿੱਚ ਹੀ ਉਹ ਫੈਸਲਾ ਪਲਟਿਆ ਜਾ ਸਕਦਾ, ਪਹਿਲਾਂ ਨਹੀਂ ਪਲਟਿਆ ਜਾ ਸਕਦਾ, ਉਸ ਪੱਖੋਂ ਕੈਬਨਿਟ ਦੀ ਮੀਟਿੰਗ ਇੰਪੋਰਟੈਂਟ। ਇਹਦੇ ਨਾਲ ਨਾਲ ਪਿਛਲੇ ਦਿਨਾਂ ਦੇ ਵਿੱਚ ਸ਼ਾਹ ਜੀ, ਸੋ ਮਾਫੀ ਚਾਹਾਂਗੇ ਜੀ, ਥੋੜੀ ਜਿਹੀ ਮਾਫੀ, ਬਸ ਇੰਨੀ ਕੁ ਮਾਫੀ ਕਿ ਲਾਈਨ ਕੱਟ ਗਈ ਹੈ। ਤੋ ਦੁਬਾਰਾ ਜੁੜਦੇ ਹਾਂ ਜੀ ਵਟਸਐਪ ਹੋਰਾਂ ਦੇ ਨਾਲ, ਸ਼ਾਹਕੋਟ ਦੇ ਨਾਲ ਨਾਲ ਕਈ ਹੋਰ ਜਿਹੜੇ ਮਸਲੇ ਆ ਉਹਨਾਂ 'ਤੇ ਗੱਲਬਾਤ ਕਰਦੇ ਹੋਏ। ਮੈਨੂੰ ਲੱਗਦਾ ਮੇਰਾ ਹੱਥ ਵੱਜ ਗਿਆ ਹੋਊਗਾ, ਊਂ ਤਾਂ ਕੋਈ ਕੁਤਾਹੀ ਨਹੀਂ ਹੁੰਦੀ, ਗਲਤੀ ਸਾਡੀ ਗੱਲ ਪਹਿਲਾਂ ਟਣਕਾ ਕੇ ਕਾਹਤੋਂ ਕੀਤੀ ਜੀ। ਵਟਸਐਪ ਮਾਫੀ ਚਾਹਾਂਗੇ ਜੀ। ਸੁਖਨੈਪ ਜੀ, ਗੱਲ ਇਹ ਹੋ ਗਈ ਕਿ ਪੰਜਾਬ ਮੰਤਰੀ ਮੰਡਲ ਦੀ ਬੈਠਕ ਦੇ ਵਿੱਚ ਸਭ ਤੋਂ ਅਹਿਮ ਨਿਰਣਾ ਲੈਣ ਵਾਲਾ ਸੀ ਜਿਹੜੀ ਇਤਿਹਾਸ ਦੀ ਪਾਠ ਪੁਸਤਕ ਦਾ ਜੀ, ਕਿਉਂਕਿ ਜਿੰਨੇ ਢੰਗ ਤਰੀਕੇ ਦੇ ਨਾਲ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਖੁਦ ਕੈਪਟਨ ਅਮਰਿੰਦਰ ਸਿੰਘ ਤੇ ਹਮਲਾ ਕੀਤਾ ਜੀ, ਪੰਜਾਬ ਦੀ ਕਾਂਗਰਸ ਸਰਕਾਰ ਨੂੰ, ਕੈਪਟਨ ਅਮਰਿੰਦਰ ਸਿੰਘ ਨੂੰ, ਕਾਂਗਰਸ ਪਾਰਟੀ ਨੂੰ ਜਿਸ ਤਰੀਕੇ ਸਿੱਖ ਵਿਰੋਧੀ ਦੇ ਤੌਰ ਤੇ ਪੇਸ਼ ਕੀਤਾ, ਉਹਦੇ ਕਰਕੇ ਹੁਣ ਸਰਕਾਰ ਆਪਣੀ ਪੱਧਰ ਦੇ ਉੱਤੇ ਕੋਈ ਵੱਡਾ ਐਲਾਨ ਕਰਨ ਦੇ ਰੌਚ ਹੈ, ਪਰ ਤੱਥ ਨਹੀਂ ਮਿਲ ਰਿਹਾ, ਕਿਉਂਕਿ ਗੱਲ ਤਾਂ ਤੱਥ ਆਧਾਰਿਤ ਕਰਨੀ ਪੈਣੀ ਆ। ਇਸੇ ਕਰਕੇ ਪਤਾ ਲੱਗਿਆ ਕਿ ਮੀਟਿੰਗ ਅੱਗੇ ਤੋਂ ਅੱਗੇ ਮੁਲਤਵੀ ਕੀਤੀ ਜਾ ਰਹੀ ਹੈ। ਹੁਣ ਕੁਝ ਇੱਕ ਮੰਤਰੀਆਂ ਦੀ ਡਿਊਟੀ ਲਾਈ ਗਈ ਹੈ ਕਿ ਜਦੋਂ ਤੱਕ ਆਪਾਂ ਨੂੰ ਨਿਰੋਲ ਤੱਥ ਨਹੀਂ ਮਿਲਦੇ, ਜਦੋਂ ਤੱਕ ਆਪਾਂ ਕੈਬਨਿਟ ਦੀ ਮੀਟਿੰਗ ਦੇ ਵਿੱਚ ਇਹਦੇ ਸੰਬੰਧੀ ਕੋਈ ਵੱਡਾ ਫੈਸਲਾ ਨਹੀਂ ਕਰ ਪਾਉਂਦੇ, ਉਦੋਂ ਤੱਕ ਤੁਸੀਂ ਪ੍ਰੈਸ ਕਾਨਫਰੰਸਾਂ ਕਰਕੇ ਅਕਾਲੀਆਂ ਦੇ ਇਹਨਾਂ ਦੋਸ਼ਾਂ ਦਾ ਜਵਾਬ ਦਿਓ। ਹੁਣ ਤੀਸਰੀ ਵਾਰ ਮੁਲਾਕਾਤ ਜਦੋਂ ਹੋਣੀ ਹੈ, ਦੋ ਵਾਰ ਮੁਲਤਵੀ ਹੋਣ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀਆਂ ਦੀ, ਤਾਂ ਉਹਦੇ ਵਿੱਚ ਫਰੀਦਕੋਟ ਦੀ ਖੰਡ ਮਿੱਲ ਦੇ ਨਾਲ ਸੰਬੰਧਿਤ ਫੈਸਲਾ ਕੀ ਹੁੰਦਾ, ਭੋਗਪੁਰ ਦੀ ਖੰਡ ਮਿੱਲ ਦੇ ਨਾਲ ਸੰਬੰਧਿਤ ਫੈਸਲਾ ਕੀ ਹੁੰਦਾ, ਤੇ ਸਭ ਤੋਂ ਵੱਡੀ ਗੱਲ ਕਿ ਇਤਿਹਾਸ ਦੀ ਪਾਠ ਪੁਸਤਕ ਦੇ ਨਾਲ ਸੰਬੰਧਿਤ ਕੀ ਨਿਰਣਾ ਲਿਆ ਜਾਂਦਾ। ਲੋਕਾਂ ਦੀਆਂ ਨਜ਼ਰਾਂ ਇਹਦੇ ਉੱਤੇ ਟਿੱਕੀਆਂ ਹੋਈਆਂ ਨੇ, ਪਰ ਹਾਲ ਦੀ ਘੜੀ ਮੰਤਰੀ ਮੰਡਲ ਦੀ ਬੈਠਕ ਖਿਸਕਦੀ ਖਿਸਕਦੀ 8 ਮਈ ਤੇ ਜਾ ਪਈ ਹੈ ਜੀ। ਕਿਤੇ ਐ ਤਾਂ ਨਹੀਂ ਕਹਿੰਦੇ ਵੀ ਚੋਣ ਜ਼ਾਬਤਾ ਲੱਗ ਗਿਆ ਜੀ ਤਾਂ ਕਰਕੇ ਨਹੀਂ ਕਰਦੇ? ਸੁਖਨੈਪ ਜੀ, ਮੈਨੂੰ ਲੱਗਦਾ ਕਿ ਕਿਤਾਬ ਦੇ ਮੁੱਦੇ ਤੇ ਸਪਸ਼ਟੀਕਰਨ ਦੇਣ ਦੇ ਲਈ ਤਾਂ ਚੋਣ ਜ਼ਾਬਤੇ ਦੀ ਕੋਈ ਲੋੜ ਨਹੀਂ ਹੋਣੀ। ਹਾਂ, ਦਸਤਾਵੇਜ਼ ਜ਼ਰੂਰ ਵਿਖਾ ਸਕਦੇ ਆ ਕਿ ਭਾਈ ਆ ਵੇਖੋ ਸਾਡੀ ਸਰਕਾਰ ਨੇ ਕੁਝ ਨਹੀਂ ਕੀਤਾ, ਜੋ ਕੀਤਾ ਅਗਲੀਆਂ ਪਿਛਲੀਆਂ ਸਰਕਾਰਾਂ ਕੀਤਾ ਜੀ। ਤੇ ਕਾਟਨ ਬੈਲਟ, ਨਰਮਾ ਪੱਟੀ, ਕਿਸਾਨਾਂ ਨੂੰ ਫੇਰ ਪਟਣ ਦਾ ਯਤਨ ਕੀਤਾ ਜਾ ਰਿਹਾ ਜੀ, ਨਕਲੀ ਬੀਜਾਂ ਦਾ ਰੌਲਾ ਪੈ ਰਿਹਾ। ਸੁਖਨੈਪ ਜੀ, ਬੜੀ ਇੰਪੋਰਟੈਂਟ ਗੱਲ ਹੈ, ਕਿਉਂਕਿ ਇੱਕ ਪਾਸੇ ਮਨਪ੍ਰੀਤ ਸਿੰਘ ਬਾਦਲ ਵਿੱਤ ਮੰਤਰੀ ਪੰਜਾਬ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਕਿ ਜੇ ਤੁਸੀਂ ਖੁਦਕੁਸ਼ੀ ਪੀੜਿਤ ਕਿਸਾਨ ਜਿਹੜੇ ਮਹਾਰਾਸ਼ਟਰ ਦੇ ਨੇ, ਵਿਦਰਭ ਖੇਤਰ ਦੇ, ਉਹਨਾਂ ਨੂੰ ਸਪੈਸ਼ਲ ਪੈਕੇਜ ਦੇ ਸਕਦੇ ਹਾਂ, ਤਾਂ ਪੰਜਾਬ ਦੀ ਕਾਟਨ ਬੈਲਟ ਵੀ ਬਿਲਕੁਲ ਉਸੇ ਤਰੀਕੇ ਪੀੜਿਤ ਹੈ, ਤੁਸੀਂ ਉਹਨਾਂ ਨੂੰ ਵਿਸ਼ੇਸ਼ ਪੈਕੇਜ ਕਿਉਂ ਨਹੀਂ ਦਿੰਦੇ? ਪਰ ਦੂਸਰੇ ਪਾਸੇ ਬੀਜ ਸਕੈਂਡਲ ਦਾ ਧੂੰਆਂ ਉੱਪਰ ਨੂੰ ਗੋਲੇ ਜਿਹਾ ਬਣਾ ਬਣਾ ਕੇ, ਛੱਲੇ ਜਿਹਾ ਬਣਾ ਬਣਾ ਕੇ ਉੱਠਣ ਲੱਗ ਪਿਆ। ਹਾਲਾਂਕਿ ਅਜੇ ਇਹ ਕੰਮ ਸ਼ੁਰੂ ਹੋਇਆ ਸੀ, ਪੰਜਾਬ ਦੇ ਖੇਤੀ ਮਹਿਕਮੇ ਨੇ ਛਾਪੇ ਮਾਰ ਕੇ ਇਸ ਨੂੰ ਮੁੱਢਲੇ ਪੱਧਰ ਦੇ ਉੱਤੇ ਫੜ ਲਿਆ। ਰਾਮਾ ਮੰਡੀ ਤੇ ਗਿੱਦੜਬਾਹਾ ਦੇ ਵਿੱਚੋਂ ਬੀਟੀ ਨਰਮੇ ਦਾ ਜਾਲੀ ਬੀਜ ਫੜਿਆ ਗਿਆ, ਮਾਨਸੇ ਦੇ ਵਿੱਚੋਂ ਸ਼ੱਕੀ ਬੀਜ ਫੜਿਆ ਗਿਆ, ਰਾਮਾ ਮੰਡੀ ਦੇ ਵਿੱਚ ਬਾਲਾ ਜੀ ਸੀਡ ਕੰਪਨੀ ਦੇ ਕੋਲੋਂ ਗੁਜਰਾਤ ਦਾ ਜਾਲੀ ਬੀਜ ਬਰਾਮਦ ਹੋਇਆ, ਨਾ ਇਹਨਾਂ ਦੇ ਕੋਲੇ ਬੀਜ ਵੇਚਣ ਦੀ ਪ੍ਰਵਾਨਗੀ ਤੇ ਨਾ ਲਾਇਸੈਂਸ। ਖੇਤੀਬਾੜੀ ਡਾਇਰੈਕਟਰ ਸੁਖਦੇਵ ਸਿੰਘ ਸਿੱਧੂ ਨੇ ਇਹ ਸਭ ਤੋਂ ਪਹਿਲਾਂ ਮਸਲਾ ਸਾਹਮਣੇ ਲੈ ਕੇ ਆਉਂਦਾ, ਫਿਰ ਸੈਂਕੜੇ ਪੈਕਟ ਜਿਹੜੇ ਨੇ ਜਾਲੀ ਬੀਜਾਂ ਦੇ ਬਰਾਮਦ ਹੋ ਗਏ। ਹੁਣ ਸਭ ਤੋਂ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਮਾਲਵੇ ਦੀ ਕਾਟਨ ਬੈਲਟ ਦੇ ਵਿੱਚ ਇੱਦਾਂ ਦਾ ਧੋਖਾ ਪਹਿਲੀ ਵਾਰ ਨਹੀਂ ਹੋਇਆ ਜੀ। ਚੇਤਾ ਹੋਣਾ ਸਾਰਿਆਂ ਨੂੰ ਜਦੋਂ ਚਿੱਟੀ ਮੱਖੀ ਆਈ ਸੀ, ਕਿਸਾਨਾਂ ਨੇ ਥੋੜੀਆਂ ਦਵਾਈਆਂ ਖਰੀਦੀਆਂ, ਜਾ ਕੇ ਕਹਿੰਦੇ ਸੀ ਕਿ ਦਵਾਈ ਭਾਵੇਂ 100 ਰੁਪਇਆ ਮਹਿੰਗੀ ਹੋਵੇ, ਚੰਗੀ ਨਹੀਂ, ਚਿੱਟੀ ਮੱਖੀ ਸਵੇਰ ਤੇ ਬਚਣੀ ਨਹੀਂ ਚਾਹੀਦੀ। ਅਗਲਿਆਂ ਨੇ ਪੈਸੇ ਲੈਣੇ ਜੀ, ਅਗਲਿਆਂ ਨੇ ਪੈਸੇ ਲੈਣੇ ਪੂਰੇ, ਦਵਾਈਆਂ ਦੇਣੀਆਂ ਜਾਲੀ, ਤੇ ਕਿਸਾਨ ਨੇ ਸਵੇਰੇ ਸੁੱਤਾ ਉੱਠ ਕੇ ਵੇਖਣਾ ਕਿ ਚਿੱਟੀ ਮੱਖੀ ਮਰੀ ਕਿ ਨਹੀਂ ਮਰੀ, ਤੇ ਚਿੱਟੀ ਮੱਖੀ ਨੂੰ ਉਹ ਦਵਾਈ ਇੱਦਾਂ ਲੱਗਦੀ ਜਿਵੇਂ ਸ਼ਰਬਤ ਲੱਗਦਾ। ਸ਼ਰਬਤ ਲੱਗਣ ਕਰਕੇ ਚਿੱਟੀ ਮੱਖੀ ਨੇ ਪੂਰਾ ਨਰਮਾ ਖਾਧਾ, ਚਰੂੰਡ ਲਿਆ ਤੇ ਨਾਲ ਹੀ ਕਿਸਾਨ ਫਾਹੇ ਲੱਗ ਗਿਆ। ਇਹਦੇ ਤੋਂ ਬਾਅਦ ਹੁਣ ਜਿਸ ਤਰੀਕੇ ਦੇ ਨਾਲ ਜਾਲੀ ਬੀਜਾਂ ਦੀ ਗੱਲ ਸਾਹਮਣੇ ਆਈ ਹੈ, ਇਹ ਵੀ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਹੈ, ਕਿਉਂਕਿ ਜੇ ਬੀਜ ਹੀ ਚੰਗਾ ਨਹੀਂ ਹੋਏਗਾ ਤਾਂ ਅਸੀਂ ਚੰਗੀ ਫਸਲ ਦੀ ਉਮੀਦ ਰੱਖਾਂਗੇ ਕਿੱਥੋਂ। ਇਹ ਵੀ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਗੱਲ ਹੈ ਕਿ ਭਾਵੇਂ ਅੱਜ ਕੀ ਸਮਾਂ ਰਹਿੰਦੇ ਆ ਪਤਾ ਲੱਗ ਗਿਆ, ਪਰ ਇਹ ਨਾ ਹੋਵੇ ਕਿ 5-7 ਦੁਕਾਨਦਾਰਾਂ ਦੇ ਉੱਤੇ ਪਰਚੇ ਕੀਤੇ, ਦੋ ਦੇ ਲਾਇਸੈਂਸ ਰੱਦ ਕਰਤੇ ਕਿ ਤੁਸੀਂ ਜਾਲੀ ਚੀਜ਼ ਵੇਚੀ ਕਿਵੇਂ ਤੇ ਚੁੱਪ ਕਰਕੇ ਘਰੇ ਬਹਿ ਗਿਆ। ਨਹੀਂ ਜੀ, ਇੱਥੇ ਉਸ ਸਾਰੇ ਗਰੋਹ ਦਾ ਭਾਂਡਾ ਭੱਜਣਾ ਚਾਹੀਦਾ, ਪਰਦਾ ਫਾਸ਼ ਹੋਣਾ ਚਾਹੀਦਾ, ਜਿਹੜਾ ਕਿ ਜਾਲੀ ਨਕਲੀ ਬੀਜ ਬਣਾ ਕੇ ਵੇਚਣ ਦੀ ਮੁਹਾਰਤ ਰੱਖਦਾ ਤੇ ਕਿਸਾਨਾਂ ਨੂੰ ਤੇ ਸਰਕਾਰ ਨੂੰ ਵੱਟੋ ਵੱਟ ਪਾਈ ਰੱਖਦਾ। ਕਈ ਪਰਚੇ ਹਰ ਸਾਲ ਹੁੰਦੇ ਆ, 6 ਮਹੀਨੇ ਬੰਦੇ ਜ਼ਮਾਨਤ ਤੇ ਆ ਜਾਂਦੇ ਆ, 3 ਮਹੀਨੇ ਵੀ ਆ ਜਾਂਦੇ ਆ,
ਪਰ ਅੱਜ ਤੱਕ ਕਦੇ ਵੀ ਉਸ ਫੈਕਟਰੀ ਦਾ, ਉਸ ਕਰਤਾ ਧਰਤਾ ਦਾ, ਉਸ ਜੜ ਦਾ ਪਤਾ ਲਾਉਣ ਦਾ ਯਤਨ ਸਾਡੇ ਪ੍ਰਸ਼ਾਸਨ ਨੇ ਨਹੀਂ ਕੀਤਾ ਕਿ ਜਿੱਥੋਂ ਇਹ ਸਾਰਾ ਕੁਝ ਬਣਦਾ, ਜਿਹਦੇ ਰਾਹੀਂ ਇਹ ਸਾਰਾ ਕੁਝ ਆਉਂਦਾ ਤੇ ਜਿਹਨੂੰ ਇਹ ਸਾਰਾ ਮੁਨਾਫਾ ਜਾਂਦਾ। ਸੋ ਵੇਖਦੇ ਹਾਂ ਕਿ ਐਤਕੀ ਪੰਜਾਬ ਦੇ ਨਰਮਾ ਬੈਲਟ ਦੇ ਕਿਸਾਨਾਂ ਨੂੰ ਬਚਾਉਣ ਦੇ ਲਈ ਸਰਕਾਰ ਕਿੰਨੀ ਕੁ ਜ਼ਿਆਦਾ ਮੁਸਤੈਦ ਹੋ ਕੇ ਡਿਊਟੀ ਨਿਭਾਉਂਦੀ ਹੈ। ਜੀ ਵਾਟਸਐਪ ਇੱਕ ਬ੍ਰੇਕ ਲੈ ਲਈਏ ਜੀ, ਫਿਰ ਉਦੋਂ ਬਾਅਦ ਕਈ ਸਵਾਲ ਨੇ ਜਿਨ੍ਹਾਂ ਦਾ ਨਿਪਟਾਰਾ ਕਰਨਾ ਹੈ। ਜੀ